ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ। ਅਜਿਹੇ ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਨ੍ਹਾਂ ਪਲੇਟਫਾਰਮਸ ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰਾਈਮ ਫੋਕਸ ਸ਼ੋਅ ਦੇ ਵਿੱਚ। ਅਸੀਂ ਲਾਈਵ ਜੁੜ ਚੁੱਕੇ ਹਾਂ ਜੀ ਆਪਣੇ ਚੈਨਲ ਦੇ ਉੱਪਰ ਤੁਹਾਡੇ ਸਾਰਿਆਂ ਦੇ ਨਾਲ, ਅਤੇ ਇਸ ਤੋਂ ਇਲਾਵਾ ਅਸੀਂ ਲਾਈਵ ਹਾਂ ਸਾਡੇ ਯੂਟਿਊਬ ਚੈਨਲ ਦੇ ਉੱਪਰ। ਅਸੀਂ ਪਹਿਲਾਂ ਫੇਸਬੁੱਕ ਦੇ ਉੱਪਰ ਵੀ ਲਾਈਵ ਹੁੰਦੇ ਸੀ, ਪਰ ਹੁਣ ਅਸੀਂ ਫੇਸਬੁੱਕ ਦੇ ਉੱਪਰ ਇੱਕ ਛੋਟਾ ਜਿਹਾ ਸੁਨੇਹਾ ਤੁਹਾਡੇ ਸਾਰਿਆਂ ਲਈ ਛੱਡਦੇ ਹਾਂ, ਅਤੇ ਉਸ ਤੋਂ ਬਾਅਦ ਲਾਈਵ ਆਪਾਂ ਹੁੰਦੇ ਹਾਂ ਜੀ ਯੂਟਿਊਬ ਦੇ ਉੱਪਰ। ਉਹਦਾ ਕਾਰਨ ਬਹੁਤ ਵਾਰ ਪੁੱਛਿਆ ਜਾਂਦਾ ਕਿ ਹੈ, ਉਹਦਾ ਕਾਰਨ ਹੈ ਜੀ ਕਿ ਯੂਟਿਊਬ ਦੇ ਉੱਪਰ ਦੇਖਣਾ ਜਾਂ ਕਹਿ ਲਓ ਕਿ ਵੀ ਹਰ ਥਾਂ ਦੇ ਉੱਪਰ ਉਹਦੀ ਅਪਰੋਚ ਬੜੀ ਸੌਖੀ ਹੈ, ਦੈਟਸ ਵਾਈ ਅਸੀਂ ਇਹਨੂੰ ਯੂਟਿਊਬ ਦੇ ਉੱਪਰ ਹੁਣ ਲਾਈਵ ਕਰਨਾ ਸ਼ੁਰੂ ਕਰ ਦਿੱਤਾ। ਸੋ ਯੂਟਿਊਬ ਦੇ ਨੀਚੇ ਵੀ ਤੁਸੀਂ ਕਮੈਂਟ ਦੇ ਰੂਪ ਵਿੱਚ ਆਪਣਾ ਸਵਾਲ, ਜਿਹੜੀ ਵੀ ਕੋਈ ਗੱਲਬਾਤ ਸਾਡੇ ਤੱਕ ਜਾਂ ਸ਼ੋਅ ਦੇ ਵਿੱਚ ਕਰਨੀ ਚਾਹੋ ਤੁਸੀਂ ਕਰ ਸਕਦੇ ਹੋ, ਤੁਹਾਡਾ ਮੋਸਟ ਵੈਲਕਮ ਹੈ। ਨਾਲ ਦੇ ਨਾਲ ਟੀਵੀ ਸਕਰੀਨ ਦੇ ਉੱਪਰ ਤੁਹਾਡੇ ਨੰਬਰ ਆ ਰਹੇ ਨੇ, ਵਟਸਐਪ ਦੇ ਉੱਪਰ ਤੁਸੀਂ ਆਪਣਾ ਸਵਾਲ ਭੇਜ ਸਕਦੇ ਹੋ, ਉਹ ਵੀ ਮੇਰੇ ਤੱਕ ਪਹੁੰਚ ਜਾਏਗਾ। ਇਸ ਤੋਂ ਇਲਾਵਾ ਜਿਹੜਾ ਟੋਲ ਫ੍ਰੀ ਨੰਬਰ ਹੈ ਉਹਦੇ 'ਤੇ ਵੀ ਜੇ ਤੁਸੀਂ ਆਪਣਾ ਕੋਈ ਸਵਾਲ ਪੁੱਛਦੇ ਹੋ ਤਾਂ ਉਹ ਵੀ ਟੀਮ ਜਿਹੜੀ ਹੈ ਉਹ ਸਾਡੇ ਤੱਕ ਪਹੁੰਚਾ ਦਿੰਦੀ ਹੈ। ਸੋ ਪ੍ਰਾਈਮ ਫੋਕਸ ਸ਼ੋਅ ਦੇ ਵਿੱਚ ਅੱਜ ਪੰਨੂ ਸਾਹਿਬ ਆਪਣੇ ਨਾਲ ਨੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਜੀ ਸ਼ੁਕਰੀਆ। ਅਤੇ ਪੰਨੂ ਸਾਹਿਬ ਅੱਜ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਜਿਹੜਾ ਹੈ ਉਹ ਮਨਾਇਆ ਜਾ ਰਿਹਾ, ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਸੁਨੇਹੇ ਨੇ ਉਹ ਵੀ ਫੋਨਾਂ ਦੇ ਉੱਪਰ ਇੱਧਰ ਉੱਧਰ ਆ ਰਹੇ ਨੇ। ਹੁਣ ਗੱਲ ਇਹ ਆ ਕਿ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਅਤੇ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਜਿਹੜਾ ਦਿਨ ਤਿਉਹਾਰ ਆਪਾਂ ਹੁਣ ਜਿਸ ਤਰੀਕੇ ਨਾਲ ਮਨਾਉਣ ਲੱਗ ਪਏ, ਮੈਂ ਤੁਹਾਡੇ ਕੋਲੋਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਤੁਸੀਂ ਇਹਦੇ 'ਤੇ ਕੀ ਸੋਚਦੇ ਹੋ। ਦੇਖੋ, ਗੁਰੂ ਨਾਨਕ ਸਾਹਿਬ ਸਾਰੇ ਜਿੰਨਾ ਉਹਨਾਂ ਸਮਾਂ ਦੁਨੀਆ 'ਤੇ ਗੁਜ਼ਾਰਿਆ, ਲੋਕਾਂ ਦੇ ਮਨਾਂ ਵਿੱਚ ਇੱਕ ਅਕਲ ਦੀ ਗੱਲ, ਇੱਕ ਜੀਵਨ ਯੁਕਤ ਪਾਉਣ ਵਾਸਤੇ, ਉਹਨਾਂ ਨੂੰ ਸੁਧਾਰਨ ਵਾਸਤੇ ਲਾਇਆ। ਭਾਈ ਗੁਰਦਾਸ ਜੀ ਜਦੋਂ ਕਹਿੰਦੇ ਆ ਬਾਬਾ ਜੀ ਬਾਰੇ, ਚੜ੍ਹਿਆ ਸੋਧਣ ਧਰਤ ਲੁਕਾਈ, ਕਿ ਸਾਡਾ ਬਾਬਾ ਸਾਰੀ ਲੁਕਾਈ ਨੂੰ ਸੋਧਣ ਵਾਸਤੇ, ਸੁਧਾਰਨ ਵਾਸਤੇ ਤੁਰ ਪਿਆ। ਫਿਰ ਗੁਰੂ ਬਾਬੇ ਨੇ ਜਿਹੜੇ ਸੰਦੇਸ਼ ਦਿੱਤੇ ਉਹਦੇ 'ਚ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਨੋਟ ਕੀਤੀ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਿਹਾ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਫਿਰ ਲੋਕਾਂ ਨੂੰ ਆਖਿਆ ਕਿ ਤੁਸੀਂ ਹਰ ਗੱਲ ਤੋਂ ਬਾਅਦ ਪਛਤਾਉਂਦੇ ਹੋ, ਸਾਡੇ ਲੇਖ ਹੀ ਮਾੜੇ ਲਿਖੇ ਲਿਖਾਏ। ਉਦੋਂ ਆਖਿਆ, ਦੱਦਾ ਦੋਸ ਨਾ ਦੇਈ ਕਿਸੇ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜੇ ਅਵਰਜਨਾ। ਅਤੇ ਫਿਰ ਲੋਕਾਂ ਨੂੰ ਇਹ ਆਖਿਆ ਕਿ ਆਪਣਾ ਚਫੇਰਾ ਵੇਖੋ, ਚਫੇਰੇ ਦੀ ਹਾਲਤ ਜਿਹੜੀ ਆ ਉਹਦੇ ਵਿੱਚ ਉਹਨਾਂ ਨੇ ਧਰਮ ਤੋਂ ਲੈ ਕੇ ਸਿਆਸਤ ਤੱਕ ਸਾਰੀ ਗੱਲ ਇੰਨੇ 'ਤੇ ਮੁਕਾ ਦਿੱਤੀ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਮਾਵਸ ਸੱਚ ਚੰਦਰਮਾ, ਦਿਸੇ ਨਹੀਂ ਕਹਿ ਚੜਿਆ। ਇਸ ਤੋਂ ਬਾਅਦ ਫਿਰ ਉਹਨਾਂ ਨੇ, ਕਿਉਂਕਿ ਧਰਮ ਦੇ ਨਾਂ ਦੇ ਉੱਤੇ ਬਹੁਤ ਕੂੜ ਸੀ, ਝੂਠ ਸੀ, ਕੂੜ ਝੂਠ ਨੂੰ ਕਹਿੰਦੇ, ਅਤੇ ਉਸ ਵਕਤ ਧਰਮ ਤਾਂ ਇੱਥੇ ਦੋ ਹੀ ਸੀ, ਸਿੱਖੀ ਦਾ ਬੂਟਾ ਤਾਂ ਉਹ ਲਾਉਣ ਲੱਗੇ ਸੀ, ਈਸਾਈ ਅਜੇ ਆਏ ਨਹੀਂ ਸੀ। ਉਹਨਾਂ ਦੋ ਧਰਮਾਂ ਦੇ ਮੁਖੀਆਂ ਨੂੰ, ਪੁਜਾਰੀਆਂ, ਪਰੋਹਤਾਂ, ਰਾਹ ਦਿਖਾਵਿਆਂ ਨੂੰ ਸਮਝਾਇਆ, ਪਹਿਲਾਂ ਪੰਡਤਾਂ ਨੂੰ ਸਮਝਾਇਆ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤਵੱਟ, ਦਇਆ ਦੀ ਕਪਾਹ ਹੋਵੇ, ਸਬਰ ਸੰਤੋਖ ਦਾ ਸੂਤ ਹੋਵੇ, ਜਤ ਦੀਆਂ ਗੰਢਾਂ ਹੋਣ, ਸੱਤ ਦਾ ਵੱਟ ਹੋਵੇ, ਇਹ ਜਨੇਉ ਜੀ ਕਾ ਹੈ ਤਾਂ ਪਾਂਡੇ ਕੱਤ, ਨਾ ਏ ਟੁੱਟੇ ਨਾਮਲ ਲੱਗੇ, ਨਾ ਏ ਜਲੇ ਨਾ ਜਾਏ। ਇੱਦਾਂ ਦਾ ਇੱਕ ਕਰੈਕਟਰ ਦਾ ਜਨੇਊ ਪਵਾ ਮੇਰੇ ਗੜ ਜੀ ਦੇ 'ਚ ਆ ਚੀਜ਼ਾਂ ਹੋਣ।
ਅਤੇ ਮੁੜ ਕੇ ਮੁਸਲਮਾਨ ਨੂੰ ਆਖਿਆ ਮਿਹਰ ਮਸੀਤ ਅਤੇ ਸਿਦਕ ਮੁਸਲਾ ਹੱਕ ਹਲਾਲ ਕੁਰਾਨ ਉਹ ਮਿਹਰਾਂ ਦੀ ਮਸੀਤ ਵਿੱਚ ਬੈਠਿਆ ਕਰ। ਸਿਦਕ ਮੁਸਲਾ, ਮੁਸਲਾ ਕਹਿੰਦੇ ਚਟਾਈ ਨੂੰ ਜਿਹਦੇ 'ਤੇ ਗੋਡੇ ਟੇਕ ਕੇ ਨਮਾਜ਼ ਪੜ੍ਹੀ, ਸਿਦਕ ਦਾ ਚਟਾਈ ਰੱਖ। ਹੱਕ ਹਲਾਲ ਕੁਰਾਨ, ਜੇ ਤੇਰੇ ਕੋਲ ਹੱਕ ਹਲਾਲ ਦੀ ਕਮਾਈ ਹੈ ਅਤੇ ਕੁਰਾਨ ਬਰਾਬਰ, ਇਹ ਜਿਹੜੀਆਂ ਗੱਲਾਂ ਸਨ ਉਹਨਾਂ ਨੇ ਆਖੀਆਂ। ਸਰਮ ਸੁਨਤ ਅਸੀਲ ਰੋਜਾ ਹੋ ਮੁਸਲਮਾਨ ਤੇਰੇ ਪੱਲੇ ਅੱਖ ਦੀ ਸ਼ਰਮਿਆ, ਅਤੇ ਸੁਨਤ ਨਾਲੋਂ ਵੀ ਵੱਡੀ ਹੁੰਦੀ ਉਹਦਾ ਖਿਆਲ ਰੱਖੀ। ਆਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਆਖੀਆਂ, ਕੀ ਉਹਦੇ ਤੋਂ ਬਾਅਦ ਵੀ ਅੱਜ ਤੱਕ ਕਦੇ ਕਿਸੇ ਨੇ ਇਹ ਮੰਨਿਆ? ਅਸੀਂ ਹੁਣ ਤੱਕ ਦੂਸਰਿਆਂ ਨੂੰ ਕਹਿੰਦੇ ਹਾਂ ਕਾਦੀ ਕੂੜ ਬੋਲ ਮੁੱਖ ਹੈ, ਅਸੀਂ ਕਾਜ਼ੀਆਂ ਬ੍ਰਾਹਮਣਾਂ ਸਾਰਿਆਂ ਨੂੰ ਕਹਿੰਦੇ ਹਾਂ, ਪਰ ਜਿਨ੍ਹਾਂ ਦੇ ਹੱਥਾਂ ਵਿੱਚ ਗੁਰੂ ਪੰਥ ਦੀ ਵਾਗਡੋਰ ਆ, ਕੀ ਉਹਨਾਂ ਸਾਰਿਆਂ ਦੇ ਵਿੱਚ, ਸਾਰਿਆਂ 'ਚ ਨਹੀਂ ਉਹਨਾਂ ਵਿੱਚੋਂ ਬਹੁਤਿਆਂ 'ਚ ਇਹ ਨੁਕਸ ਨਹੀਂ ਆ ਗਏ ਜਿਹੜੇ ਉਸ ਵਕਤ ਗੁਰੂ ਸਾਹਿਬ ਨੇ ਆਖਿਆ ਸੀ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ, ਧਰਮ ਤਾਂ ਖੰਭ ਲਾ ਕੇ ਉੱਡ ਗਿਆ, ਕੂੜ ਮਾਵਤ ਸੱਚ ਚੰਦਰਮਾ ਦੀਸੇ ਨਹੀਂ ਕਹਿ ਚੜਿਆ। ਇਹਦੇ ਵਿੱਚ ਅੱਜ ਗੁਰੂ ਬਾਬੇ ਦਾ ਸੰਦੇਸ਼ ਬਹੁਤ ਜ਼ਰੂਰੀ ਹੈ, ਜਿੱਥੇ ਜਿੱਥੇ ਕੋਈ ਹੈਗਾ ਸਾਰਿਆਂ ਨੂੰ ਪੜ੍ਹਨਾ ਚਾਹੀਦਾ, ਪੜ੍ਹ ਕੇ ਸਿੱਖਣਾ ਚਾਹੀਦਾ, ਸਿੱਖ ਕੇ ਜੇ ਹੋ ਸਕੇ ਤਾਂ ਜਿੰਨਾ ਤੁਸੀਂ ਕਰ ਸਕਦੇ ਹੋ ਕੁਝ ਨਾ ਕੁਝ ਜ਼ਿੰਦਗੀ ਦੇ ਵਿੱਚ ਅਮਲਾਂ 'ਚ ਲਾਗੂ ਕਰਨ ਦਾ ਯਤਨ ਕਰਨਾ ਚਾਹੀਦਾ। ਸਿੱਖ ਧਰਮ ਅਮਲਾਂ ਦਾ, ਪ੍ਰੈਕਟਿਸ ਦਾ ਧਰਮ ਸੀ, ਇਹ ਸਿਰਫ ਮੱਥੇ ਟੇਕਣ ਦਾ ਧਰਮ ਨਹੀਂ ਸੀ। ਜੀ ਹੁਣ ਅਸੀਂ ਮੱਥੇ ਟੇਕਣ ਦਾ ਬਣਾਈ ਜਾਂਦੇ ਹਾਂ। ਇੱਕ ਦਿਨ ਦੋ ਕੁ ਸਾਲ ਪਹਿਲਾਂ ਕਿਸੇ ਸੱਜਣ ਨੇ ਮੈਨੂੰ ਵੀਡੀਓ ਭੇਜੀ, ਇੱਕ ਕੀਰਤਨੀਆ ਬਾਬਾ ਜੀ ਇਸ ਗੱਲ ਦੇ ਉੱਤੇ ਲੋਕਾਂ ਨੂੰ ਖੁਸ਼ ਕਰੀ ਜਾ ਰਿਹਾ, ਜਦੋਂ ਮੈਂ ਜਵਾਨੀ ਵਗੈਰਾ ਤੁਹਾਡੇ ਪਿੰਡ ਆਇਆ ਮੈਂ ਕੁਸ਼ਤੀਆਂ ਲੜਦਾ ਸਾਂ, ਫਿਰ ਮੈਂ ਆਪਣਾ ਜਾਂਗੀਆ ਇੱਥੇ ਛੱਡ ਗਿਆ ਸਾਂ, ਹੁਣ ਜਦੋਂ ਮੈਂ ਬੁੱਢੇ ਬਾਰੇ ਆਇਆ ਅਤੇ ਉਸ ਪਿੰਡ ਵਾਲਿਆਂ ਨੇ ਮੇਰਾ ਜਾਂਗੀਆ ਰੱਖਿਆ, ਮੇਰੇ ਨਾਲ ਦੇ ਕੀਰਤਨੀਆਂ ਕਹਿੰਦੇ ਸੀ ਵਿਖਾਈ ਨਾ, ਪਰ ਹੁਣ ਮੈਂ ਸੰਗਤ ਨੂੰ ਦਿਖਾਉਣਾ ਆਹ ਵੇਖੋ ਮੇਰਾ ਜਾਂਗੀਆ, ਇਹ ਨਗਰ ਕਿੰਨਾ ਤਾਨਿਆ ਜਿਨ੍ਹਾਂ ਨੇ ਮੇਰਾ ਜਾਂਗੀਆ ਸਾਂਭ ਕੇ ਰੱਖਿਆ। ਚਾਹੀਦਾ ਇਹ ਹੈ ਕਿ ਗੁਰੂ ਬਾਬੇ ਦੀ ਸਿੱਖਿਆ ਪ੍ਰਚਾਰੀ ਜਾਵੇ। ਸਾਡੇ ਸਾਧਾ ਸੰਤਾਂ ਨੇ ਆਹ ਕੁਛ ਪ੍ਰਚਾਰਨਾ ਸ਼ੁਰੂ ਕਰ ਦਿੱਤਾ, ਥੋੜ੍ਹਾ ਜਿਹਾ ਕੁਛ ਇਸ ਮਾਮਲੇ ਦੇ ਵਿੱਚ ਬੰਦੇਜ, ਕੋਈ ਡਿਸਿਪਲਿਨ, ਕੋਈ ਜ਼ਾਬਤਾ ਜਿਹੜਾ ਚਾਹੀਦਾ ਸੀ ਉਹ ਨਹੀਂ ਲੱਭ ਰਿਹਾ। ਜਿੱਥੋਂ ਆਸ ਸੀ ਕਿ ਰਾਹ ਦਿਖਾਉਣਗੇ ਜੀ, ਉੱਥੇ ਬਦਕਿਸਮਤੀ ਨਾਲ ਉਹ ਬੈਠੇ ਆ ਜਿਹੜੇ ਆਪ ਕਿਸੇ ਤੋਂ ਫੋਨ ਕਰਕੇ ਪੁੱਛਦੇ ਜੀ ਅੱਜ ਅਸੀਂ ਕਿਹੜਾ ਫੈਸਲੇ ਉੱਤੇ ਦਸਤਖਤ ਕਰੀਏ, ਫਲਾਨਾ ਮਾਮਲਾ ਉੱਚ ਕੇ ਐਲਾਨ ਕਰੀਏ, ਜੇ ਆਪ ਹੀ ਉਹ ਕਿਸੇ ਦੇ ਬੱਧੇ ਨੇ ਉਹ ਕੀ ਕਰਨਗੇ। ਇਹਦੇ 'ਚ ਫਿਰ ਇੱਕੋ ਰਾਹ ਰਹਿ ਜਾਂਦਾ ਕਿ ਸਿੱਖ ਆਪਣੀ ਭਾਸ਼ਾ 'ਚ, ਆਪਣੀ ਬੋਲੀ 'ਚ, ਪੰਜਾਬੀ 'ਚ ਲਿਖੀ ਗੁਰੂ ਦੀ ਸਿੱਖਿਆ, ਦੂਸਰੇ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਭਗਤਾਂ ਦੀ ਸਿੱਖਿਆ ਉਹਨੂੰ ਪੜ੍ਹਨ, ਜਿੰਨਾ ਹੋ ਸਕਦਾ ਜ਼ਿੰਦਗੀ 'ਚ ਲਾਗੂ ਕਰਨ ਦਾ ਯਤਨ ਕਰ। ਕਿਆ ਬਾਤ! ਸੋ ਮੇਰੇ ਖਿਆਲ ਨਾਲ ਜੀ ਇਹ ਇਸ਼ਾਰਾ ਬੜਾ ਡੂੰਘਾ ਹੈ, ਅਤੇ ਜੇ ਕਿਤੇ ਆਪਾਂ ਇਹਨੂੰ ਸਾਰੇ ਕੁਛ ਨੂੰ ਸਮਝ ਲਈਏ ਤਾਂ ਆਪਾਂ ਨੂੰ ਅਸਲ ਮਕਸਦ ਜੋ ਗੁਰੂ ਨਾਨਕ ਸਾਹਿਬ ਦਾ ਸੀ ਆਪਾਂ ਸਾਰਿਆਂ ਨੂੰ ਸਮਝਾਉਣ ਦਾ, ਉਹ ਕਿਤੇ ਨਾ ਕਿਤੇ ਸਾਰਥਕ ਹੁੰਦਾ ਨਜ਼ਰ ਆਉਂਦਾ। ਹੁਣ ਥੋੜ੍ਹਾ ਜਿਹਾ ਚਲੋ ਆਪਾਂ ਨੂੰ ਸਾਹਿਬ ਸਿਆਸਤ ਵਾਲੀਆਂ ਗੱਲਾਂ ਵੀ ਕਰਨੀਆਂ ਪੈਣੀਆਂ, ਅਤੇ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਉਸ ਪਾਸੇ ਵੀ ਆ ਜਾਵਾਂ। ਬਦਕਿਸਮਤੀ ਆਉਣਾ ਪੈਣਾ, ਵੈਸੇ ਤਾਂ ਜਿਹੜਾ ਇਹ ਟੌਪਿਕ ਛੇੜ ਲਿਆ ਸੀ ਇਹ ਵੀ ਬੜਾ ਵਧੀਆ ਸੀ, ਪਰ ਚਲੋ ਬਾਕੀ ਵੀ ਮੁਸ਼ਕਿਲ ਹੈ ਪੱਤਰਕਾਰਾਂ ਦੇ, ਸਾਨੂੰ ਰਾਜਨੀਤੀ ਦੀਆਂ ਗੱਲਾਂ ਨਾਲ ਇਹ ਚਿੱਕੜ 'ਚ ਹੱਥ ਮਾਰਨਾ ਹੀ ਪੈਣਾ। ਸੋ ਸਭ ਤੋਂ ਪਹਿਲਾਂ ਗੱਲ ਸੁਖਪਾਲ ਖਹਿਰਾ ਸਾਹਿਬ ਦੀ ਹੈ ਜੀ, ਕਾਫੀ ਉਹਨਾਂ ਦਾ ਰੋਹ ਬਣ ਗਿਆ ਸੀਗਾ ਕਿਉਂਕਿ ਨੰਬਰਦਾਰੀ ਵੀ ਹੱਥ ਲੱਗ ਗਈ ਸੀ, ਅਤੇ ਨੰਬਰਦਾਰੀ ਦਾ ਕਰਕੇ ਉਹਨਾਂ ਨੇ ਇੱਧਰ ਉੱਧਰ ਬੰਦੇ ਵੀ ਨੁਕਰੇ ਲਾਏ, ਮੁੱਛਾਂ ਵਾਲੇ ਦੀਆਂ ਗੱਲਾਂ ਕੀਤੀਆਂ, ਫਿਰ ਵਰਡ ਵੀ ਉਹਨਾਂ ਨੇ ਕੁਛ ਐਸੇ ਵਰਤਣੇ ਸ਼ੁਰੂ ਕਰਤੇ, ਉਹਨੂੰ ਲੱਗਿਆ ਕਿ ਵੀ ਹੁਣ ਤਾਂ ਗੱਲਬਾਤ ਬਣ ਗਈ। ਅਤੇ ਆਹ ਜਿਹੜਾ ਕੇਸ ਉਹਨਾਂ ਦੇ ਉੱਪਰ ਬਣ ਗਿਆ, ਇਹ ਕੇਸ ਹੁਣ ਕਾਫੀ ਖਿਲਰ ਗਿਆ ਅਸਤੀਫੇ ਤੱਕ ਦੀਆਂ ਗੱਲਾਂ, ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਇੱਕ ਨਾ ਪੰਜਾਬੀ 'ਚ ਕਹਿੰਦੇ ਆ ਪਿਤਾ ਪੁਰ ਪੂਤ ਨਸਲ ਪਰ ਘੋੜਾ। ਸੁਖਪਾਲ ਦੀ ਪ੍ਰਾਬਲਮ ਇਹ ਹੈ ਕਿ ਆਪਣੇ ਪਿਤਾ ਜੀ ਵਰਗਾ ਸੁਭਾਅ ਲਈ ਫਿਰਦਾ। ਸਰਦਾਰ ਸੁਖਜਿੰਦਰ ਸਿੰਘ ਸਿਆਣਾ ਆਦਮੀ ਸੀ, ਪਰ ਉਹ ਬੋਲਦਾ ਸੀ ਬੇਲੋੜਾ ਬੋਲਦਾ ਅਤੇ ਸਾਰਿਆਂ ਨਾਲ ਵਿਗਾੜ ਕੇ ਦੂਜੇ ਚੁੱਕ ਦਿੰਦੇ ਸੀ, ਉਹਨੂੰ ਪਤਾ ਨਹੀਂ ਸੀ ਲੱਗਦਾ। ਬਾਦਲ ਦੀ ਪਹਿਲੀ ਸਰਕਾਰ ਜਦੋਂ ਸ਼ਾਮਿਲ ਹੋਇਆ, ਅਸਲ 'ਚ ਬਾਦਲ ਦੀ ਦੂਜੀ ਸਰਕਾਰ ਸੀ, ਉਹ ਪਹਿਲੀ ਵਾਰੀ ਸ਼ਾਮਿਲ ਹੋਏ, ਦੂਸਰਿਆਂ ਚੁੱਕ ਦਿੱਤਾ ਕਿ ਤੁਸੀਂ ਆਖੋ ਜੀ ਸਿੱਖਾਂ ਦਾ ਵੱਖਰਾ ਦੇਸ਼ ਚਾਹੀਦਾ। ਸੁਖਜਿੰਦਰ ਸਿੰਘ ਹੋਰੀ ਬਾਹਰ ਨਿਕਲ ਕੇ, ਬਾਕੀ ਸਾਰੇ ਜਿਹੜੇ ਚੁੱਕਣ ਵਾਲੇ ਸੀ ਉਹ ਬਾਦਲ ਦੀ ਸਰਕਾਰ 'ਚ ਬੈਠੇ ਰਹੇ। ਅੱਛਾ, ਜਦੋਂ ਦੂਸਰੀ ਵਾਰੀ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣੀ ਅਤੇ ਸੁਖਜਿੰਦਰ ਸਿੰਘ ਹੋਰੀ ਫਿਰ ਮੰਤਰੀ ਸੀ, ਇਹਨਾਂ ਨੇ ਚੁੱਕ ਕੇ ਬਾਦਲ ਸਾਹਿਬ ਨੇ, ਟੌੜਾ ਸਾਹਿਬ ਨੇ ਬਿਆਨ ਇਹਨਾਂ ਤੋਂ ਦਵਾਇਆ। ਜਿਹੜੇ ਦੋ ਬੰਦੇ ਉੱਥੋਂ ਬਿਆਨ ਦਵਾਉਣ ਵਾਲੇ ਸੀ ਨਾਲ, ਟੌੜਾ ਸਾਹਿਬ ਦੇ ਨਾਲ ਗਏ ਸੀ, ਉਹ ਦੋਵੇਂ ਜਣੇ ਉਸ ਵਕਤ ਸਰਕਾਰ ਵਿੱਚ ਬੈਠੇ ਰਹੇ ਇਹਨਾਂ ਦਾ ਅਸਤੀਫਾ ਦਵਾ ਕੇ,
ਅਤੇ ਬਾਅਦ ਵਿੱਚ ਫਿਰ ਬਾਦਲ ਨਾਲ ਰਲ ਗਏ। ਹੁਣ ਉਹੀ ਹਾਲਤ ਸੁਖਪਾਲ ਸਿੰਘ ਖਹਿਰੇ ਦੀ ਬੋਲਦਾ, ਬ੍ਰੇਕਾਂ ਨਹੀਂ ਲਾਉਂਦਾ, ਇਹਨੇ ਆਪਣੇ ਵਿਰੋਧੀ ਬਹੁਤ ਪੈਦਾ ਕੀਤੇ। ਇੱਕ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਦਾ ਅਤੇ ਚਿੱਕੜ ਹੀ ਸੁੱਟ ਦਿੰਦਾ। ਅਗਲੇ ਦਿਨ ਪਟਿਆਲੇ ਜਾ ਕੇ ਕਹਿੰਦਾ ਸੁਖ ਅਮਰਿੰਦਰ ਸਿੰਘ ਨਾਲ ਦਾ ਲੀਡਰ ਹੀ ਕੋਈ ਨਹੀਂ, ਆਪਰੇਸ਼ਨ ਬਲੂ ਸਟਾਰ ਹੋਇਆ ਅਤੇ ਇਹਨੇ ਪਾਰਲੀਮੈਂਟ ਤੋਂ ਅਸਤੀਫਾ ਦੇ ਦਿੱਤਾ। ਸ਼ਾਮ ਤੱਕ ਸਾਰੇ ਸੋਸ਼ਲ ਮੀਡੀਆ 'ਤੇ ਆ ਜਾਂਦਾ ਕਿ ਇੰਨੀ ਚਾਪਲੂਸੀ ਦੀ ਲੋੜ ਸੀ। ਅਗਲੇ ਦਿਨ ਅਮਰਿੰਦਰ ਸਿੰਘ ਦੇ ਖਿਲਾਫ ਫਿਰ ਯਾਨੀ ਘੜੀ ਦੇ ਪੈਂਡਲਮ ਵਾਂਗ ਕੰਧ 'ਤੇ ਲੱਗੇ ਕਲਾਕ ਵਾਂਗ, ਕਦੇ ਐਂ ਚੱਲਿਆ ਕਦੇ ਐਂ, ਉਹਦੇ 'ਚ ਇਹਨੇ ਆਪਣੇ ਦੁਸ਼ਮਣ ਇੰਨੇ ਬਣਾ ਦਿੱਤੇ ਆ ਕਿ ਇਸ ਸਟੇਜ 'ਤੇ ਨਾ ਕਾਂਗਰਸੀਆਂ ਵਿੱਚੋਂ ਇਹਦੇ ਨਾਲ ਕਿਸੇ ਦੀ ਹਮਦਰਦੀ ਆ, ਨਾ ਅਕਾਲੀਆਂ 'ਚੋਂ, ਨਾ ਭਾਜਪਾ 'ਚੋਂ, ਇਹਦੀ ਆਪਣੀ ਪਾਰਟੀ ਵਿੱਚੋਂ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਆ, ਚਾਰ ਪੰਜ ਤਾਂ ਇਹੋ ਜਿਹੇ ਆ ਜਿਨ੍ਹਾਂ ਨੇ ਕਿਤੇ ਪੰਜਾਬੀ ਦਾ ਮੁਹਾਵਰਾ ਸੁਣ ਲਿਆ, ਸਰੀਕ ਮਰਿਆ ਥਾਂ ਵਿਹਲਾ ਹੋਇਆ, ਉਹ ਚਾਹੁੰਦੇ ਆ ਕਿ ਕੇਸ 'ਚ ਫਸ ਜਾਵੇ, ਇਹਦੀ ਥਾਂ 'ਤੇ ਅਸੀਂ ਆਪੋਜੀਸ਼ਨ ਲੀਡਰ ਹੀ ਬਣ ਜਾਵਾਂਗੇ। ਹੁਣ ਆਪੋਜੀਸ਼ਨ ਲੀਡਰ 'ਤੇ ਇੱਕ ਬਣਨਾ, 21-22 ਤਾਂ ਬਣ ਨਹੀਂ ਜਾਣੇ ਹੁੰਦੇ, ਪਰ ਉਹ ਇਸ ਤਰ੍ਹਾਂ ਦੇ ਵੀ ਕੁਛ ਹੈਗੇ ਆ। ਇਸ ਵੇਲੇ ਇਹ ਉਲਝਣ 'ਚ ਫਸ ਗਿਆ, ਕੇਸ ਪੁਰਾਣਾ, ਬਾਦਲ ਸਰਕਾਰ ਵੇਲੇ ਇੱਕ ਸਰਪੰਚ ਫੜਿਆ ਗਿਆ, ਇਹਨੇ ਹਾਈਕੋਰਟ ਜਾ ਕੇ ਅਰਜੀ ਦਿੱਤੀ ਜੀ ਮੇਰਾ ਨਾਂ ਝੂਠਾ ਪਾਇਆ ਜਾ ਰਿਹਾ। ਸਰਕਾਰ ਨੇ ਆਖਿਆ ਜੀ ਅਸੀਂ ਪੜਤਾਲ ਕਰਾ ਲਈ, ਇਹਦਾ ਤਾਂ ਵਿੱਚ ਦੋਸ਼ ਹੀ ਕੋਈ ਨਹੀਂ, ਇਹਦਾ ਨਾਂ ਹੀ ਕੋਈ ਨਹੀਂ ਆਉਂਦਾ ਪਿਆ, ਅਰਜੀ ਡਰਾਪ ਹੋ ਗਈ, ਕੇਸ ਖਤਮ ਹੋ ਗਿਆ। ਜਦੋਂ ਬਾਦਲ ਸਰਕਾਰ ਨੇ ਕੇਸ ਬਣਾਇਆ ਸੀ, ਬਾਦਲ ਸਰਕਾਰ ਹੀ ਖਤਮ ਕਰ ਗਈ ਹੈ, ਹੁਣ ਦੁਬਾਰਾ ਉਹ ਕੇਸ ਕਿੱਥੋਂ ਉੱਠ ਗਿਆ? ਉਹ ਕੇਸ ਦੇ ਵਿੱਚ ਉਸ ਬੰਦੇ ਨੂੰ ਸਜ਼ਾ ਵੀ ਹੋ ਚੁੱਕੀ ਹੈ, ਉਹਦੇ 'ਚ ਸਰਕਾਰੀ ਵਕੀਲ ਨੇ ਜਾ ਕੇ ਅਰਜੀ ਦੇ ਦਿੱਤੀ ਹੈ ਕਿ ਅੱਜ ਹੀ ਗਵਾਹੀਆਂ ਦੇ ਮੁਤਾਬਕ ਸੁਖਪਾਲ ਸਿੰਘ ਖਹਿਰੇ 'ਤੇ ਵੀ ਕੇਸ ਬਣਦਾ। ਜਦੋਂ ਵਕੀਲ ਜਾ ਕੇ ਕਹੇਗਾ ਅਤੇ ਅਦਾਲਤ ਨੇ ਸਜ਼ਾ ਨਹੀਂ ਸੁਖਪਾਲ ਸਿੰਘ ਖਹਿਰੇ ਨੂੰ ਦਿੱਤੀ ਹੈ, ਪਰ ਸੁਖਪਾਲ ਸਿੰਘ ਖਹਿਰੇ ਨੂੰ ਸੱਦ ਕੇ ਸੰਮਣ ਕਰਕੇ ਅਦਾਲਤ ਪੁੱਛੂ ਤਾਂ ਸਹੀ ਨਾ ਕਿ ਤੇਰੇ ਖਿਲਾਫ ਆਹ ਇੱਕ ਸ਼ਿਕਾਇਤ ਹੋਈ ਹੈ, ਦੇ ਜਵਾਬ। ਭਾਵੇਂ ਜਾਂਦਿਆਂ ਸਾਰੇ ਜੱਜ ਆਖੇ ਕਿ ਇਹਦੇ ਵਿੱਚ ਨਹੀਂ ਕੱਖ ਹੋਈ, ਸੁਖਪਾਲ ਸਿੰਘ ਖਹਿਰੇ ਨੇ ਜਵਾਬ ਦਿੱਤਾ ਜਾ ਕੇ ਕਦੋਂ ਤੁਰਦਾ ਉਹ ਆਪਣੀ ਲੀਡਰੀ ਕਰ, ਪਰ ਜਦੋਂ ਇੱਕ ਦੀ ਸ਼ਿਕਾਇਤ ਕਰ ਦਿੱਤੀ ਹੈ ਸਰਕਾਰੀ ਵਕੀਲ ਨੇ, ਪੇਸ਼ਤਾ ਨੂੰ ਹੋਣਾ ਪਊ। ਹੁਣ ਕੁਛ ਲੋਕ ਕਹਿੰਦੇ ਜੀ ਇਹਨੂੰ ਗ੍ਰਿਫਤਾਰ ਕੀਤਾ ਜਾਵੇ, ਕੁਛ ਲੋਕ ਕਹਿੰਦੇ ਆ ਜੀ ਇਹ ਤੋਂ ਆਪੋਜੀਸ਼ਨ ਲੀਡਰੀ ਖੋਈ ਜਾਵੇ, ਕਿਉਂਕਿ ਸਾਰਿਆਂ ਦਾ ਅਸਤੀਫਾ ਇਹ ਮੰਗਦਾ ਰਿਹਾ, ਸਾਰੇ ਇਹਦਾ ਮੰਗ ਰਿਹਾ। ਔਰ ਕਮਾਲ ਦੀ ਗੱਲ ਪਤਾ ਕੀ ਹੈ, ਅਸਤੀਫਾ ਮੰਗਣ ਵਾਲਿਆਂ 'ਚ ਇਹ ਆਖਣ ਵਾਲਿਆਂ 'ਚ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਇਹਦੇ ਅਪਰਾਧੀਆਂ ਨਾਲ ਕਨੈਕਸ਼ਨ ਨਿਕਲੇ ਆ, ਇਹਨਾਂ ਸਾਰਿਆਂ ਦੀ ਅਗਵਾਈ ਬੀਬੀ ਜਗੀਰ ਕੌਰ ਕਰ ਰਹੀ ਹੈ, ਜਿਹਨੂੰ ਆਪ ਨੂੰ ਮਤਲਬ ਇੱਕ ਕੇਸ 'ਚ ਸਜ਼ਾ ਹੋਈ ਹੈ। ਇਹ ਪੰਜਾਬ ਦੀ ਰਾਜਨੀਤੀ ਬਸ ਇੱਦਾਂ ਦੀ ਹੈ, ਚੱਲੀ ਜਾਂਦੀ ਹੈ। ਹੁਣ ਇਹ ਚਫੇਰਿਓਂ ਘਿਰਿਆ, ਜਿੱਦਾਂ ਦਾ ਗੱਤਕਾ ਇਹ ਖੇਡਦਾ ਰਿਹਾ, ਉਸ ਗੱਤਕੇਬਾਜ਼ੀ 'ਚ ਹੁਣ ਅਭਿਮਨੂ ਤਾਂ ਹੈ ਨਹੀਂ, ਪਰ ਚੱਕਰ ਵੀ ਉਹ 'ਚ ਘਿਰ ਗਿਆ, ਚੱਕਰ ਵੀ ਘਿਰ ਗਿਆ। ਇੱਕ ਜਿਹੜੀ ਚੀਜ਼ ਹੁਣ ਹੋਰ ਹੈ, ਉਹ ਵੀ ਮੈਨੂੰ ਲੱਗਦਾ ਵੀ ਤੰਗ ਕਰੂਗੀ ਆਉਣ ਵਾਲੇ ਦਿਨਾਂ 'ਚ। ਕੈਪਟਨ ਸਾਹਿਬ ਦਾ ਵੀ ਉਹਦੇ 'ਤੇ ਬਿਆਨ ਆਇਆ ਕਿ ਵੀ ਬਾਜਵਾ ਸਾਹਿਬ ਦੀ ਮੇਰੇ ਨਾਲ ਕੀ ਨਾਰਾਜ਼ਗੀ, ਮੈਨੂੰ ਇਹਦੇ ਬਾਰੇ ਪਤਾ ਨਹੀਂ। ਅਤੇ ਹੁਣ ਉਹਦੇ ਬਾਰੇ ਵੀ ਸਵਾਲ ਇੱਕ ਸੁਖੋਂ ਦੁਆਰਾ ਪੁੱਛਿਆ ਕਿ ਉਹ ਉਹਨਾਂ ਦਾ ਕੀ ਸਟੈਂਡ ਆ, ਅਤੇ ਪਲੱਸ ਰਾਹੁਲ ਗਾਂਧੀ ਦਾ ਨਾਂ ਵਰਤ ਕੇ ਉਹ ਜਿੱਦਾਂ ਦੀਆਂ ਟਕਾਉਂਚਾਂ ਕਰ ਰਹੇ, ਉਹਦੇ ਬਾਰੇ ਕੀ ਕਹਿੰਦੇ ਹੋ? ਥੋੜ੍ਹੇ ਦਿਨ ਪਹਿਲਾਂ ਇੱਕ ਸੱਜਣ ਨੇ ਨਾ ਇੱਕ ਕਮੈਂਟ ਇੱਦਾਂ ਦਾ ਪਾਇਆ ਸੀ ਕਿ ਬਾਜਵਾ ਆਖਰ ਬਾਜ ਵਾ ਉਹ ਝਪੱਟਾ ਮਾਰੂਗਾ ਜੀ। ਅੱਛਾ, ਇੱਦਾਂ ਦੇ ਕਮੈਂਟਸ ਲੋਕ ਸੋਸ਼ਲ ਮੀਡੀਆ 'ਤੇ ਬਹੁਤ ਪਾ ਦਿੰਦੇ। ਮੈਂ ਨਹੀਂ ਸਮਝਿਆ ਕਿ ਬਾਜਵਾ ਕੋਈ ਝਪੱਟੇ ਮਾਰਨ ਨੂੰ ਫਿਰਦਾ ਜੀ। ਮਾੜੇ ਮੋਟੇ ਮਤਭੇਦ ਪਹਿਲਾਂ ਵੀ ਰਹੇ, ਉਹ ਮਤਭੇਦ ਕਾਂਗਰਸ ਪਾਰਟੀ 'ਚ ਵੀ ਹੈ, ਸਾਰੀਆਂ ਪਾਰਟੀਆਂ 'ਚ। ਅੱਜ ਦੀ ਸਥਿਤੀ ਵਿੱਚ ਪ੍ਰਤਾਪ ਸਿੰਘ ਬਾਜਵੇ ਕੋਲ ਹੋਰ ਟਿਕਾਣਾ ਕਿਹੜਾ ਜੀ? ਇੱਥੇ ਉਹ ਪਾਰਲੀਮੈਂਟ ਮੈਂਬਰ ਹੈ, ਜੇ ਕਾਂਗਰਸ ਪਾਰਟੀ ਫਰਜ਼ ਕਰੋ ਉਹ ਮਤਭੇਦ ਵਧਾ ਲਵੇ, ਕਿਹਦੇ ਕੋਲ ਜਾਣਾ ਪਊ ਜੀ? ਪੰਜਾਬ ਵਿੱਚ ਇੱਕੋ ਹੀ ਅੱਡਾ ਫਿਰ ਰਹਿ ਜਾਂਦਾ ਅਕਾਲੀਆਂ ਦਾ, ਉਸ ਅਕਾਲੀ ਪਾਰਟੀ ਦਾ ਜਿਨ੍ਹਾਂ ਨੇ ਬਾਜਵਾ ਸਾਹਿਬ ਦੀ ਪਤਨੀ ਸਾਹਮਣੇ ਬੈਠੀ ਸੀ ਅਸੈਂਬਲੀ 'ਚ, ਗਿਣ ਗਿਣ ਕੇ ਪੇਕੇ ਸਹੁਰੇ ਉਹਦੇ ਨੌਲ ਦਿੱਤੇ ਸੀ, ਇੰਨਾ ਜਲੂਸ ਕੱਢਿਆ ਸੀ, ਉਹਨਾਂ ਨਾਲ ਤਾਂ ਸਾਂਝ ਪੈ ਨਹੀਂ ਸਕਦੀ। ਇਸ ਵੇਲੇ ਕਾਂਗਰਸ ਪਾਰਟੀ ਦੇ ਵਿੱਚ ਅੰਦਰ ਖਾਤੇ ਦੀ ਜਿਹੜੀ ਖਿੱਚੋਤਾਣ, ਉਸ ਖਿੱਚੋਤਾਣ 'ਚ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੈ, ਦੂਸਰੇ ਪਾਸੇ ਬਾਜਵਾ ਇਕੱਲਾ ਨਹੀਂ, 5-6 ਜਾਣੇ ਆ ਜੀ। ਉਹ ਕੁਝ ਇਹੋ ਜਿਹੇ ਹੁੰਦੇ ਆ ਜਿਹੜੇ ਸਾਇਲੈਂਟ ਐਕਟਰ ਹੁੰਦੇ ਆ, ਉਹ ਬੋਲਦੇ ਨਹੀਂ, ਚੁੱਪ ਚੁੱਪੀਤੇ ਅੰਦਰੇ ਅੰਦਰ ਇੱਦਾਂ ਕਰੀ ਜਾਂਦੇ ਆ। ਅੱਛਾ, ਕੁਛ ਉੱਥੇ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਦੋਵੇਂ ਪਾਸੇ ਖੇਡਦੇ ਆ ਜੀ। ਜਦੋਂ ਗਿਆਨੀ ਜੈਲ ਸਿੰਘ ਹੋਮ ਮਿਨਿਸਟਰ ਸੀ ਅਤੇ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ, ਜਲੰਧਰ ਦਾ ਇੱਕ ਸੱਜਣ, ਉਦੋਂ ਕਾਲਾਂ ਆਪਣੇ ਆਪ ਨਹੀਂ ਸੀ ਬਣਾਈਆਂ ਜਾਂਦੀਆਂ, ਇੱਥੋਂ ਡਾਕਖਾਨੇ ਉੱਥੋਂ ਟੈਲੀਫੋਨ ਐਕਸਚੇਂਜ ਤੋਂ ਕਾਲ ਬੁੱਕ ਕਰਾਈ ਦੀ ਸੀ ਅਤੇ ਫਿਰ ਮਤਲਬ ਹੁੰਦੀ ਸੀ ਗੱਲ, ਉਹ ਰੋਜ਼ ਸਵੇਰੇ ਫੋਨ ਕਰਕੇ ਅਤੇ ਦੋਵਾਂ ਨੂੰ ਚੁੱਕਦਾ ਹੁੰਦਾ ਸੀ ਜੀ। ਉਹਨੇ ਪਹਿਲੀ ਕਾਲ ਮਰਾਈ ਇਹਦੇ ਦਰਬਾਰਾ ਸਿੰਘ ਦੇ ਵਿੱਚ, ਛੇਤੀ ਮਿਲ ਜੂ। ਉਹਨੂੰ ਆਖਿਆ ਜੀ ਅਸੀਂ ਤਾਂ ਇੱਥੇ ਮਰੀ ਜਾਣ ਡੇ ਹਾਂ, ਗਿਆਨੀ ਜੈਲ ਸਿੰਘ ਦੇ ਬੰਦੇ ਬਹੁਤ ਤੰਗ ਕਰਦੇ, ਤੁਸੀਂ ਜਰਾ ਖਿਆਲ ਰੱਖੋ ਸਾਡਾ, ਇੱਦਾਂ ਤਾਂ ਗਿਆਨੀ ਜੈਲ ਸਿੰਘ ਭਾਰੂ ਹੋ ਜੂ। ਦੂਸਰੀ ਕਾਲ ਉਹਨੇ ਦਿੱਲੀ ਦੀ ਬੁੱਕ ਕਰਾਈ ਸੀ ਅਤੇ ਉਹ ਬਾਬਾ ਚਿਰ ਬਾਅਦ ਮਿਲਦੀ ਹੁੰਦੀ ਹੈ, ਉਹ ਮਿਲੀ ਅੱਜ, ਉਹਨਾਂ ਨੇ ਹੈਲੋ ਕੀਤੀ, ਸਤਿ ਸ਼੍ਰੀ ਅਕਾਲ ਕਰਕੇ ਨਾਲ ਲੱਗ ਪਿਆ ਆਖਣ,
ਕਿ ਤੁਸੀਂ ਜਨਾਬ ਉੱਥੇ ਦਿੱਲੀ ਬੈਠੇ ਹਾਂ, ਸਾਨੂੰ ਤਾਂ ਦਰਬਾਰਾ ਸਿੰਘ ਨੇ ਬਹੁਤ ਤੰਗ ਕੀਤਾ ਪਿਆ, ਅਸੀਂ ਇਹ ਤੋਂ ਬਹੁਤ ਦੁਖੀ ਹਾਂ, ਕਦੋਂ ਗੋਲਾ ਲੱਤੂਗਾ। ਜਦੋਂ ਗੱਲਾਂ ਦੋਵੇਂ ਕਰ ਲਈਆਂ ਅਤੇ ਉਹ ਜੇ ਰੱਖਿਆ ਹੀ ਅਤੇ ਉਹ ਟੈਲੀਫੋਨ ਐਕਸਚੇਂਜ ਵਾਲੇ ਮੁੰਡੇ ਨੇ ਮਤਲਬ ਆਪਣੇ ਨੰਬਰ ਬਣਾਉਣੇ ਸੀ ਵੀ ਤੁਹਾਡੀਆਂ ਕਾਲਾਂ ਬਣਾ ਦਿੱਤੀਆਂ, ਸਰਦਾਰ ਜੀ ਖੁਸ਼ ਹੋ ਜਾਣ। ਕਹਿੰਦਾ ਸਰਦਾਰ ਜੀ ਅੱਜ ਤੱਕ ਕਮਾਲ ਹੋ ਗਈ, ਦਿੱਲੀ ਵਾਲੇ ਕਾਲ ਪਹਿਲਾਂ ਮਿਲ ਗਈ ਅਤੇ ਚੰਡੀਗੜ੍ਹ ਵਾਲੀ ਬਾਅਦ 'ਚ ਮਿਲੀ। ਫਿਰ ਪਤਾ ਲੱਗਾ ਕਿ ਗਿਆਨੀ ਜੈਲ ਸਿੰਘ ਦੀਆਂ ਚੁਗਲੀਆਂ ਮੈਂ ਗਿਆਨੀ ਜੈਲ ਸਿੰਘ ਕੋਲ ਕਰਤੀਆਂ ਅਤੇ ਦਰਬਾਰਾ ਸਿੰਘ ਦੀਆਂ ਦਰਬਾਰਾ ਸਿੰਘ ਕੋਲ ਹੀ ਕਰਤੀਆਂ। ਭੁਲੇਖਾ ਪੈ ਗਿਆ, ਗਿਆਨੀ ਜੈਲ ਸਿੰਘ ਜਿਹੜੀ ਗੱਲ ਕਹਿਣੀ ਉਹ ਦਰਬਾਰਾ ਸਿੰਘ ਕਹਿੰਦੀ। ਅੱਛਾ, ਇੱਦਾਂ ਦੇ ਕੁਛ ਬੰਦੇ ਆ ਇਸ ਵੇਲੇ ਕਾਂਗਰਸ ਪਾਰਟੀ 'ਚ ਬੈਠੇ ਆ ਜਿਹੜੇ ਦੋਵੇਂ ਪਾਸੇ ਫਿਰਦੇ ਆ। ਅਤੇ ਪਿਛਲਿਆਂ ਦਿਨਾਂ 'ਚ ਇੱਕ ਸੱਜਣ ਮੈਨੂੰ ਵੀ ਮਿਲਿਆ ਸੀ, ਮੈਨੂੰ ਆਖਿਆ, ਮੈਂ ਕਿਹਾ ਵੀ ਅੱਗੋਂ ਆਪਣਾ ਕੀ ਪ੍ਰੋਗਰਾਮ, ਪਹਿਲਾਂ ਮੈਨੂੰ ਇਹ ਦੱਸ ਵੀ ਮੈਨੂੰ ਤੇਰੀ ਨੇੜ ਤੱਕ ਇਹਦੇ ਨਾ। ਮੈਂ ਕਿਹਾ ਹੈ ਵੀ ਪੁੱਛ ਕੇ ਸਾਰਿਆਂ ਦਾ ਗੱਲ ਕਰਦਾ ਹੁੰਦਾ, ਜੇ ਤੁਸੀਂ ਪੱਤਰਕਾਰਾਂ ਤੋਂ ਵੀ ਇਹ ਪੁੱਛਦੇ ਆ ਵੀ ਤੇਰੀ ਨੇੜ ਤੱਕ ਇਹਦੇ ਨਾ, ਸਾਡੇ ਨਾਲ ਤਾਂ ਮੇਰੀ ਤਾਂ, ਮੈਂ ਕਿਹਾ ਤੇਰੇ ਨਾਲ ਵੀ ਨੇੜਤਾ ਹੈ ਨੀਗੀ, ਤੂੰ ਹੀ ਆ ਗਿਆ ਮੇਰੇ ਕੋਲ ਮਿਲਣ ਵਾਸਤੇ, ਮੇਰੇ ਦੀ ਨੇੜਤਾ ਤੇਰੇ ਨਾਲ ਹੈ ਕੋਈ ਨਹੀਂ। ਨਾ ਤਾਂ ਮੈਂ ਕਿਹਾ ਮੁੱਖ ਮੰਤਰੀ ਬਣਨ ਤੋਂ ਬਾਅਦ ਅਜੇ ਤੱਕ ਮੈਂ ਅਮਰਿੰਦਰ ਸਿੰਘ ਨੂੰ ਮਿਲਿਆ ਜੀ, ਔਰ 1997 'ਚ ਇੱਕ ਵਾਰ ਮਿਲਿਆ ਸਰ, 2004 'ਚ ਇੱਕ ਵਾਰੀ ਮਿਲਿਆ, ਮੈਂ ਤਾਂ ਕਦੇ ਮਿਲਦਾ ਮੁਲਦਾ ਨਹੀਂ ਹੁੰਦਾ। ਬਾਦਲ ਸਾਹਿਬ ਨੂੰ ਵੀ ਮੇਰਾ ਖਿਆਲ ਉੱਠ ਤੱਕ 3 ਜਾਂ 4 ਵਾਰ ਮਿਲਿਆ, ਸਾਡੀ ਨਹੀਂ, ਮੈਂ ਕਹਿੰਦਾ ਨੇੜਤਾ ਤੂੰ ਵੀ ਮਿਲਣਾ ਆ, ਪਰ ਤੇਰੀ ਗੱਲ ਤੋਂ ਮੈਨੂੰ ਪਤਾ ਲੱਗ ਗਿਆ ਕਿ ਤੂੰ ਜਾ ਕੇ ਪਹਿਲਾਂ ਸੁੰਘਦਾ ਕਿ ਅਗਲੇ ਦੀ ਕੀ ਤਰ੍ਹਾਂ ਨੇੜਤਾ। ਅਤੇ ਇਹ ਜਿਹੜੇ ਇੱਦਾਂ ਦੇ ਬੰਦੇ ਉਹ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵੇ ਦਾ ਭੇਟ ਕਰਾਉਣ ਵਾਸਤੇ ਬਾਬਾ ਸਰਗਰਮ ਨੇ, ਲੱਗਦਾ ਹੈ ਕਿ ਇਹਨਾਂ 'ਚੋਂ ਵੀ ਕੋਈ ਨਾ ਕੋਈ ਬੰਦਾ ਸੈੱਟ ਖਾਊਗਾ। ਅੱਛਾ ਜੀ, ਸੋ ਕੁੱਲ ਮਿਲਾ ਕੇ ਜਿਹੜਾ ਬਾਜਵਾ ਵਾਲੀਆਂ ਗੱਲਾਂ ਨੇ ਉਹ ਹਵਾਵਾਂ 'ਚ ਹੈਗੀਆਂ। ਸੋਸ਼ਲ ਮੀਡੀਆ 'ਚ ਪਾਈ ਹੈ ਕਿ ਬਾਜ ਬਾਜਵਾ ਬਾਜ ਵਾਹ ਬਾਜ ਝਪੱਟਾ ਤਾਂ ਮਾਰੇਗਾ ਝਪੱਟਾ। ਅੱਛਾ, ਇੱਦਾਂ ਦੀ ਗੱਲ ਜਿਹੜੀ ਸੀ, ਪਰ ਮੈਂ ਨਹੀਂ ਸਮਝਿਆ ਕਿ ਬਾਜਵਾ ਇੱਦਾਂ ਦਾ, ਉਹ ਸੋਸ਼ਲ ਮੀਡੀਆ 'ਚ ਬਹੁਤ ਕੁਛ ਇਹੋ ਜਿਹਾ ਆਉਂਦਾ ਜਿਹਨੂੰ ਅਸੀਂ ਇਸ ਤਰ੍ਹਾਂ ਲੈ ਸਕਦੇ ਹਾਂ। ਪਰ ਰੌਲਾ ਤਾਂ ਤੁਹਾਨੂੰ ਸਭ ਕਿਤੇ ਨਾ ਕਿਤੇ ਉਹਨਾਂ ਨੂੰ ਇਹੀ ਲੱਗਦਾ ਨਾ ਵੀ 2019 'ਚ ਜਿਹੜੀ ਮੇਰੀ ਘਰਵਾਲੀ ਨੂੰ ਟਿਕਟ ਦੇਣ ਦਾ ਫੈਸਲਾ ਸੀਗਾ, ਕਿਤੇ ਇਹ ਨਾ ਹੋਵੇ ਕਿ ਜਾਖੜ ਸਾਹਿਬ ਦੁਬਾਰਾ ਮਲ ਮਾਰ ਜਾਣ। ਨਹੀਂ, ਉਹਨਾਂ ਦਾ ਰੌਲਾ ਹੀ ਲੱਗਦਾ ਉਹ 12ਵੀਂ ਜਾਣ। ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਫੈਸਲਾ ਉੱਤੇ ਕਰਵਾ ਲਿਆ ਅਤੇ ਮੁੜ ਕੇ ਉੱਤੇ ਅੜ ਗਿਆ ਜੀ ਕਿ ਇੱਕ ਪਰਿਵਾਰ 'ਚ 2 ਟਿਕਟਾਂ ਨਹੀਂ ਦੇਣੀਆਂ, ਆਪ ਵੀ ਇੱਕੋ ਟਿਕਟ ਲਈ ਜੀ ਸਕਾ ਭਰਾ ਟਿਕਟ ਮੰਗਦਾ ਸੀ। ਪਿਛਲੀ ਵਾਰੀ 2012 ਦੀਆਂ ਚੋਣਾਂ 'ਚ ਵੀ ਇਸੇ ਕਰਕੇ ਰੁੱਸ ਕੇ ਬਾਦਲ ਨਾਲ ਗਿਆ ਸੀ, ਉਹਨੂੰ ਵੀ ਟਿਕਟ ਨਹੀਂ ਦਿੱਤੀ ਜੀ। ਘਰ ਵਾਲੀ ਟਿਕਟ ਮੰਗਦੀ ਸੀ, ਉਹਨੂੰ ਵੀ ਆਖਿਆ ਨਹੀਂ ਪਰਨੀਤ ਇਸ ਵੇਲੇ 3 ਟਿਕਟ ਨਹੀਂ ਦੇਣੀ, ਅੱਗੇ ਤੋਂ ਵਿਦੇਸ਼ ਮੰਤਰੀ ਵੀ ਰਹਿ ਚੁੱਕੀ ਆ ਪਰ ਹੁਣ ਨਹੀਂ ਟਿਕਟ ਦੇਣੀ। ਮੁੰਡੇ ਵਾਸਤੇ ਵੀ ਪਰਿਵਾਰ ਜ਼ੋਰ ਲਾਉਂਦਾ ਸੀ ਇੱਕ ਟਿਕਟ, ਉਹਨੇ ਆਖਿਆ ਨਹੀਂ। ਲਾਲ ਸਿੰਘ ਨੇ ਆਪਣੀ ਟਿਕਟ ਮੁੰਡੇ ਨੂੰ ਦਵਾ ਦਿੱਤੀ ਕਿ ਮੈਨੂੰ ਤਾਂ ਮਿਲ ਜਾਣੀ ਹੈ, ਜਦੋਂ ਇੱਕ ਟਿਕਟ ਮੁੰਡੇ ਵਾਸਤੇ ਹੋ ਗਈ ਮੁੜ ਕੇ ਲਾਲ ਸਿੰਘ ਨੂੰ ਵੀ ਕਹਿਤਾ ਕਿ ਤੈਨੂੰ ਹੋਰ ਕਿਤੇ ਐਡਜਸਟ ਕਰ ਦਿਆਂਗੇ, ਇਹ ਟਿਕਟ ਤੈਨੂੰ ਨਹੀਂ ਦੇਣੀ। ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਕਹਿਤਾ ਕਿ ਤੈਨੂੰ ਰਾਜ ਸਭਾ ਦਾ ਮੈਂਬਰ ਬਣਾਤਾ, ਪਰਿਵਾਰ 'ਚ ਦੂਜੇ ਨੂੰ ਟਿਕਟ ਨਹੀਂ ਮਿਲ ਸਕਦੀ। ਜਦੋਂ ਉਹਨੇ ਸਾਰਿਆਂ ਨੂੰ ਇਹ ਕਹਿਤਾ ਅਤੇ ਅਗਲੀ ਵਾਰੀ ਵੀ ਹੁਣ ਪ੍ਰਤਾਪ ਸਿੰਘ ਬਾਜਵਾ ਜਾਂ ਤਾਂ ਆਪਣੀ ਪਾਰਲੀਮੈਂਟ ਦੀ ਮੈਂਬਰੀ ਛੱਡ ਕੇ ਆਵੇ, ਇਹ ਟਿਕਾਅ ਹੋਵੇਗਾ ਤਾਂ ਹਿਮਾਚਲ ਵਿੱਚ ਕਾਂਗਰਸ ਪਾਰਟੀ ਇਸ ਵੇਲੇ ਮਾਝੀ ਚੱਲੀ ਹੈ। ਉਹ ਇਸ ਕਰਕੇ ਕਿ ਜਦੋਂ ਪਤਾ ਸੀ ਕਿ ਹੁਣ ਸਾਡੀ ਗੱਡੀ ਜਿਹੜੀ ਆ ਉਹ ਗਲਤ ਰਸਤੇ ਬਾਈਪਾਸ ਜਾਣ ਦੀ ਥਾਂ ਮੜੀਆਂ ਵਾਲੇ ਪਾਸੇ ਤੁਰੀ ਜਾਂਦੀ ਹੈ, ਉਦੋਂ ਵੀ ਲੀਡਰਾਂ ਨੇ ਆਪਣੇ ਪੁੱਤਰਾਂ ਵਾਸਤੇ ਘਰ ਵਾਲੀਆਂ ਵਾਸਤੇ ਜ਼ੋਰ ਲਾ ਲਾ ਕੇ ਟਿਕਟਾਂ ਲਈਆਂ ਵੀ ਸ਼ਾਇਦ ਅਸੀਂ ਟੱਬਰ ਹੀ ਆਪਣੇ ਜਿਤਾ ਲਾਂਗੇ, ਅਤੇ ਜਿਤਨੇ ਕਿਸੇ ਦੇ ਵੀ ਨਹੀਂ ਜੋ ਉੱਥੇ ਪੱਠਾ ਪਟਾਉਣ ਲੱਗੇ। ਪੰਜਾਬ ਵਿੱਚ ਇਹ ਨੀਤੀ ਠੀਕ ਹੈ ਕਿ ਇੱਕ ਪਰਿਵਾਰ 'ਚ ਇੱਕੋ ਟਿਕਟ ਦਿੱਤੀ ਜਾਵੇ। ਸੋ ਇਹ ਕਿਤੇ ਨਾ ਕਿਤੇ ਜਿਹੜੀ ਚੀਜ਼ ਹੈ, ਬੀਬੀ ਭੱਟਲ ਨੇ ਵੀ 2012 'ਚ 2 ਸੀਟਾਂ ਲੈਣੀਆਂ ਸੀ, ਇੱਕ ਆਪਣੇ ਵਾਸਤੇ ਇੱਕ ਜਵਾਈ ਵਾਸਤੇ, ਪਰ ਹੁਣ ਨਹੀਂ ਦਿੱਤੀ ਗਈ, ਇੱਕੋ ਦਿੱਤੀ ਉਹਨੇ, ਅਖਰ ਨਹੀਂ ਦੇਣੀ। ਅੱਛਾ, ਹੁਣ ਇੱਕ ਹੋਰ ਬੜਾ ਇੰਪੋਰਟੈਂਟ ਮੁੱਦਾ ਉਹ ਇਹ ਹੈ ਕਿ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਹਿੰਦੂ ਆਗੂ ਵਿਪਿਨ ਸ਼ਰਮਾ ਦਾ ਕਤਲ ਹੋਇਆ ਸੀ। ਜਿੱਦਣ ਉਹ ਹੋਇਆ ਉਸ ਤੋਂ ਬਾਅਦ ਉਹ CCTV ਫੁਟੇਜ ਵੀ ਸਾਹਮਣੇ ਆਈ, ਉਹਦੇ ਵਿੱਚ ਕੁਝ ਪਗੜੀਧਾਰੀ ਸਾਹਮਣੇ ਆਏ, ਅਚਾਨਕ ਜਿਹੜਾ ਇਸ਼ਾਰਾ ਸੀਗਾ ਉਹ ਖੜਕੂ ਜਥੇਬੰਦੀਆਂ ਵਾਲੇ ਪਾਸੇ ਹੋਣ ਲੱਗ ਗਿਆ, ਫਿਰ ਪ੍ਰਦਰਸ਼ਨ ਵੀ ਹੋਣ ਲੱਗ ਗਏ। ਅਚਾਨਕ ਪੁਲਿਸ ਦੀ ਜਿਹੜੀ ਜਾਂਚ ਸੀ ਉਹਦੇ ਵਿੱਚ ਉਹ ਮਾਮਲਾ ਜਿਹੜਾ ਉਹ ਇੱਕ ਬਦਲਾ ਖੋਰੀ ਦਾ ਨਿਕਲਿਆ, ਇਹ ਕੀ ਦੇਖਦੇ ਹੋ ਤੁਸੀਂ? ਦੇਖੋ, ਪਹਿਲਾਂ ਜਦੋਂ ਫੁਟੇਜ ਸਾਹਮਣੇ ਆਈ ਤਾਂ ਇੱਕ ਸਿੱਖ ਨੌਜਵਾਨ ਸਿੱਧੇ ਤੌਰ 'ਤੇ ਖਲੋ ਕੇ ਗੋਲੀਆਂ ਮਾਰਦਾ ਨੰਗੇ ਮੂੰਹ ਜੀ, ਉਹਦੇ ਤੋਂ ਜਾਪਦਾ ਸੀ ਕਿ ਨੰਗੇ ਧੜ ਲੜਾਈ ਵਾਲੇ ਪਾਸੇ ਨੂੰ ਕੁਝ ਖਾੜਕੂ ਜਥੇਬੰਦੀਆਂ, ਕੋਈ ਮਿਲੀਟੈਂਟ, ਕੋਈ ਅੱਤਵਾਦੀ ਇਸ ਪਾਸੇ ਨੂੰ ਤੁਰ ਪਿਆ। ਇਸ ਗੱਲ ਨੂੰ ਚੁੱਕਿਆ ਵੀ ਗਿਆ ਜੀ, ਅਗਲੇ ਦਿਨ ਮੁਜ਼ਾਹਰੇ ਵੀ ਹੋ ਗਏ ਕਈਆਂ ਥਾਵਾਂ 'ਤੇ, ਇਹ ਆਖਿਆ ਗਿਆ ਅੱਤਵਾਦ ਆ ਗਿਆ। ਬਾਅਦ ਵਿੱਚ ਗੱਲ ਹੁਣ ਉੱਥੇ ਕੀ ਨਿਕਲਦੀ ਆ, ਪਿਛਲੀ ਸਰਕਾਰ ਵੇਲੇ ਵੀ ਗੈਂਗ ਸਨ, ਇਸ ਸਰਕਾਰ ਵੇਲੇ ਵੀ ਗੈਂਗ ਜੀ, ਜੇਲ੍ਹਾਂ ਵਿੱਚ ਵੀ ਸਨ, ਬਾਹਰ ਵੀ ਸਨ, ਹੁਣ ਵੀ ਚੱਲਦੇ ਪਏ। ਫਿਰ ਗੈਂਗਸਟਰ ਇੰਨੇ ਮਜ਼ਬੂਤ ਹੋ ਚੁੱਕੇ ਆ ਸਾਰੇ ਦੇਸ਼ ਦੇ ਵਿੱਚ, ਮੁੰਬਈ ਦੇ ਹੋਣ, ਕੋਲਕਾਤਾ ਦੇ ਹੋਣ, ਦਿੱਲੀ ਦੇ ਹੋਣ, ਲਖਨਊ ਦੇ ਹੋਣ, ਜਾਂ ਇੱਥੋਂ ਪੰਜਾਬ ਦੇ, ਵਾਰਦਾਤ ਕਰਕੇ ਬਾਅਦ 'ਚ ਫੇਸਬੁੱਕ 'ਤੇ ਕਿਤੇ ਨਾ ਕਿਤੇ ਮੀਡੀਆ 'ਤੇ ਪਾ ਦਿੰਦੇ, ਅਸੀਂ ਫਲਾਣੇ ਦਾ ਘੋਗਾ ਚਿੱਤ ਕਰ ਦਿੱਤਾ, ਉਹਨੂੰ ਰਗੜ ਦਿੱਤਾ। ਇੱਥੇ ਪੰਜਾਬ ਵਿੱਚ ਵੀ ਗੈਂਗਸਟਰ ਇੱਦਾਂ ਕਰਦੇ, ਜਿਹੜੇ ਮੁੰਡੇ ਦਾ ਨਾਂ ਲੱਗਦਾ ਕਿ ਉਹਨੇ ਕਤਲ ਕੀਤਾ, ਜਿਹੜਾ ਫੋਟੋ 'ਚ ਦਿਖਾਈ ਦਿੰਦਾ, ਅਸੀਂ ਤਾਂ ਉਹਨੂੰ ਪਛਾਣਦੇ ਨਹੀਂ, ਪਰ ਜਿਹੜੇ ਪਛਾਣਦੇ ਲੋਕ ਆ ਉਹ ਕਹਿੰਦੇ ਜੀ ਉਹ ਆਪਣੀ ਬਾਂਹ ਦੇ ਉੱਤੇ ਵੀ ਆਪਣਾ ਨਾਂ ਲਿਖਾਈ ਬੈਠਾ, ਕੀ ਲਿਖਾਈ ਬੈਠਾ ਕਿਸੇ ਨੂੰ ਪਤਾ ਨਹੀਂ। ਹੁਣ ਇੱਦਾਂ ਦਾ ਬਹੁਤ ਕੁਛ ਆਉਂਦਾ ਪਿਆ।
ਮੁੜ ਕੇ ਦੂਜੇ ਨੇ ਬਦਲਾ ਲੈਣ ਵਾਸਤੇ ਪਹਿਲੇ ਦਾ ਪਿਓ ਮਾਰਤਾ ਜੀ। ਲੜਾਈ ਦੋ ਗੈਂਗਾਂ ਵਾਲੇ ਬਦਮਾਸ਼ ਮੁੰਡਿਆਂ ਦੀ ਹੈ, ਮਾਰੇ ਗਏ ਦੋਵਾਂ ਦੇ ਬਾਪ, ਇੱਕ ਦਾ ਬਾਪ ਮਾਰਿਆ ਉਹਨੇ ਆਖਿਆ ਮੈਂ ਤੇਰਾ ਬਾਪ ਮਾਰ ਦੂੰ, ਦੂਸਰੇ ਮਾਰਤਾ, ਦੂਸਰੇ ਦਾ ਬਾਪ ਜਿਹੜਾ ਮਾਰਿਆ ਗਿਆ ਉਹ ਪੁਲਿਸ ਮੁਲਾਜ਼ਮ ਸੀ। ਹੁਣ ਪੁਲਿਸ ਵਾਲੇ ਕਹਿਣ ਕਿ ਸਾਡਾ ਪੁਲਿਸ ਮੁਲਾਜ਼ਮ ਮਾਰਤਾ, ਅਸਲ 'ਚ ਪੁਲਿਸ ਮੁਲਾਜ਼ਮ ਨਹੀਂ ਮਾਰਤਾ, ਪੁਲਿਸ ਮੁਲਾਜ਼ਮ ਹੁੰਦਿਆਂ ਵੀ ਜੀ ਉਹ ਇੱਕ ਬਦਮਾਸ਼ ਦਾ ਬਾਪ ਸੀ, ਇਸ ਕਰਕੇ ਮਾਰ ਦਿੱਤਾ ਦੋ ਬਦਮਾਸ਼ਾਂ ਲੜਾਈ 'ਚ। ਉਸੇ ਲੜਾਈ 'ਚ ਜਿਹੜੇ ਮੁੰਡੇ ਨੇ ਪੁਲਿਸ ਮੁਲਾਜ਼ਮ ਮਾਰਿਆ ਸੀ ਉਹਦੇ ਖਿਲਾਫ਼ ਤਾਂ ਪਰਚਾ ਦਰਜ ਹੋਣਾ ਹੋਣਾ ਸੀ, ਉਹਦੇ ਭਰਾ ਦੇ ਉੱਤੇ ਵੀ ਪਾਤਾ ਗਿਆ ਅਤੇ ਉਹ ਕਹਿੰਦੇ ਭਰਾ ਦਾ ਕਸੂਰ ਕੋਈ ਨਹੀਂ ਸੀ। ਗੱਲ ਇਹ ਨਿਕਲਦੀ ਪਈ ਹੈ ਕਿ ਵਿਪਨ ਸ਼ਰਮਾ ਨੇ ਕਹਿ ਕੇ ਉਹਦੇ ਭਰਾ ਨੂੰ ਫਸਾਇਆ ਸੀ। ਅੱਛਾ, ਜੇ ਦੋ ਗੈਂਗਾਂ ਦੀ ਲੜਾਈ ਸੀ, ਬਦਮਾਸ਼ਾਂ ਦੇ ਦੋ ਧੜਿਆਂ ਲੜਾਈ ਸੀ, ਇਹ ਜਿਹੜਾ ਆਪਣੇ ਆਪ ਨੂੰ ਹਿੰਦੂ ਸੰਘਰਸ਼ ਸੈਨਾ ਕਹਿੰਦਾ ਸੀ ਇਹ ਗੈਂਗਾਂ ਦੀ ਲੜਾਈ 'ਚ ਕਿਉਂ ਸ਼ਾਮਿਲ ਹੋ ਗਿਆ ਜੀ? ਇਹਨੇ ਉਹ ਪਰਚਾ ਕਿਉਂ ਦਰਜ ਕਰਵਾਇਆ? ਉਸ ਪਰਚਾ ਦਰਜ ਕਰਵਾਉਣ ਵਾਲੇ ਮਾਮਲੇ 'ਚ ਹੁਣ ਸਾਰਾ ਦੋਸ਼ ਇਹ ਲੱਗਦਾ ਪਿਆ, ਸਾਰੀਆਂ ਅਖਬਾਰਾਂ ਨੇ ਲਿਖ ਦਿੱਤਾ ਜੀ ਉਹ ਗੱਲ ਵਿੱਚੋਂ ਆਹ ਨਿਕਲੀ ਆ, ਅਤੇ ਜਿਹੜਾ ਮੁੰਡਾ ਜਿਹਦਾ ਬਾਪ ਪਹਿਲਾਂ ਮਾਰਿਆ ਗਿਆ ਸੀ ਉਹਨੂੰ ਕਪੂਰਥਲੇ ਜੇਲ੍ਹ ਤੋਂ ਅੰਮ੍ਰਿਤਸਰ ਲਿਆਉਣ ਲੱਗੇ ਸੀ, ਰਈਏ ਦੇ ਲਾਗੇ ਬੱਸ ਰੋਕ ਕੇ ਗੋਲੀਆਂ ਚਲਾ ਕੇ ਪੁਲਿਸ ਤੋਂ ਬੰਦਾ ਛੁਡਾ ਕੇ ਲੈ ਗਏ ਸੀ, ਇੱਕ ਥਾਣੇਦਾਰ ਨੂੰ ਗੋਲੀ ਵੀ ਮਾਰ ਗਏ ਸੀ, ਬੱਚ ਭਾਵੇਂ ਗਿਆ ਜ਼ਖਮੀ ਹੋਇਆ ਪਰ ਗੋਲੀ ਉਹਨੂੰ ਵੱਜੀ ਸੀ। ਹੁਣ ਇਹਦਾ ਮਤਲਬ ਤਾਂ ਇਹ ਆ ਕਿ ਪੰਜਾਬ ਦੇ ਵਿੱਚ ਗੈਂਗ ਸਿੱਧੇ ਤੌਰ ਦੇ ਉੱਤੇ ਇੱਕ ਦੂਸਰੇ ਨਾਲ ਨਜਿੱਠਦੇ ਪਏ ਆ। ਅਸੀਂ ਲੋਕਾਂ ਬਾਜ਼ਾਰ ਵਿੱਚ ਵੀ ਜਾਣਾ, ਪਰਿਵਾਰ ਨਾਲ ਜੇ ਇਕੱਲੇ ਜਾਈਏ, ਅਸੀਂ ਕਿਸੇ ਥਾਂ 'ਤੇ ਦੁਕਾਨ 'ਤੇ ਖੜ੍ਹੇ, ਅਸੀਂ ਕਿਸੇ ਥਾਂ 'ਤੇ ਬਾਜ਼ਾਰ ਵਿੱਚ ਖੜ੍ਹੇ, ਅਸੀਂ ਕਿਸੇ ਹੋਟਲ 'ਚ ਵੜਨ ਲੱਗੇ, ਸਾਨੂੰ ਇਸ ਗੱਲ ਦੀ ਗਰੰਟੀ ਹੈ ਕਿ ਇਸ ਇਲਾਕੇ 'ਚ ਅੱਜ ਗੈਂਗ ਨਹੀਂ ਫਿਰਦੇ? ਕਿਸੇ ਵਕਤ ਵੀ ਕਦੇ ਵੀ ਆ ਸਕਦੇ, ਇੱਕ ਦੂਜੇ ਗੋਲੀਆਂ ਚਲਾ ਸਕਦੇ। ਮੇਰੇ ਕੋਲ, ਮੇਰਾ ਖਿਆਲ ਪੰਜਾਬ ਦੇ ਪੱਤਰਕਾਰਾਂ 'ਚੋਂ ਸਭ ਤੋਂ ਵੱਧ NRI ਮੇਰੇ ਕੋਲ ਆਉਂਦੇ ਜੀ, ਅਤੇ ਜਦੋਂ ਆਉਂਦੇ ਹੁੰਦੇ ਸਨ ਅੱਗੇ ਉਹਨਾਂ ਨੂੰ ਲੈ ਕੇ ਸ਼ਾਮ ਨੂੰ ਕਿਸੇ ਨਾ ਕਿਸੇ ਹੋਟਲ, ਕਿਸੇ ਰੈਸਟੋਰੈਂਟ ਬੈਠ ਜਾਈਦਾ ਸੀ। ਮੈਂ ਪਿਛਲੇ 4 ਸਾਲਾਂ ਤੋਂ ਰਾਤ ਦੇ ਖਾਣੇ 'ਤੇ ਨਾ ਕਿਸੇ ਦੇ ਜਾ ਰਿਹਾ, ਨਾ ਕਿਸੇ ਨੂੰ ਆਪਦੇ ਸੱਦ ਰਿਹਾ, ਕਿਉਂਕਿ ਅਸੀਂ ਇੱਕ ਇਸ ਤਰ੍ਹਾਂ ਦੇ ਹੋਟਲ 'ਚ ਗਏ, ਉੱਥੇ ਲਾਗੋ ਲਾਗੇ 2 ਹੋਟਲ ਹੈ ਜੀ, ਜਿਹੜੇ ਹੋਟਲ 'ਚ ਅਸੀਂ ਬੈਠੇ ਸੀ ਉੱਥੇ ਇੱਕਦਮ ਵੇਟਰਾਂ ਨੇ ਆ ਕੇ ਕਿਹਾ ਜੀ ਛੇਤੀ ਹੁਣ ਤੁਸੀਂ ਚਲੇ ਜਾਓ। ਅਸੀਂ ਕਿਹਾ ਕਿਉਂ? ਕਹਿੰਦੇ ਜੀ ਨਾਲ ਦਾ ਹੋਟਲ ਜਿਹੜਾ ਉੱਥੇ 2 ਗੈਂਗਾਂ ਦੀ ਲੜਾਈ ਹੋ ਪਈ ਹੈ, ਗੋਲੀਆਂ ਚੱਲ ਗਈਆਂ ਨੇ, ਇੱਥੋਂ ਤੱਕ ਤੁਹਾਨੂੰ ਆਵਾਜ਼ ਨਹੀਂ ਸੁਣੀ, ਪਰ ਪੁਲਿਸ ਆ ਗਈ ਹੈ ਅਤੇ ਪੁਲਿਸ ਨੇ ਆ ਕੇ ਸਾਰਾ ਕਾਰਡਨ ਕਰਨਾ, ਸਾਡੇ ਵਾਲਾ ਵੀ ਰੋਕ ਲੈਣਾ। ਅਸੀਂ ਇਹ ਸੋਚੀ ਜਾਈਏ ਕਿ ਜੇ ਉਹ ਗੈਂਗਾਂ ਦੀ ਲੜਾਈ ਉਸ ਹੋਟਲ 'ਚ ਜਿਹੜਾ ਸਾਰਾ 40 ਗਜ਼ ਦੂਰ ਹੈ ਉੱਥੇ ਨਾ ਹੁੰਦੀ, ਸਾਡੇ ਵਾਲੇ 'ਚ ਹੋ ਜਾਂਦੀ ਜੀ। ਉੱਥੇ ਹੋਈ ਗੋਲੀ ਦੇ ਵਿੱਚ, ਲੜਾਈ ਦੇ ਵਿੱਚ ਇੱਕ ਮੁੰਡੇ ਨੂੰ ਰਾਹ ਜਾਂਦੇ ਨੂੰ ਗੋਲੀ ਲੱਗੀ ਸੀ, ਉਹ ਗੋਲੀ ਸਾਡੇ ਵਿੱਚੋਂ ਵੀ ਦੇਖਣ ਲੱਗ ਸਕਦੀ ਸੀ। ਫਿਰ ਪੰਜਾਬ ਦੇ ਵਿੱਚ ਜਾਨ ਦੀ ਸੁਰੱਖਿਆ ਕਿੱਥੇ ਆ? ਸਰਕਾਰ ਕਿਸੇ ਚੁਣੇ ਹੋਏ ਰਾਜੇ ਦੀ ਹੋਵੇ, ਸਰਕਾਰ ਕਿਸੇ ਬਾਦਸ਼ਾਹ ਦੀ ਹੋਵੇ, ਸਰਕਾਰ ਕਿਸੇ 4 ਫੌਜੀ ਜਰਨੈਲਾਂ ਦੀ ਜੁੰਡੀ ਦੀ ਹੋਵੇ ਜਿਹਨਾਂ ਧੱਕੇ ਨਾਲ ਰਾਜ ਪਲਟਾ ਕੀਤਾ ਹੋਵੇ, ਜੀ ਹਰ ਸਰਕਾਰ ਨੂੰ ਇਹ ਗੱਲ ਕਹਿਣੀ ਅਤੇ ਲਿਖਣੀ ਪੈਂਦੀ ਹੈ ਕਿ ਸਾਡੇ ਰਾਜ ਵਿੱਚ ਹਰ ਨਾਗਰਿਕ ਦੇ ਜਾਨ ਅਤੇ ਮਾਲ ਦੋਵਾਂ ਦੀ ਰਾਖੀ ਕੀਤੀ ਜਾਓ। ਸਰਕਾਰ ਨੂੰ ਲੋਕਾਂ ਦੇ ਜਾਨ ਅਤੇ ਮਾਲ ਦੋਵਾਂ ਦੀ ਰਾਖੀ ਯਕੀਨੀ ਬਣਾਉਣੀ ਚਾਹੀਦੀ ਹੈ, ਪਰ ਜੇ ਰਸਤਿਆਂ ਵਿੱਚ ਗੈਂਗ ਇਸ ਤਰ੍ਹਾਂ ਤੁਰੇ ਫਿਰਦੇ, ਲੜਦੇ ਫਿਰਦੇ ਨੇ ਜੀ, ਗਲੀ ਗਲੀ 'ਚ ਗੈਂਗ ਤੁਰੇ ਫਿਰਦੇ ਨੇ, ਅਤੇ ਜਾਨ ਮਾਲ ਦੀ ਰਾਖੀ ਕੀਤੀ ਹੋਣੀ? ਸਰਕਾਰ ਨੂੰ ਸਰਕਾਰ ਦੇ ਤੌਰ 'ਤੇ ਆਪਣਾ ਫਰਜ਼ ਨਿਭਾਉਣਾ ਚਾਹੀਦਾ, ਔਰ ਇਕੱਲੇ ਇੱਥੋਂ ਵਾਲੇ ਨਹੀਂ, ਸਾਰੇ ਦੇਸ਼ ਦੇ ਵਿੱਚ ਹੀ ਇਸ ਵੇਲੇ ਆਰਗੇਨਾਈਜ਼ ਕ੍ਰਾਈਮ ਬਹੁਤ ਵੱਧ ਗਿਆ। ਪੰਜਾਬ ਸਰਕਾਰ ਪਕੋਕਾ ਬਣਾਉਣ ਦੀ ਸੋਚਦੀ ਪਈ ਹੈ ਜੀ। ਪਕੋਕਾ ਅਸਲ 'ਚ ਮਹਾਰਾਸ਼ਟਰ 'ਚ ਪਹਿਲਾਂ ਸਭ ਤੋਂ ਆਇਆ ਸੀ, ਮਹਾਰਾਸ਼ਟਰ ਆਰਗੇਨਾਈਜ਼ ਕ੍ਰਾਈਮ ਕੰਟਰੋਲ ਐਕਟ। ਹੁਣ ਉਹ ਮਕੋਕਾ ਤੋਂ ਪਕੋਕਾ ਦੀ ਗੱਲ ਚੱਲ ਪਈ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਆਰਗੇਨਾਈਜ਼ ਕ੍ਰਾਈਮ ਕੰਟਰੋਲ ਐਕਟ ਹੈ, ਉਸੇ ਤਰ੍ਹਾਂ ਹੀ ਪੰਜਾਬ ਆਰਗੇਨਾਈਜ਼ ਕ੍ਰਾਈਮ ਕੰਟਰੋਲ ਐਕਟ ਬਣ ਜਾਵੇ। ਪਿਛਲੀ ਸਰਕਾਰ ਵੇਲੇ ਇਹਦਾ ਸਾਰਾ ਫੈਸਲਾ ਹੋ ਗਿਆ ਸੀ ਜੀ, ਬਾਦਲ ਸਾਹਿਬ ਮੰਨ ਗਏ, ਛੋਟਾ ਬਾਦਲ ਸਭ ਤੋਂ ਅੱਗੇ ਸੀ ਕਿ ਅਸੀਂ ਪਾਸ ਹੀ ਕਰ ਦੇਣਾ, ਅਸੀਂ ਗੈਂਗਾਂ ਨੂੰ ਦੱਤ ਪਾਉਣੀ, ਅਸੀਂ ਰੋਕ ਦੇਣੇ। ਪਰ ਜਿਸ ਦਿਨ ਪਾਸ ਕਰਨਾ ਸੀ, ਮੰਤਰੀ ਮੰਡਲ ਦੀ ਮੀਟਿੰਗ ਦੇ ਏਜੰਡੇ ਦੇ ਉੱਤੇ ਲਿਖਿਆ ਜਾਪਦਾ ਸੀ, ਲਿਖਿਆ ਨਹੀਂ ਸੀ ਪਰ ਇਹ ਜਾਪਦਾ ਸੀ ਕਿ ਅੱਜ ਪਾਸ ਹੋ ਜਾਣਾ ਜੀ, ਉਸ ਦਿਨ ਸਵੇਰ ਨੂੰ ਸਭ ਤੋਂ ਪਹਿਲਾਂ ਛੋਟੇ ਬਾਦਲ ਨੇ ਕਹਿ ਤਾਂ ਰਹਿਣ ਦਿਓ, ਰਹਿਣ ਦਿਓ, ਰਹਿਣ ਦਿਓ। ਜਦੋਂ ਪੁੱਛਿਆ ਗਿਆ ਤਾਂ ਪਤਾ ਲੱਗਾ ਜੀ ਅਕਾਲੀ ਇਹ ਕਹਿੰਦੇ ਆ ਕਿ ਸਰਕਾਰ 'ਤੇ ਆਪਣੇ ਵਾਲੇ ਜਾਣ ਵਾਲੀ ਹੈ, ਅਤੇ ਜੇ ਕੱਲ੍ਹ ਨੂੰ ਕੋਈ ਸਰਕਾਰ ਦੂਸਰੀ ਆ ਗਈ ਤਾਂ ਫਿਰ ਇਹ ਪਕੋਕਾ ਆਪਣੇ ਬੰਦਿਆਂ ਦੇ ਖਿਲਾਫ਼ ਵੀ ਲੱਗਣਾ। ਆਪਣੇ ਬੰਦਿਆਂ ਕਿਹੜਿਆਂ ਦੇ? ਕਿ ਅਕਾਲੀਆਂ ਨੂੰ ਇਹ ਚਿੰਤਾ ਸੀ ਕਿ ਸਾਡੇ ਕੋਲ ਜਿਹੜੇ ਅਸੀਂ ਪਾਲੇ ਹੋਏ ਆ ਜੀ, ਕੁਝ ਅੰਮ੍ਰਿਤਸਰ ਦੇ ਵਿੱਚ ਰਾਣਾ ਜੀ ਨੇ ਠੰਡਦਾਰ ਨੂੰ ਚਿੱਟੇ ਸਰੇ ਬਾਜ਼ਾਰ ਗੋਲੀ ਮਾਰੀ ਸੀ, ਕੋਈ ਫਰੀਦਕੋਟ ਦਾ ਨਿਸ਼ਾਨ, ਕੋਈ ਇਸ ਤਰ੍ਹਾਂ ਦੇ, ਉਹ ਫੜੇ ਜਾਣਗੇ। ਕਾਂਗਰਸੀਆਂ ਨਾਲ ਵੀ ਇਹੋ ਜਿਹੇ ਤੁਰੇ ਫਿਰਦੇ, ਕਾਂਗਰਸੀ ਹੋਣ ਅਕਾਲੀ ਹੋਣ ਇਹਨਾਂ ਸਾਰਾ। ਅੱਛਾ, ਕੁਝ ਬਦਮਾਸ਼ ਇਹੋ ਜਿਹੇ ਜਿਹੜੇ ਇੱਕ ਪਾਸੇ ਅਕਾਲੀਆਂ ਦੇ ਦੋ 'ਚੋਂ ਇੱਕ ਧੜੇ ਨਾਲ ਸਾਂਝ ਰੱਖਦੇ, ਦੂਸਰੇ ਪਾਸੋਂ ਕਾਂਗਰਸੀਆਂ ਦੇ ਦੋ 'ਚੋਂ ਇੱਕ ਧੜੇ ਨਾਲ ਸਾਂਝ ਰੱਖਦੇ ਆ, ਇੱਕ ਤਾਂ ਇਹੋ ਜਿਹਾ ਵੀ ਇੱਥੇ ਪੰਜਾਬ 'ਚ ਤੁਰਿਆ ਫਿਰਦਾ ਜਿਹਨੇ BJP ਦੇ ਅੰਦਰ ਵੀ ਕੁੰਡੀ ਪਾਈ ਹੈ, ਸਿੱਧਾ ਦਿੱਲੀ ਤੱਕ ਉਹਦੀ ਪਹੁੰਚ। ਇਹ ਬਦਮਾਸ਼ਾਂ ਦੇ ਗੈਂਗਾਂ ਨੂੰ ਜੇ ਨੱਥ ਨਾ ਪਾਈ ਗਈ ਤਾਂ ਪੰਜਾਬ 'ਚ ਬੰਦਾ ਗਾਜਰ ਮੂਲੀ ਬਣਾਇਆ ਪਿਆ, ਕਤਲ ਬੜੇ ਹੋ ਰਹੇ, ਨੱਥ ਨਹੀਂ ਬਣੇ। ਤੁਹਾਨੂੰ ਇੱਥੇ ਕੋਈ ਅੱਤਵਾਦ ਵਾਲੀ ਗੱਲ ਨਹੀਂ ਗੀ, ਕੋਈ ਖਾੜਕੂਵਾਦ ਵਾਲੀ ਗੱਲ ਨਹੀਂ, ਕੋਈ ਮਿਲੀਟੈਂਸੀ ਨਹੀਂ, ਇੱਥੇ ਜਿਹੜਾ ਗੁੰਡਾਇਜ਼ਮ ਹੈ ਉਹ ਇੰਨਾ ਭਾਰੂ ਹੋ ਗਿਆ
ਕਿ ਗਲੀ ਗਲੀ ਘੱਟ ਵੱਡ ਹੁੰਦੀ ਪਈ। ਪਰ ਇਹ ਤਾਂ ਪਨੂੰ ਸਾਹਿਬ ਵੈਸੇ ਉਹਨਾਂ ਨੇ ਹੁਣ ਆਪਣੇ ਆਪ ਵਰਤਣ ਦੇ ਲਈ ਬੰਦੇ ਬਣਾ ਲੈਣੇ, ਪਰ ਜਿਹੜੀ ਚੀਜ਼ ਹੁਣ ਬਿਜ਼ਨਸ ਨੂੰ ਚਲਾਉਣ ਦੇ ਲਈ ਗਾਂਹ ਬੰਦੇ ਰੱਖੇ ਹੋਏ ਆ, ਉਹਨਾਂ ਨੂੰ ਤਾਂ ਕੌਣ ਕਹੂਗਾ ਵੀ ਤੁਸੀਂ ਨਾ ਕਰੋ? ਬਿਜ਼ਨਸ ਨੂੰ ਕਿਉਂ, ਰਾਜਨੀਤੀ ਨੂੰ? ਔਰ ਇਹ ਜਿਹੜੇ ਲੀਡਰ ਇਸ ਵੇਲੇ ਇਹੋ ਜਿਹੇ ਗੁੰਡਿਆਂ ਨੂੰ ਰੱਖਦੇ ਆ ਨਾਲ, ਸਮਾਂ ਆ ਲੈਣ ਦਿਓ, ਅੱਖਾਂ 'ਚ ਘਸਾਉਣ ਦੇ ਕੇ ਰੋਣਗੇ। ਅੱਗੇ ਕੀ ਹੁੰਦਾ ਸੀ ਯੂਪੀ, ਬਿਹਾਰ ਅਤੇ ਫਿਰ ਹਰਿਆਣੇ 'ਚ, ਇਹ ਚੱਕਰ ਚੱਲ ਪਿਆ ਸੀ ਕਿ ਗੁੰਡੇ ਬਦਮਾਸ਼ਾਂ ਨੂੰ ਲੀਡਰ ਰੱਖਦੇ ਹੁੰਦੇ ਸੀ ਆਪਣੇ ਨਾਲ ਜੀ। ਹਰ ਚੋਣ ਤੋਂ ਪਹਿਲਾਂ ਗੁੰਡਿਆਂ ਬਦਮਾਸ਼ਾਂ ਨੇ ਜਾ ਕੇ ਕੁਛ ਕਰਨਾ। ਜਦੋਂ ਚੌਧਰੀ ਦੇਵੀ ਲਾਲ ਸੀ, ਇਹਨਾਂ ਨੇ ਮਹਿਮ ਚਬੀਸੀ, ਜਿਹੜੇ ਚਬੀਸੀ 24 ਪਿੰਡਾਂ ਦਾ ਇਲਾਕਾ ਹੁੰਦਾ, ਮਹਿਮ ਚਬੀਸੀ ਦੇ ਵਿੱਚ ਜਿਹੜੇ ਬੰਦੇ 'ਤੇ ਗੁੰਡਾਗਰਦੀ ਕਰਾਈ ਸੀ, 6 ਮਹੀਨਿਆਂ ਬਾਅਦ ਉਹ ਇਹਨਾਂ ਤੋਂ ਕਿਸੇ ਗੱਲ ਤੋਂ ਬਾਗੀ ਹੋ ਗਿਆ ਅਤੇ ਚੌਧਰੀ ਦੇਵੀ ਲਾਲ ਦੇ ਮੁੰਡੇ ਦੇ ਖਿਲਾਫ਼ ਇਲੈਕਸ਼ਨ 'ਚ ਖਲੋ ਗਿਆ ਸੀ। ਅੱਜ ਇਹਨਾਂ ਨੂੰ ਇਹ ਚੁੱਕਦੇ ਪਏ ਨੇ। ਅੱਜ ਅਸੀਂ ਕਹਿੰਦੇ ਪਾਰਲੀਮੈਂਟ ਦੇ ਵਿੱਚ 183 ਗੁੰਡੇ ਬਦਮਾਸ਼ ਨੇ ਜਿਨ੍ਹਾਂ 'ਤੇ ਕੇਸ ਚੱਲਦੇ ਨੇ, ਬਲਾਤਕਾਰ ਦਾ ਕੇਸ ਹੈ, ਕਤਲ ਦਾ ਕੇਸ ਹੈ, ਡਾਕੇ ਦਾ ਕੇਸ ਹੈ, ਉਹ ਸਾਰੇ ਪਹਿਲਾਂ ਇਹਨਾਂ ਵਾਸਤੇ ਕੰਮ ਕਰਦੇ ਹੁੰਦੇ ਸੀ। ਹੌਲੀ ਹੌਲੀ ਉਹਨਾਂ ਨੇ ਇਹ ਸੋਚਿਆ ਕਿ ਮਰਨ ਮਰਾਉਣ ਦਾ ਕੰਮ ਸਾਡੇ ਜ਼ਿੰਮੇ ਆ, ਗੋਲੀ ਚਲਾਉਣ ਦਾ ਕੰਮ ਸਾਡੇ ਜ਼ਿੰਮੇ ਆ, ਮੰਤਰੀ ਜਾ ਕੇ ਇਹ ਬਣ ਜਾਂਦੇ ਆ, ਅਤੇ ਜੇ ਸਾਡੀ ਮਦਦ ਨਾਲ ਇਹਨਾਂ ਬਣਨਾ ਤਾਂ ਅਸੀਂ ਨਹੀਂ ਬਣ ਸਕਦੇ। ਮੁੜ ਕੇ ਗੁੰਡੇ ਬਦਮਾਸ਼ ਪਾਰਲੀਮੈਂਟ ਤੱਕ ਪਹੁੰਚਣ ਲੱਗ ਪਏ ਸਨ ਜੀ। ਫੁੱਲਾਂ ਦੇਵੀ ਵੀ ਤਾਂ ਪਹੁੰਚਾਈ ਗਈ ਸੀ, ਜਿਹੜੇ 5 ਰਾਜਾਂ ਦੀ ਪੁਲਿਸ ਨੂੰ ਅੱਗੇ ਲਾਈ ਫਿਰਦੀ ਸੀ, ਹੋਰ ਵੀ ਇੱਦਾਂ ਦੇ ਪਹੁੰਚਾਇਆ ਗਿਆ ਸੀ ਜਿਹੜੇ ਜਿਹਨਾਂ ਨੂੰ ਇਹ ਪੰਜਾਬ 'ਚ ਇਸ ਵੇਲੇ ਚੁੱਕਦੇ ਪਏ ਨੇ। ਜੇ 5 ਸਾਲ ਹੋਰ ਲੰਘ ਗਏ ਨਾ ਇਸ ਤਰ੍ਹਾਂ, ਉਹ ਗੁੰਡੇ ਬਦਮਾਸ਼ ਸਾਡੀ ਅਸੈਂਬਲੀ ਵਿੱਚ ਵੀ ਜਾਣਗੇ, ਅਤੇ ਆ ਜਿਹੜੇ ਬੀਬੀਆਂ ਦਾੜੀਆਂ ਵਾਲੇ ਨੇ, ਬੜੇ ਕਲੀਨ ਸ਼ੇਵਨ ਚਿਹਰਿਆਂ ਵਾਲੇ ਨੇ, ਇਹ ਸਾਊ ਦੇਖ ਵਾਲੇ, ਅੰਦਰੋਂ ਹੋਰ ਅਤੇ ਬਾਹਰੋਂ ਹੋਰ, ਇਹ ਮੁੜ ਕੇ ਅੱਖਾਂ 'ਚ ਘਸਾਉਣ ਦੇ ਕੇ ਰੋਇਆ ਕਰਨਗੇ। ਜੇ ਆਪਣੀ ਹੱਥੀਂ ਅਸੀਂ ਆਪਣੀਆਂ ਬੇੜੀਆਂ 'ਚ ਬੈਠੇ ਪਾ ਲਏ। ਇੱਕ ਮਨ ਸਾਹਿਬ, ਪੰਜਾਬੀ ਮਾਂ ਬੋਲੀ ਦੇ ਨਾਲ ਰਿਲੇਟਡ ਕਾਫੀ ਸਾਰੇ ਦਰਸ਼ਕਾਂ ਨੇ ਸਵਾਲ ਆਪਾਂ ਨੂੰ ਪੁੱਛਿਆ ਹੈ ਕਿ ਵੀ ਇਹ ਜੋ ਵੀ ਵਰਤਾਰਾ ਪਿਛਲੇ ਦਿਨ ਹੀ ਚੱਲਿਆ ਜਾਂ ਹੁਣ ਵੀ ਚੱਲ ਰਿਹਾ, ਜਾਂ ਅਲੱਗ ਅਲੱਗ ਜਥੇਬੰਦੀਆਂ ਵੱਲੋਂ ਇਸ ਚੀਜ਼ ਦੀ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਉਹਦਾ ਬਣਦਾ ਮਾਣ ਸਨਮਾਨ ਦਰਜਾ ਨਹੀਂ ਮਿਲ ਰਿਹਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ? ਮੈਂ ਪੰਜਾਬੀ ਹਾਂ ਜੀ। ਸਾਡੇ ਇੱਕ ਕਵੀ ਨੇ ਆਖਿਆ, ਮੈਨੂੰ ਮਾਂ ਦੇ ਦੁੱਧ ਦੀ ਮਹਿਕ ਆਉਂਦੀ ਸਭ ਜਦੋਂ ਪੰਜਾਬੀ ਮੈਂ ਬੋਲਦਾ ਹਾਂ। ਆਪਣੀ ਮਾਂ ਬੋਲੀ ਦੇ ਬੋਲਣ ਲੱਗਿਆਂ ਉਸ ਬੋਲੀ ਦੇ ਸ਼ਬਦਾਂ 'ਚੋਂ ਮਾਂ ਦੇ ਦੁੱਧ ਦੀ ਮਹਿਕ ਆਉਂਦੀ ਹੈ। ਇਹ ਹਰ ਇੱਕ ਨੂੰ ਆਉਂਦੀ ਹੈ, ਜੇ ਸਾਨੂੰ ਆਉਂਦੀ ਹੈ ਤਾਂ ਦੂਸਰੀਆਂ ਬੋਲੀਆਂ ਵਾਲਿਆਂ ਨੂੰ ਵੀ ਆਉਂਦੀ ਹੈ ਉਹਨਾਂ ਦੇ। ਬਿਲਕੁਲ, ਅਸੀਂ ਚੜ੍ਹਦੇ ਸੂਰਜ ਦੀਆਂ ਧਰਤੀਆਂ, ਜਪਾਨ, ਨਿਊਜ਼ੀਲੈਂਡ, ਆਸਟ੍ਰੇਲੀਆ ਚਲ ਜਾਈਏ, ਉੱਥੇ ਜਾ ਕੇ ਵੀ ਆਪਣੀ ਪੰਜਾਬੀ ਦਾ ਝੰਡਾ ਬੁਲੰਦ ਕਰਦੇ ਸਾਡਾ ਮੋਹ ਜੀ। ਜਿੱਥੇ ਜਾ ਕੇ ਸੂਰਜ ਛਿਪਦਾ, ਉਹ ਕੈਨੇਡਾ ਅਤੇ ਅਮਰੀਕਾ ਦੇ ਅਗਲੇ ਸਿਰੇ, ਉੱਥੋਂ ਤੱਕ ਵੀ ਪੰਜਾਬੀ ਦਾ ਝੰਡਾ ਬੁਲੰਦ ਕਰਦੇ ਆ, ਸਾਨੂੰ ਆਪਣੀ ਬੋਲੀ ਨਾਲ ਮੋਹ। ਪਰ ਇਸ ਮੋਹ ਨੂੰ ਦੂਸਰੀਆਂ ਬੋਲੀਆਂ ਦੇ ਨਾਲ ਮੁਕਾਬਲੇ 'ਤੇ ਨਹੀਂ ਖੜਾ ਕਰਨਾ ਚਾਹੀਦਾ ਜੀ। ਸਾਨੂੰ ਇਹ ਚਾਹੀਦਾ ਕਿ ਅਸੀਂ ਆਖੀਏ ਜੀ ਪੰਜਾਬ ਵਿੱਚ ਪੰਜਾਬੀ ਪਹਿਲੇ ਨੰਬਰ 'ਤੇ ਚਾਹੀਦੀ ਆ, ਨੰਬਰ 1, ਉਹਦੇ ਵਾਸਤੇ ਲੜਨਾ ਚਾਹੀਦਾ। ਪਰ ਦੂਸਰਾ ਕਿ ਬਾਕੀ ਦੀਆਂ ਬੋਲੀਆਂ ਉੱਤੇ ਅਸੀਂ ਕੂਚੀ ਫੇਰ ਦੇਣੀ ਆ, ਅਸੀਂ ਰੰਗ ਫੇਰ ਦੇਣੇ, ਅਸੀਂ ਕਾਲਖ ਮਰ ਦੇਣੀ ਆ, ਇਹ ਵੀ ਤਰੀਕਾ ਗਲਤ ਹੈ ਜੀ। ਜੇ ਸਾਡੇ ਉੱਤੇ ਦੂਸਰੀਆਂ ਬੋਲੀਆਂ ਭਾਰੂ ਕਰਨ ਤਾਂ ਉਹਦੇ ਖਿਲਾਫ਼ ਲੜਨਾ ਚਾਹੀਦਾ। ਪਰ ਬੇੜਾ ਤਾਂ ਸਾਡਿਆਂ ਨੇ ਗੱਲ ਕੀਤਾ ਜੀ। ਮੇਰੀ ਕਿਸ਼ਤੀ ਵਹਾਂ ਡੂਬੀ ਜਹਾਂ ਪਾਣੀ ਕਮ ਥਾ, ਮੁਝੇ ਆਪਣੋਂ ਮੈਂ ਨੇ ਮਾਰਾ, ਗੈਰੋ ਮੈਂ ਕਹਾਂ ਦਮ ਥਾ। ਲਕਸ਼ਮਣ ਸਿੰਘ ਗਿੱਲ ਨੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਸੀ ਜੀ। ਅਤੇ ਉਹਦੇ ਤੋਂ 40 ਸਾਲ ਬਾਅਦ ਸਾਡੇ ਪੰਜਾਬ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਸਕੂਲਾਂ 'ਚ ਟੀਚਰ ਹੋਣ ਜਾਂ ਨਾ ਹੋਣ ਉਹਦੀ ਪ੍ਰਵਾਹ ਨਹੀਂ ਕਰਨੀ, ਪਹਿਲੀ ਜਮਾਤ ਤੋਂ ਪੰਜਾਬੀ ਅੰਗਰੇਜ਼ੀ ਪੜ੍ਹਾਇਆ ਕਰਨੀ ਆ। ਅਤੇ ਪੁੱਛਿਆ ਜੀ ਪੜ੍ਹਦੀਆਂ ਕਿੱਦਾਂ ਟੀਚਰ 'ਤੇ ਆ ਨਹੀਂ, ਕਹਿੰਦੇ ਕੋਈ ਗੱਲ ਨਹੀਂ, ਕੇਂਦਰ ਸਰਕਾਰ ਦਾ ਫੈਸਲਾ, ਬੱਚਾ ਪੜ੍ਹੇ ਜਾਂ ਨਾ ਪੜ੍ਹੇ 8ਵੀਂ ਤੱਕ ਪਾਸ ਕਰੀ ਜਾਣਾ ਬਗੈਰ ਪੜ੍ਹੇ ਕਰਨਾ। ਅੱਛਾ, ਜਿਹੜੇ ਲਕਸ਼ਮਣ ਸਿੰਘ ਗਿੱਲ ਨੇ ਆਖਿਆ ਸੀ ਕਿ ਪੰਜਾਬ ਦੇ ਵਿੱਚ ਪੰਜਾਬੀ ਪਹਿਲੀ ਭਾਸ਼ਾ ਹੋਊ ਅਤੇ ਰਾਜ ਭਾਸ਼ਾ ਹੋਊ, 40 ਸਾਲਾਂ ਬਾਅਦ ਉਸੇ ਦੀ ਪਾਰਟੀ ਦੇ ਮੁੱਖ ਮੰਤਰੀ ਨੇ ਇਹ ਫੈਸਲਾ ਕੀਤਾ ਕਿ ਪਹਿਲੀ ਜਮਾਤ ਤੋਂ ਪੰਜਾਬੀ ਪੜ੍ਹਾਉਣੀ ਆ। ਅਤੇ ਲਾਗੂ ਕਿੱਥੋਂ ਕੀਤੀ? ਉਸੇ ਲਕਸ਼ਮਣ ਸਿੰਘ ਗਿੱਲ ਦੇ ਪਿੰਡ ਤੋਂ, ਜਿਵੇਂ ਉਹਦਾ ਨੱਕ ਵੱਢਣਾ ਹੁੰਦਾ, ਕਹਿੰਦੇ ਕਰ ਲਾ ਪੰਜਾਬੀ ਲਾਗੂ ਜੀ। ਫਿਰ ਅਸੀਂ ਬਾਕੀਆਂ ਨੂੰ ਕਿਉਂ ਕਹਿਣ ਦੇ? ਬੇੜਾ ਤਾਂ ਅਸੀਂ ਆਪ ਗਰਵ ਕੀਤਾ। ਫਿਰ ਸਾਡੀਆਂ ਅੱਜ ਵੀ 60% ਚਿੱਠੀਆਂ ਜਿਹੜੀਆਂ ਨੇ ਪੰਜਾਬੀ ਦੇ ਬਜਾਏ ਅੰਗਰੇਜ਼ੀ ਚੱਲਦੀਆਂ, ਜਿਹੜੀਆਂ ਬਾਕੀ 40% ਆ ਉਹਨਾਂ ਦੇ ਵਿੱਚੋਂ ਵੀ 20% ਹਿੰਦੀ 'ਚ ਹੈ ਅਤੇ 20% ਪੰਜਾਬੀ 'ਚ। ਕਰਨਾਟਕਾ ਚਲ ਜਾਓ, ਕੰਨੜ ਬੋਲੀ 'ਚ ਕਿਉਂ ਲਿਖੀਆਂ ਜਾਂਦੀਆਂ ਨੇ ਜੀ? ਉੜੀਸਾ ਚਲ ਜਾਓ, ਉੜੀਆ ਬੋਲੀ ਦੇ ਵਿੱਚ ਕਿਉਂ ਲਿਖੀਆਂ ਜਾਂਦੀਆਂ ਨੇ? ਸਾਡੇ ਪੰਜਾਬ ਵਿੱਚ ਇੱਕ ਚੀਫ ਸੈਕਟਰੀ ਹੁੰਦੇ ਸੀ PH ਵੈਸ਼ਨੂ ਜੀ, ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਉਹ ਗੁਜਰਾਤੀ ਸੀ, ਪੰਜਾਬ ਦਾ ਚੀਫ ਸੈਕਟਰੀ ਬਣ ਗਿਆ। ਮੈਂ ਆਪਣੇ ਆਪ ਨੂੰ ਕੋਈ ਬਹੁਤ ਹੀ ਵਧੀਆ ਪੰਜਾਬੀ ਬੋਲਣ ਵਾਲਾ ਨਹੀਂ ਸਮਝਦਾ, ਉਹ ਮੇਰੇ ਨਾਲ ਵਧੀਆ ਪੰਜਾਬੀ ਬੋਲਦੇ ਸੀ ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੰਨੀ ਵਧੀਆ ਪੰਜਾਬੀ ਤੁਸੀਂ ਕਦੋਂ ਸਿੱਖੀ? ਕਹਿੰਦੇ ਮੈਂ ਜਦੋਂ ਇੱਥੇ ਆਇਆ ਅਤੇ ਮੇਰੀ ਡਿਊਟੀ ਸੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨਾਲ, ਅਤੇ ਉਹਨਾਂ ਨੇ ਇੱਕ ਦਿਨ ਸ਼ਾਮ ਨੂੰ ਬੈਠਿਆ ਮੈਨੂੰ ਆਖਿਆ ਸੀ ਕਾਕਾ
ਜੇ ਤੂੰ ਪੰਜਾਬ ਦੇ ਵਿੱਚ ਸੱਚਮੁੱਚ ਹੀ ਆਪਣਾ ਕਰੀਅਰ ਬਣਾਉਣਾ, ਪੰਜਾਬ ਵਿੱਚ ਸੱਚਮੁੱਚ ਇੱਥੇ ਰਹਿਣਾ ਅਤੇ ਲੋਕਾਂ ਵਿੱਚ ਮਿਕਸ ਹੋਣਾ, ਤੈਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ। ਫਿਰ ਪੀ ਐੱਚ ਵੈਸ਼ਨੂੰ ਨੇ ਪੰਜਾਬੀ ਸਿੱਖੀ, ਪੰਜਾਬੀ ਮੁਹਾਵਰੇ ਸਿੱਖੇ, ਪੰਜਾਬ ਦੀ ਪੋਇਟਰੀ ਸਿੱਖੀ ਪੰਜਾਬੀ ਦੀ। ਸਾਡੇ ਪੰਜਾਬੀ ਲੇਖਕਾਂ ਦੇ ਵਿੱਚੋਂ 80% ਉਹ ਆ ਜਿਹਨਾਂ ਦਾ ਸੰਬੰਧ ਪ੍ਰੀਤ ਲੜੀ ਨਾਲ ਹੈ ਜੀ, ਅਤੇ ਗੁਜਰਾਤ ਤੋਂ ਆਇਆ ਪੀ ਐੱਚ ਵੈਸ਼ਨਵ ਉਹ ਪ੍ਰੀਤ ਲੜੀ ਦੇ ਬੋਰਡ ਦਾ ਮੈਂਬਰ ਬਣਿਆ, ਐਵੇਂ ਥੋੜ੍ਹਾ ਨਾ ਬਣਾ ਲਿਆ, ਕੋਈ ਕਾਰਨ ਸੀ? ਮੈਂ ਕੁਛ ਹੋਰਨਾਂ ਬਾਰੇ ਦੱਸ ਸਕਦਾ, ਫਿਰ ਦੂਸਰਿਆਂ ਬਾਰੇ ਮੈਂ ਦੱਸ ਸਕਦਾ। ਸਾਡਾ ਐੱਸ ਐੱਸ ਵਿਰਕ ਪੰਜਾਬ ਪੁਲਿਸ ਦਾ ਡੀ ਜੀ ਪੀ ਸੀ, ਇੱਥੇ ਆਉਣ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਸੀ। ਅਸੀਂ ਪੂਨੇ 'ਚ ਇੱਕ ਸਮਾਗਮ 'ਚ ਇਕੱਠੇ ਹੋਏ, ਇਹ 40 ਮਿੰਟ ਬੋਲਦੇ ਮੈਨੂੰ ਸੁਣਿਆ, ਮਰਾਠੀ ਬੋਲੇ ਤੁਰਡ ਤੁਰ ਕਰਕੇ ਬੋਲ ਗਿਆ, ਪਤਾ ਹੀ ਮੇਰੇ ਪੱਲੇ ਕੱਖ ਵੀ ਨਹੀਂ ਪਿਆ। ਮੇਰੇ ਵਾਸਤੇ ਇਹਨੇ ਸਿਰਫ 2 ਲਫ਼ਜ਼ ਜਿਹੜੇ ਹਿੰਦੀ 'ਚ ਬੋਲੇ ਸੀ ਉਹ ਮੈਨੂੰ ਸਮਝ ਲੱਗੀ, ਤਾਂ ਕਿ ਉਹਨਾਂ ਨੂੰ ਵੀ ਸਮਝ ਲੱਗਣਾ ਅਤੇ ਮੈਨੂੰ ਵੀ ਲੱਗਣਾ, ਬਾਕੀ ਸਿਰਫ ਮਰਾਠੀ 'ਚ ਬੋਲੇ। ਇਹ ਉੱਥੇ ਜਾ ਕੇ ਮਰਾਠੀ ਸਿੱਖ ਸਕਦੇ ਜੀ, ਅਤੇ ਇੱਥੇ ਆਏ ਪੰਜਾਬੀ ਕਿਉਂ ਨਹੀਂ ਸਿੱਖ ਸਕਦੇ? ਕਿਉਂ ਨਹੀਂ ਉਹਨਾਂ ਨੂੰ ਆਖਿਆ ਜਾਂਦਾ ਕਿ ਤੁਸੀਂ ਸਿੱਖੋ? ਉਹਨਾਂ ਨੂੰ ਸਿਖਾਉਣ ਦੀ ਥਾਂ ਸਾਡੇ ਵਾਲਿਆਂ ਦਾ ਹਾਲ ਇਹ ਹੈ ਕਿ ਪੰਜਾਬ ਦੇ ਸਕੂਲ ਬੰਦ ਕੀਤੇ ਜਾ ਰਹੇ ਆ, ਅਤੇ ਪੰਜਾਬ ਦੀ ਸਰਕਾਰ ਪਿਛਲੀ ਨੇ 1 ਕਰੋੜ ਰੁਪਈਆ ਹਿਮਾਚਲ ਪ੍ਰਦੇਸ਼ ਵਿੱਚ ਚੱਲਦੇ ਉਸ ਸਨੋਵਰ ਸਕੂਲ ਨੂੰ ਦੇ ਦਿੱਤਾ, ਜਿਹੜੇ ਸਨੋਵਰ ਸਕੂਲ ਦੇ ਵਿੱਚ ਪੰਥ ਦਾ ਭੁੱਖ ਜੰਮਿਆ ਸੀ ਜੀ, ਮਤਲਬ ਪੰਥ ਦਾ ਭੁੱਖ ਜਿਹੜਾ ਉੱਥੋਂ ਪੜ੍ਹ ਕੇ ਆਇਆ ਸੀ ਜੀ, ਪੰਥ ਦੇ ਪ੍ਰਧਾਨ। ਇਸ ਕਰਕੇ ਕਿ ਪੰਥ ਦਾ ਪ੍ਰਧਾਨ ਜਿਹਨੂੰ ਬਣਾਇਆ ਉਹ ਕਿਉਂਕਿ ਸਨੋਵਰ ਸਕੂਲ 'ਚ ਪੜ੍ਹ ਕੇ ਆਇਆ ਜੀ, ਸਨੋਵਰ ਸਕੂਲ ਲਾਰਡ ਲਾਰੈਂਸ ਦੇ ਚੱਲਦਾ। ਲਾਰਡ ਲਾਰੈਂਸ ਨੇ ਜਦੋਂ ਅੰਗਰੇਜ਼ਾਂ ਦਾ ਰਾਜਾ ਬਣ ਕੇ ਇੱਥੇ ਆਇਆ, ਸਾਡਾ ਇੱਥੇ ਗਵਰਨਰ ਬਣਿਆ ਜੀ, ਪੰਜਾਬ ਦੇ ਲੋਕਾਂ ਨਾਲ ਕੀ ਕੀਤੀ ਸੀ ਉਹ ਭੁਲਾਈ ਦਿੱਤੀ, ਅਤੇ ਜੇ ਅਸੀਂ ਪੰਜਾਬੀ ਛੱਡ ਕੇ ਲਾਰਡ ਲਾਰੈਂਸ ਨੂੰ ਅਤੇ ਸਨੋਵਰ ਸਕੂਲ ਨੂੰ ਪਾਲਦੇ ਹਾਂ ਅਤੇ ਫਿਰ ਪੰਜਾਬੀ ਦਾ ਅਸੀਂ ਰੋਣਾ ਕਿਹਦੇ ਅੱਗੇ ਰੋਂਦੇ ਹਾਂ? ਅੰਨੇ ਅੱਗੇ ਰੋਣਾ, ਅੱਖੀਆਂ ਦਾ ਖਾਓ। ਸਾਡੇ ਬੰਦੇ ਇੱਦਾਂ ਦੇ ਨੇ, ਹੁਣ ਤਾਂ ਅਸੀਂ ਬਾਕੀਆਂ ਵੱਲ ਨਾ ਵੇਖੀਏ, ਪਹਿਲਾਂ ਪੰਜਾਬ ਦੇ ਅੰਦਰ ਪੰਜਾਬੀ ਦੀ ਲੜਾਈ ਪੰਜਾਬੀਆਂ ਨਾਲ ਲੜ ਲਈਏ, ਫਿਰ ਗੱਲ ਹੋਈ। ਲਾਮ ਲਿਆਲ ਤਾਂ ਬਾਹਰ, ਜਿੰਨਾ ਮੋਹ ਬਾਹਰ ਪੰਜਾਬੀਆਂ ਦਾ, ਮੈਂ ਵੇਖ ਕੇ ਆਇਆ ਸਾਰੇ ਦੇਸ਼ਾਂ ਦੇ ਵਿੱਚ, ਸਾਡੇ ਪੰਜਾਬੀ ਆਪਣੇ ਬੱਚਿਆਂ ਨੂੰ ਸੰਡੇ ਕਲਾਸ 'ਚ ਗੁਰਦੁਆਰੇ ਭੇਜਦੇ ਆ, ਸਿਰਫ ਮੱਥਾ ਟੇਕਣ ਅਤੇ ਕੜਾਹ ਪ੍ਰਸ਼ਾਦ ਲੈਣ ਵਾਸਤੇ ਨਹੀਂ ਭੇਜਦੇ, ਉੱਥੇ ਪੰਜਾਬੀ ਸਿੱਖਣ ਵਾਸਤੇ ਭੇਜਦੇ ਆ। ਉਹ ਸਮਝਦੇ ਪੰਜਾਬੀ ਸਿੱਖਣਗੇ, ਸਾਡੇ ਬਾਪ ਦਾਦੇ ਦਾ ਵਿਰਸਾ, ਸਾਡੀ ਵਿਰਾਸਤ, ਸਾਡੀ ਹਿਸਟਰੀ, ਸਾਡਾ ਜਿਹੜਾ ਪਿਛੋਕੜ ਆ ਸਾਰਾ। ਅੰਗਰੇਜ਼ ਉਹ ਪੁਰਾਣੇ ਫਲਾਨਾ ਰਾਜਾ ਵਿਲੀਅਮ ਹੁੰਦਾ ਸੀ, ਫਲਾਨਾ ਰਾਜਾ ਚਾਰਲਸ ਹੁੰਦਾ ਸੀ, ਪਿੱਛੋਂ ਤੱਕ ਸਾਰਿਆਂ ਤੱਕ ਜਾਂਦੇ ਨੇ ਉਹਨਾਂ ਨੂੰ, ਉਹ ਸਾਰਾ ਜਿਹੜਾ ਫੈਮਿਲੀ ਟ੍ਰੀ ਪੜ੍ਹਦੇ ਨੇ। ਉਹ ਸਾਡੇ ਵਾਲਿਆਂ ਨੂੰ ਇਹ ਤਾਂ ਸਮਝ ਆਉਣੀ ਆ, ਪਿਓ ਜਦੋਂ ਗੁਰਬਾਣੀ ਕਹਿੰਦੇ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਅਤੇ ਖੋਲ ਕੇ ਤਾਂ ਹੀ ਵੇਖਣਗੇ ਜੇ ਅਸੀਂ ਪੜ੍ਹ ਜਾਓਗੇ ਕੀਤਾ। ਉਹ ਸਾਡੇ ਬਾਹਰ ਬੈਠੇ ਪੰਜਾਬੀ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਆ, ਇੱਥੋਂ ਵਾਲੇ ਪੰਜਾਬੀ ਆਪਣੇ ਬੱਚਿਆਂ ਨੂੰ ਭੁਲਾ ਰਹੇ ਆ। ਸੋ ਇਹ ਉਹ ਗੱਲਾਂ ਨੇ ਜੀ ਜਿਹੜੀਆਂ ਕਿਤੇ ਨਾ ਕਿਤੇ ਆਪਾਂ ਨੂੰ ਖੁਦ ਨੂੰ ਵਿਚਾਰਨੀਆਂ ਪੈਣੀਆਂ, ਅਤੇ ਜੇ ਆਪਾਂ ਐਂ ਕਹੀਏ ਕਿ ਵੀ ਇਹ ਕਿਸੇ ਹੋਰ ਨੇ ਆਣ ਕੇ ਲਾਂਭੋ ਕਰ ਦੇਣਾ, ਤਾਂ ਇੱਦਾਂ ਦਾ ਕੁਛ ਨਹੀਂ ਹੈ। ਜੋ ਕੁਛ ਵੀ ਹੈ, ਇਹ ਤਾਣਾ ਬਾਣਾ, ਚਾਹੇ ਉਹ ਟੁੱਟੀ ਹੈ ਚਾਹੇ ਉਹ ਗੰਢੀ ਹੈ, ਇਹ ਸਾਰਾ ਕੁਛ ਆਪਾਂ ਨੂੰ ਆਪ ਹੀ ਨਜਿੱਠਣਾ ਪੈਣਾ। ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਬਨੂੰ ਸਾਹਿਬ ਜ਼ਰੂਰ ਕਰਨੀ ਚਾਹੁੰਦਾ, ਉਹ ਇਹ ਹੈ ਕਿ ਵੀ ਕਾਫੀ ਸਾਰੇ ਸਵਾਲ ਵੀ ਆ ਗਏ, ਪਰ ਮੈਂ ਬੜੇ ਚਿਰ ਦੇ ਅਵੋਇਡ ਕਰੀ ਜਾਂਦਾ ਸੀ, ਪਰ ਨਾ ਉਹਨਾਂ ਹੁਣ ਐਂ ਹੋ ਗਿਆ ਵੀ ਜਿਵੇਂ ਸਬਜ਼ੀ 'ਚ ਮਸਾਲਾ ਜਿਹਾ ਨਹੀਂ ਹੁੰਦਾ ਜਦ ਤੱਕ ਪਾਓ ਨਾ ਗੱਲ ਨਹੀਂ ਬਣਦੀ। ਬਾਬੇ ਦਾ ਰੌਲਾ ਜਿਹਾ ਪੈ ਗਿਆ ਨੇ ਪਿੱਛੇ ਜੇ, ਵੀ ਉਹਦਾ ਮੁੰਡਾ ਕਹਿੰਦਾ ਮੈਂ ਗੱਦੀ 'ਤੇ ਬਹਿਣਾ ਬਹਿਣਾ, ਫਿਰ ਕਹਿੰਦਾ ਮੈਂ ਨਹੀਂ ਬਹਿਣਾ। ਇਹ ਕੀ ਚੀਜ਼ ਹੈ ਵੀ ਹੁਣ ਕਿੰਨੇ ਬਹਿਣਾ ਅਤੇ ਕਿੰਨੇ ਨਹੀਂ ਬਹਿਣਾ? ਦੇਖੋ, ਜੇ ਤਾਂ ਬਾਬਾ ਬਾਹਰ ਰਹਿੰਦਾ ਅਤੇ ਬਾਬੇ ਦੀਆਂ ਤੜਾਵਾਂ ਕਈਆਂ ਪਾਸਿਆਂ ਨਾਲ ਜੁੜੀਆਂ ਸੀ ਅਤੇ ਉਹਨੂੰ ਕੋਈ ਖਤਰਾ ਨਹੀਂ ਸੀ ਜੀ। ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਆ ਕੇ ਉਹਦੇ ਚਰਨਾਂ ਦੇ ਸਿਰ ਰੱਖਦੇ ਸੀ, ਬਾਹਰ ਜਾ ਕੇ ਭਾਵੇਂ ਪੁੱਠਾ ਸਿੱਧਾ ਹੀ ਬੋਲਦੇ ਹੋਣ, ਮੈਨੂੰ ਨਹੀਂ ਪਤਾ ਕੀ ਕੁਛ ਕਹਿੰਦੇ ਹੋਣਗੇ ਜੀ, ਔਰ ਕਹਿੰਦੇ ਵੀ। ਬਾਬਾ ਜੇਲ੍ਹ ਚਲਾ ਗਿਆ, ਹਰਿਆਣੇ ਦੀ ਸਰਕਾਰ ਨੇ ਜੇਲ੍ਹ ਗਏ ਦੇ ਨਾਲ ਵੀ ਸਾਂਝ ਪੁਗਾਈ, ਉਹਨੂੰ ਜੇਲ੍ਹ ਦੇ ਵਿੱਚ VIP ਸਹੂਲਤਾਂ, ਕਦੇ ਕਿਸੇ ਕੈਦੀ ਨੂੰ ਹੈਲੀਕਾਪਟਰ 'ਤੇ ਨਹੀਂ ਭੇਜਿਆ ਗਿਆ, ਉਹਨੂੰ ਭੇਜੇਗਾ ਉਹਦੀ ਮੂੰਹ ਬੋਲੀ ਧੀ, ਉਹ ਕਹਿੰਦਾ ਮੂੰਹ ਬੋਲੀ ਧੀ ਆ, ਲੋਕ ਕਹਿੰਦੇ ਪਤਾ ਨਹੀਂ ਕੀ ਆ, ਉਹਨੂੰ ਵੀ ਨਾਲ ਭੇਜਿਆ ਗਿਆ ਔਰ ਚਾਕਲੇਟ ਖਾਂਦੀ ਗਈ, ਬਹੁਤ ਸਹੂਲਤਾਂ ਦਿੱਤੀਆਂ ਗਈਆਂ। ਉਹ ਇਸ ਕਰਕੇ ਨਹੀਂ ਸੀ ਕਿ ਬਾਬਾ ਬਾਹਰ ਆ ਗਿਆ, ਬਾਬਾ ਤਾਂ ਹੁਣ ਜੇਲ੍ਹ ਵਿੱਚ ਫਸ ਗਿਆ, ਸੌਖਾ ਬਾਹਰ ਆਉਂਦਾ ਨਹੀਂ। ਬਾਕੀ ਦੇ ਸਾਰੇ ਸਾਧਾਂ ਨੂੰ ਇੱਕ ਇਸ਼ਾਰਾ ਸੀ ਕਿ ਅਸੀਂ ਹਾਂ ਜਿਹੜੇ ਬੰਦੇ ਦਾ ਅਖੀਰ ਤੱਕ ਸਾਥ ਦਿੰਦੇ ਹਾਂ, ਫਸਿਆ ਵੀ ਹੋਵੇ ਜੇਲ੍ਹ 'ਚ ਬੈਠੇ ਦਾ ਵੀ ਸਾਥ ਦੇ ਸਕਦੇ, ਹੋਰ ਕੌਣ ਦਊਗਾ? ਉਸ ਜਿਨ੍ਹਾਂ ਨੇ ਸਾਥ ਦੇਣ ਦਾ ਇਸ਼ਾਰਾ ਕੀਤਾ ਸੀ ਉਹ ਹੁਣ ਡੇਰਾ ਸੁੱਕਾ ਥੋੜ੍ਹਾ ਛੱਡ ਦਿੰਦੇ ਜੀ। ਬਾਬੇ ਦਾ ਮੁੰਡਾ ਪਿਓ ਦੇ ਫੜੇ ਜਾਣ ਤੋਂ ਅਗਲੇ ਦਿਨ ਸਾਰਾ ਟੱਬਰ ਟੀਰ ਲੈ ਕੇ, ਗੱਡੀਆਂ ਦਾ ਕਾਫਲਾ ਲੈ ਕੇ ਸਿਰਸਾ ਤੋਂ ਉੱਠਿਆ ਅਤੇ ਰਾਜਸਥਾਨ ਦੇ ਪਿੰਡ ਗੁਰੂਸਰ ਮੋਢੀਆਂ ਜਾ ਵੜਿਆ, ਉੱਥੋਂ ਵਾਲੇ ਪਿੰਡ ਵਾਲੇ ਘਰ 'ਚ। 1 ਮਹੀਨਾ ਆਏ ਗਏ ਨੂੰ ਵੀ ਕਿਸੇ ਨਹੀਂ ਮਿਲਿਆ, ਅੰਦਰ ਹੀ ਬਿਲਕੁਲ ਚਾਰਦਵਾਰੀ 'ਚ ਘਰੇ ਰਹੇ, ਅਤੇ ਫਿਰ ਅਚਾਨਕ ਕਿਸੇ ਨੇ ਕੰਨ 'ਚ ਫੂਕ ਮਾਰੀ ਕਿ ਜਾਇਦਾਦ ਬੜੀ ਆ ਉਹ ਤੇਰੇ ਪਿਓ ਦੀ, ਪਹੁੰਚ। ਉਹ ਸਾਰਾ ਟੱਬਰ ਟੀਰ ਲੈ ਕੇ ਫਿਰ ਉੱਥੇ ਚਲਾ ਗਿਆ, ਜਾ ਕੇ ਪੱਤਰਕਾਰਾਂ ਨੂੰ ਵੀ ਸੱਦਿਆ, ਦੂਸਰਿਆਂ ਨਾਲ ਵੀ ਗੱਲਬਾਤ ਕੀਤੀ, ਫਿਰ ਇਹ ਵੀ ਇਸ਼ਾਰਾ ਦੇ ਦਿੱਤਾ ਕਿ ਆਪਾਂ ਹੁਣ ਸਤਸੰਗ ਵੀ ਕਰਿਆ ਕਰਨੇ।
24 ਘੰਟਿਆਂ ਦੇ ਅੰਦਰ ਚਾਨਣ ਹੋ ਗਿਆ, ਕਿਉਂਕਿ ਜਿਹੜੇ ਇੰਨੇ ਦਿਨਾਂ ਦੀ ਖੇਡ ਚਲਾ ਰਹੇ ਸੀ ਉਹ ਜਿਹੜੀ ਬੀਬੀ ਵਿਪਾਸਨਾ, ਲੋਕ ਇਹ ਸਮਝਦੇ ਆ ਜੀ ਡੇਰਾ ਇਸ ਵੇਲੇ ਉਹਦੀ ਜਕੜ ਵਿੱਚ ਆ, ਉਹਦੇ ਕੰਟਰੋਲ 'ਚ ਆ ਪੂਰੀ ਤਰ੍ਹਾਂ ਜੀ। ਵਿਪਾਸਨਾ ਨੇ ਉੱਪਰ ਤੱਕ ਗੱਲ ਕੀਤੀ, ਉਹ ਪਹਿਲਾਂ ਕਹਿੰਦੇ ਸੀ ਡੇਰੇ ਦੀ 500 ਕਰੋੜ ਦੀ ਜਾਇਦਾਦ ਹੈ, ਫਿਰ ਪਤਾ ਲੱਗਾ ਜੀ 5,000 ਕਰੋੜ ਤੋਂ ਵੱਧ ਆ, ਹੁਣ ਅੰਦਾਜ਼ੇ ਜਿਹੜੇ ਆ 50,000 ਕਰੋੜ ਤੋਂ ਵੱਧ ਦੇ। ਅੱਛਾ ਜੀ। ਇੰਨੇ ਮਾਲ ਇੰਨਿਆਂ ਥਾਵਾਂ 'ਤੇ ਅੱਡੇ ਗੱਡੇ ਨੇ, ਕਈਆਂ ਥਾਵਾਂ 'ਤੇ ਡੇਰੇ ਨੇ, ਜਾਇਦਾਦ ਦੀਆਂ ਕੀਮਤਾਂ ਹੀ, ਕਾਰੋਬਾਰ ਬਾਕੀ ਸਾਰਾ ਛੱਡ ਦਿਓ, ਉਹੀ ਬਹੁਤ ਪੈਸਾ FDIਆਂ। ਜਦੋਂ ਇਹ ਚੱਲਦਾ ਸੀ ਕਿ ਇਸ ਕੱਦੂ ਨੂੰ ਬਾਬਾ ਜੀ ਦਾ ਹੱਥ ਲੱਗ ਗਿਆ, ਇਹਦੀ ਹੁਣ ਬੋਲੀ ਕਰੋ, ਇੱਕ ਕਹਿੰਦਾ ਸੀ ਜੀ ਮੈਂ ਕੱਦੂ 500 ਰੁਪਏ ਦਾ ਲਿਆਉਂ, ਦੂਸਰਾ ਕਹਿੰਦਾ ਸੀ 1200 ਦਾ, ਇਕੱਲਾ ਇੱਕ ਕੱਦੂ ਜਿਹੜਾ ਉਹਦੀ ਬੋਲੀ ਚੜ੍ਹਦਿਆਂ ਚੜ੍ਹਦਿਆਂ 30,000 ਰੁਪਏ ਤੱਕ ਚੱਲ ਜਾਂਦੀ ਸੀ, ਉਹਦਾ ਪੈਸਾ ਸੀਗਾ ਕੱਦੂ ਨੂੰ ਹੱਥ ਲਾ ਕੇ ਵੱਟਿਆ ਜਾਂਦਾ ਸੀ। ਆਹ ਕਰੇਲਾ ਅਤੇ ਬਾਬਾ ਜੀ ਦਾ ਹੱਥ ਲੱਗਾ, ਉਹ ਸਾਰੀ ਪੂੰਜੀ ਕਿੱਥੇ ਆ? ਉਹਦਾ 2-3 ਜਣਿਆਂ ਨੂੰ ਪਤਾ ਸੀ, ਇੱਕ ਹਨੀਪ੍ਰੀਤ ਨੂੰ, ਇੱਕ ਨੂੰ ਵਿਪਾਸਨਾ ਨੂੰ। ਹਨੀਪ੍ਰੀਤ ਅੰਦਰ ਆ ਪਰ ਉਹਦੇ 'ਤੇ ਜਿੱਦਾਂ ਦੇ ਕੇਸ ਐਡੀ ਛੇਤੀ ਬਾਹਰ ਨਹੀਂ ਆਉਣ ਲੱਗੇ। ਉਹਦਾ ਇੱਕ ਗਰੁੱਪ ਹੈ ਜਿਹੜਾ ਗਰੁੱਪ ਬਾਹਰ ਜ਼ੋਰ ਲਾਉਂਦਾ ਪਿਆ, ਚਾਰਟਰਡ ਅਕਾਊਂਟੈਂਟ ਨੂੰ ਉਸ ਗਰੁੱਪ 'ਚ ਸਮਝਿਆ ਜਾਂਦਾ ਸੀ, ਉਹ ਲੁਕਿਆ ਫਿਰਦਾ ਸੀ ਪਰ ਲੁਕੇ ਫਿਰਦੇ ਨੂੰ ਇੱਕ ਦਿਨ ਪੁਲਿਸ ਨੇ ਫੜ ਲਿਆ। ਕੁਝ ਲੋਕ ਕਹਿੰਦੇ ਜੀ ਪੁਲਿਸ ਨੇ ਨਹੀਂ ਫੜ ਲਿਆ, ਸਿਰਸੇ ਡੇਰੇ 'ਚੋਂ ਸੂਹ ਦਿੱਤੀ ਗਈ ਕਿ ਫਲਾਣਾ ਥਾਂ ਬੈਠਾ ਜੀ ਫੜ ਲਓ, ਫੜਿਆ ਨਹੀਂ ਫੜਵਾਇਆ ਗਿਆ। ਉੱਥੇ ਡੇਰੇ 'ਤੇ ਕਬਜ਼ੇ ਵਾਸਤੇ ਜਿਹੜੀ ਖੇਡ ਚੱਲਦੀ ਪਈ ਉਹਦੇ 'ਚ ਵਿਪਾਸਨਾ ਇਨਸਾਨ ਹੌਲੀ 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 ਕੰਟਰੋਲ ਕਰ ਰਹੀ ਹੈ ਅਤੇ ਕੰਟਰੋਲ ਉਹ ਨਹੀਂ ਕਰ ਰਹੀ, ਉਹਦੇ ਪਿੱਛੇ ਬੈਠੀਆਂ ਕੁਝ ਸਿਆਸੀ ਤਾਕਤਾਂ ਕਰ ਰਹੀਆਂ। ਸੋ ਕਿਤੇ ਨਾ ਕਿਤੇ ਆਪਾਂ ਇਹ ਕਹਿ ਲਈਏ ਵੀ ਜਿਹੜਾ ਮੁੰਡਾ ਚੱਲਿਆ ਸੀ ਵੀ ਬਾਪੂ ਦੀ ਗੱਦੀ ਸਾਂਭਾਂਗੇ, ਉਹ ਗੱਦੀ ਆਲਰੇਡੀ ਕਿਸੇ ਨੇ ਸਾਂਭ ਲਈ ਹੈ। ਮੈਨੂੰ ਹੁਣ ਲੱਗਦਾ ਇਹ ਹੈ ਕਿ ਕਿਤੇ ਮੁੰਡੇ ਨੂੰ ਉਂਝੀ ਉੱਥੋਂ ਬਾਹਰ ਨਾ ਕੱਢ ਦਿੰਦੇ ਹੋਣ, ਇਸ ਵੇਲੇ ਤਾਂ ਉਹ ਦਬਾਅ ਥੱਲੇ ਆ, ਪਿਓ 'ਤੇ ਕੇਸ ਬਣਿਆ, ਡੇਰੇ ਵਿੱਚ ਉਹਦਾ ਹਮਦਰਦ ਕੋਈ ਨਹੀਂ ਜੀ, ਦੂਸਰੇ ਪਾਸੋਂ ਰਿਸ਼ਤੇਦਾਰੀਆਂ ਕਾਂਗਰਸੀਆਂ ਨਾਲ ਹੈ, ਉਹਨਾਂ ਸਾਰੀਆਂ ਗੱਲਾਂ ਦਾ ਕਰਕੇ ਇਹਨੇ ਡੇਰਾ ਕੀ ਸਾਂਭਣਾ, ਕਿਤੇ ਗੁਰੂ ਸਾਹਿਬ ਮੋਢੀਆਂ ਵਾਲਾ ਆਪਣਾ ਘਰ ਨਗਵਾ ਲੈਂਦਾ ਹੋਵੇ ਉਹ ਜਾ ਕੇ ਸਾਂਭਣਾ। ਸੋ ਹਾਲਾਤ ਦੇਖੋ ਜੀ ਕਿੱਥੇ ਮਾਰ ਝਿਲਮਲ ਤਾਰੇ ਚੱਲਦੇ ਸੀਗੇ ਅਤੇ ਕਿੱਥੇ ਹੁਣ ਹਾਲਾਤ ਹੋਰ ਹੋ ਗਏ ਨੇ। ਸੋ ਦਿਨ ਬਦਲਦਿਆਂ ਸਮਾਂ ਬਦਲਦਿਆਂ ਪਤਾ ਨਹੀਂ ਲੱਗਦਾ, ਪਰ ਇੱਕ ਆ ਦਿਨ ਅਤੇ ਸਮਾਂ ਬੜੀ ਦੇਰ ਦਾ ਤੰਗ ਕਰ ਰਿਹਾ ਜੀ। ਮੈਂ ਜ਼ਰੂਰ ਪੁੱਛਣਾ ਚਾਹੁੰਦਾ ਤੁਹਾਨੂੰ ਵੀ ਭਾਰਤ ਸਰਕਾਰ ਕਹਿੰਦੀ ਵੀ ਬੈਂਕ ਖਾਤੇ ਨਾਲ ਆਧਾਰ ਕਾਰਡ ਮੋਬਾਈਲ ਫੋਨ ਨਾਲ ਆਧਾਰ ਕਾਰਡ ਜੋੜ ਲਓ, ਇਸ ਤਰੀਕ ਤੋਂ ਬਾਅਦ ਬੰਦ ਹੋ ਜਾਣਾ, ਲੋਕ ਵਿਚਾਰੇ ਧੱਕੇ ਮੁੱਕੀ ਕਰਕੇ ਉੱਥੇ ਪਹੁੰਚੇ ਵੀ ਉਹਦੇ ਬਾਅਦ ਤਰੀਕ ਫੇਰ ਵਧਾ ਦਿੰਦੇ ਆ, ਤਰੀਕ ਫੇਰ ਵਧਾ ਦਿੰਦੇ, ਹੁਣ ਕਹਿੰਦੇ ਤਰੀਕ ਅਜੇ ਪੱਕੀ ਕੋਈ ਨਹੀਂ, ਇਹ ਕੀ ਹਿਸਾਬ ਤਾ ਜੀ? ਇਹ ਸਰਕਾਰ ਦਾ ਪਤਾ ਹੀ ਨਹੀਂ ਲੱਗਦਾ ਕਰਦੀ ਕੀ ਆ। ਇਹਨਾਂ ਪਿਛਲੇ ਸਾਲ ਨਵੰਬਰ ਦੇ ਵਿੱਚ ਨੋਟਬੰਦੀ ਕੀਤੀ ਸੀ ਜੀ, ਉਹ ਤੋਂ 2 ਮਹੀਨੇ ਪਹਿਲਾਂ ਸਤੰਬਰ 'ਚ ਰਿਜ਼ਰਵ ਬੈਂਕ ਦਾ ਨੋਟ ਛਾਪਣ ਵਾਲੀ ਬੈਂਕ ਦਾ ਗਵਰਨਰ ਬਦਲਿਆ ਸੀ। ਕਿਸੇ ਨੇ ਅਰਜ਼ੀ ਦੇ ਕੇ ਪੁੱਛਿਆ ਕਿਹੜੇ ਨਵੇਂ ਨੋਟ 500 ਵਾਲੇ ਅਤੇ 2000 ਦੇ ਆ, ਇਹਨਾਂ ਦੀ ਪ੍ਰਿੰਟਿੰਗ ਕਦੋਂ ਸ਼ੁਰੂ ਕੀਤੀ ਜੀ? ਕਹਿੰਦੇ ਜੀ ਅਪ੍ਰੈਲ ਤੋਂ ਕਰ ਦਿੱਤੀ ਸੀ। ਉਹਨੇ ਦੂਜੀ ਅਰਜ਼ੀ ਦੇ ਦਿੱਤੀ ਕਿ ਜੀ ਅਪ੍ਰੈਲ ਤੋਂ ਕਰ ਦਿੱਤੀ ਸੀ, ਨਵਾਂ ਗਵਰਨਰ ਤਾਂ ਤੁਸੀਂ ਸਤੰਬਰ 'ਚ ਲਾਇਆ, ਅਤੇ ਉਹਨਾਂ ਨੋਟਾਂ ਦੇ ਉੱਤੇ ਇਹਦੇ ਦਸਖਤ ਅਪ੍ਰੈਲ ਤੋਂ ਕਿੱਦਾਂ ਛਪਣੇ ਸ਼ੁਰੂ ਹੋ ਗਏ ਸੀ? ਉਦੋਂ ਤਾਂ ਜੇ ਗਵਰਨਰ ਨਹੀਂ ਉਹ ਤਾਂ ਗਵਰਨਰ ਹੁੰਦਾ ਸੀ। ਉਹ ਦੂਸਰੀ ਅਰਜ਼ੀ ਦਾ ਕਿਸੇ ਨੇ ਜਵਾਬ ਹੀ ਦਿੱਤਾ, ਕਿਉਂਕਿ ਦੂਸਰੀ ਅਰਜ਼ੀ ਫਸਾਉਂਦੀ ਹੈ। ਇਹਦਾ ਮਤਲਬ ਪਹਿਲਾਂ ਹੀ ਇਹ ਤੈਅ ਕੀਤਾ ਸੀ ਕਿ ਗਵਰਨਰ ਤਾਂ ਅਸੀਂ ਫਲਾਨਾ ਲਾ ਦੇਣਾ, ਲੈ ਬਸ ਅਤੇ ਨੋਟ ਵੀ ਬੰਦ ਕਰ ਦਿੰਦੇ ਹਾਂ, ਗਵਰਨਰ ਵੀ ਫਲਾਨਾ ਹੋ ਗਿਆ, ਡਿਸਾਈਡਿਡ ਸੀਗਾ ਸਾਰਾ ਕੁਝ ਅਖੀਰਲੇ ਵਕਤ ਤੱਕ। ਔਰ ਉਹ ਸਭ ਤੋਂ ਪਹਿਲਾਂ ਚਾਂਦਮਾਰੀ ਸ਼ੁਰੂ ਕੀਤੀ ਸੀ ਇਹਨੇ ਸੁਬਰਾਮਨੀਮ ਸਵਾਮੀ ਨੇ, ਜਿਹੜਾ 1976 'ਚ ਐਮਰਜੈਂਸੀ ਦੇ ਵੇਲੇ ਤੋਂ ਹੀ ਜਿਹੜੀ ਮਰਜ਼ੀ ਸਰਕਾਰ ਹੋਵੇ ਉਹ ਉਹਦਾ ਕਹੀਂ ਪੇ ਨਿਗਾਹੇ ਕਹੀਂ ਪੇ ਨਿਸ਼ਾਨਾ ਹੋਵੇ, ਇਹਦਾ ਇੱਧਰ ਦਾ ਨਿਸ਼ਾਨਾ ਉੱਧਰ ਮਾਰਦਾ ਹੁੰਦਾ। ਉਦੋਂ ਇਹਨੇ ਕਰਤਾ ਸੀ ਅਤੇ ਉਦੋਂ ਜਾਪਦਾ ਸੀ ਕਿ ਨਰਿੰਦਰ ਮੋਦੀ ਦੇ ਕਹਿਣ 'ਤੇ ਰਿਜ਼ਰਵ ਬੈਂਕ ਦੇ ਗਵਰਨਰ 'ਤੇ ਨਿਸ਼ਾਨੇ ਲਾ ਰਿਹਾ, ਉਹਨੂੰ ਕੱਢਣਾ ਤਾਂ ਲਾ ਰਿਹਾ ਜੀ। ਅੱਛਾ, ਹੁਣ ਦੂਸਰਾ ਇਹ ਆ ਕਿ ਇਹਨਾਂ ਨੇ ਕਹਿਤਾ ਕਿ ਅਸੀਂ ਆਧਾਰ ਕਾਰਡ ਦੇ ਨਾਲ ਜੋੜ ਦੇਣਾ। ਇਹ ਉਹੋ ਹੀ ਆਧਾਰ ਕਾਰਡ ਆ ਜਿਹਨੂੰ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਜਦੋਂ ਲਾਗੂ ਕਰਨ ਲੱਗੀ ਹੈ ਅਤੇ BJP ਵਾਲੇ ਕਹਿੰਦੇ ਸੀ ਆਧਾਰ ਕਾਰਡ ਨਹੀਂ ਇਹ ਫਰਾਡ ਕਾਰਡ ਹੈ, ਕਹਿੰਦੇ ਸੀ ਤੁਸੀਂ ਸਾਰਾ ਡਾਟਾ ਇਹ 'ਚ ਪਾਈ ਜਾਂਦੇ ਹੋ, ਜੇ ਚੋਰੀ ਹੋ ਗਿਆ ਸਾਡਾ ਨਿੱਜੀ ਡਾਟਾ ਚੋਰੀ ਹੋ ਜਾਓ। ਹੁਣ ਇਹ ਕੀ ਕਹਿੰਦੇ ਆ ਕਿ ਆਧਾਰ ਕਾਰਡ ਬੈਂਕ ਦੇ ਖਾਤੇ ਵਾਸਤੇ ਵੀ ਚਾਹੀਦਾ, ਪਾਸਪੋਰਟ ਵਾਸਤੇ ਵੀ ਚਾਹੀਦਾ, ਜੇ ਤੁਹਾਡੇ ਘਰ ਕੋਈ ਬੱਚਾ ਪੈਦਾ ਹੋ ਜਾਂਦਾ ਅਤੇ ਉਹਦਾ ਬਰਥ ਸਰਟੀਫਿਕੇਟ ਲੈਣ ਵਾਸਤੇ ਵੀ ਤੁਹਾਡਾ ਆਧਾਰ ਕਾਰਡ ਚਾਹੀਦਾ, ਅਤੇ ਨਾਲ ਹੀ ਬੱਚੇ ਦਾ ਵੀ ਬਣ ਜਾਵੇਗਾ, ਅਤੇ ਜੇ ਬਾਪੂ ਬੇਬੇ ਗੁਜ਼ਰ ਗਿਆ ਤਾਂ ਡੈਥ ਸਰਟੀਫਿਕੇਟ ਵੀ ਤਾਂ ਮਿਲਣਾ। ਅਜੇ ਤਾਂ ਪਤਾ ਨਹੀਂ ਫੁੱਲ ਪਾਉਣ ਲੱਗਿਆ ਵੀ ਆਖਿਆ ਕਰਨਗੇ ਆਧਾਰ ਕਾਰਡ ਲਿਓ ਜਲ ਪ੍ਰਵਾਹ ਕਰਨੇ ਵਾਸਤੇ। ਹੋ ਸਕਦਾ ਅੱਛਾ ਇਹ ਪਤਾ ਨਹੀਂ ਕੀ ਕੁਝ ਕਰਨਾ, ਇਸ ਪਾਸੇ ਤੁਰੇ ਜਾਂਦੇ ਨੇ। ਇਹਦੇ 'ਚ ਆਖਿਆ ਗਿਆ ਕਿ ਤੁਸੀਂ ਇਹ ਸਾਰਾ ਕੁਝ ਨਾਲ ਜੋੜੀ ਜਾਂਦੇ ਹੋ। ਜਦੋਂ ਸੁਪਰੀਮ ਕੋਰਟ ਪ੍ਰਾਈਵੇਸੀ ਨੂੰ ਹੱਕ ਕਹਿ ਚੁੱਕੀ ਹੈ ਸਿਟੀਜ਼ਨ ਦਾ ਜੀ, ਅਤੇ ਇਸ ਕਾਰਡ ਦੇ ਵਿੱਚ ਸਾਰੀ ਪ੍ਰਾਈਵੇਸੀ ਹੈ, ਇਹਨੂੰ ਤੁਸੀਂ ਉਹਦੇ ਨਾਲ ਕਿੱਦਾਂ ਜੋੜ ਦਿਓਗੇ? ਇਹ ਤੋਂ ਸਾਰੀ ਪ੍ਰਾਈਵੇਸੀ ਲੀਕ ਹੋ ਸਕਦੀ,
ਜੇ ਹਿਲੇਰੀ ਕਲਿੰਟਨ ਦਾ ਡਾਟਾ ਚੋਰੀ ਹੋ ਸਕਦਾ, ਉਹਦੀਆਂ ਪ੍ਰਾਈਵੇਟ ਈਮੇਲਸ ਦੀ ਗੱਲ ਜਦੋਂ ਬਾਹਰ ਆਈ ਕਿ ਸਰਕਾਰੀ ਸਰਵਰ ਛੱਡ ਕੇ ਉਹਨੇ ਪ੍ਰਾਈਵੇਟ ਸਰਵਰ ਤੋਂ ਯੂਜ਼ ਕੀਤਾ ਅਤੇ ਵੋਟਾਂ ਪੈਣ ਤੋਂ 3 ਦਿਨ ਪਹਿਲਾਂ ਬਾਹਰ ਆਈ, ਅਮਰੀਕਾ ਦੇ ਲੋਕਾਂ ਦਾ ਰੁੱਖ ਪਲਟ ਗਿਆ ਸੀ, ਉਸ ਇੱਕੋ ਖਬਰ ਨੇ ਉਹਦਾ ਪੱਠਾ ਬਿਠਾ ਦਿੱਤਾ ਸੀ। ਅਤੇ ਇੱਥੇ ਸਾਡਾ ਸਾਰਾ ਕੁਝ ਜਿਹੜਾ ਪ੍ਰਾਈਵੇਟ ਕੰਪਨੀ ਹੱਥ ਦਿੱਤਾ ਜਾ ਰਿਹਾ ਜੀ, ਜਦੋਂ ਆਧਾਰ ਕਾਰਡ ਦੇ ਸਾਰਾ ਕੁਝ ਪਾ ਦਿੱਤਾ ਅਤੇ ਪ੍ਰਾਈਵੇਟ ਬੈਂਕਾਂ ਪ੍ਰਾਈਵੇਟ ਮੋਬਾਈਲ ਕੰਪਨੀਆਂ ਸਾਰਿਆਂ ਕੋਲੋਂ ਡਾਟਾ ਜਾਵੇਗਾ, ਇਹ ਨਹੀਂ ਕਰਨਾ ਚਾਹੀਦਾ। ਪਰ ਜਦੋਂ ਸਰਕਾਰ ਨੇ ਫੈਸਲਾ ਕਰ ਦਿੱਤਾ, ਫਿਰ ਕੋਈ ਫੈਸਲਾ ਵੀ ਹੋਣਾ ਚਾਹੀਦਾ ਕਿ 300 ਦਿਨ ਫੈਸਲੇ ਬਦਲਦੇ ਰਹਿਣਗੇ। ਨੋਟਬੰਦੀ 'ਚ ਵੀ ਸਵੇਰੇ ਕਹਿੰਦੇ ਸੀ 2000 ਰੁਪਏ ਇੱਕ ਬੰਦੇ ਨੂੰ ਦੇਣੇ, ਸ਼ਾਮ ਨੂੰ ਕਹਿੰਦੇ ਸੀ 2000 ਨਹੀਂ 500 ਦੇਣਾ, ਅਗਲੇ ਦਿਨ ਕਹਿੰਦੇ ਸੀ 2000 ਹਫ਼ਤੇ 'ਚ ਇੱਕ ਵਾਰ ਦੇਣੇ, ਫਿਰ ਕਹਿੰਦੇ ਸੀ ਹਫ਼ਤੇ 'ਚ 2 ਵਾਰ ਦੇਣੇ, ਪਤਾ ਨਹੀਂ ਲੱਗਦਾ। ਉਹੀ ਹੁਣ ਸ਼ੁਰੂ ਕੀਤਾ, ਇਹ ਕਹਿੰਦੇ ਸੀ 31 ਦਸੰਬਰ ਤੱਕ ਜਿਨ੍ਹਾਂ ਨੇ ਆਧਾਰ ਕਾਰਡ ਨਾ ਜੋੜਿਆ ਉਹਨਾਂ ਦੇ ਬੈਂਕ ਖਾਤੇ ਜਿਹੜੇ ਉਹ ਸੀਜ਼ ਹੋ ਜਾਣੇ, ਮੋਬਾਈਲ ਵੀ ਸੀਜ਼ ਹੋ ਜਾਣੇ ਜੀ। ਫਿਰ ਸੁਪਰੀਮ ਕੋਰਟ 'ਚ ਕੇਸ ਗਿਆ ਅਤੇ ਸਰਕਾਰ ਦੇ ਅਟਾਰਨੀ ਜਨਰਲ ਨੇ ਉੱਥੇ ਆਖਿਆ ਸਾਡੀ ਜੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ 31 ਮਾਰਚ ਤੱਕ ਅਜੇ ਉਡੀਕ ਕਰਾਂਗੇ। ਕੱਲ੍ਹ ਫਿਰ ਇਹ 'ਤੇ ਪੇਸ਼ੀ ਹੋਈ ਹੈ, ਕੱਲ੍ਹ ਜਾ ਕੇ ਪਤਾ ਲੱਗਾ ਜੀ 31 ਮਾਰਚ ਦੀ ਗੱਲ ਹੀ ਕੋਈ ਨਹੀਂ। ਉਹ ਤਾਂ ਉਹਨੇ ਆਖਿਆ ਸੀ ਕਿ ਸਰਕਾਰ ਆ ਸੋਚ ਰਹੀ ਹੈ, ਜੇ ਸਰਕਾਰ ਸੋਚ ਰਹੀ ਹੈ ਜੇ ਫੈਸਲਾ ਨਹੀਂ ਕੀਤਾ ਅਤੇ ਫੈਸਲਾ ਕਰਨ ਤੋਂ ਪਹਿਲਾਂ ਸਰਕਾਰ ਕਿੱਦਾਂ ਕਹਿ ਦਿੰਦੀ ਹੈ ਕਿ ਅਸੀਂ ਇਹ ਕਰ ਲਿਆ। ਇਹ ਸਾਰਾ ਕੁਝ ਉਲਟ ਪੁਲਟ ਹੋ ਰਿਹਾ, ਲੋਕ ਜਿਹੜਾ ਵੀ ਫੈਸਲਾ ਪੜ੍ਹਦੇ ਆ 2 ਦਿਨ ਉਡੀਕਦੇ ਆ ਕਿ ਪਤਾ ਕਰ ਲਈਏ ਅਤੇ ਸਰਕਾਰ ਟਿੱਕੀ ਆ ਕਿ ਸਰਕਾਰ ਨੇ ਫਿਰ ਕੋਈ ਬਦਲ ਦਿੱਤਾ, ਕੋਈ ਸਮਝ ਹੀ ਨਹੀਂ ਲੱਗਦੀ ਪਈ। ਵਿਦੇਸ਼ਾਂ ਵਿੱਚੋਂ ਲੋਕ ਫੋਨ ਕਰ ਕਰ ਪੁੱਛਦੇ ਆ ਕਿ ਸਾਡੇ ਬੈਂਕਾਂ 'ਚ ਪੈਸੇ ਆ ਜੀ, ਸੀਜ਼ ਤਾਂ ਨਹੀਂ ਹੋਣਗੇ। ਅੱਗੇ ਤਾਂ ਨੋਟਬੰਦੀ ਵੇਲੇ ਜਿਹਨਾਂ ਲੋਕਾਂ ਦੇ ਲਾਕਰਾਂ 'ਚ ਪੈਸੇ ਪਏ ਸੀ, ਜੇ ਘਰ ਦੇ 5 ਜੀ ਆ, 5 ਨੇ ਪਿਛਲੇ ਸਾਲ ਇੱਥੇ ਕਿਸੇ ਵਿਆਹ 'ਤੇ ਆਏ ਸੀ ਜੀ, ਇੱਕ ਪਲਾਟ ਵੇਚ ਦਿੱਤਾ, 2-2 ਲੱਖ ਰੁਪਏ 5 ਕੋਲ ਪਏ, ਉਹ ਲਿਆ ਕੇ 5 ਜਣੇ ਬੈਂਕ ਦੇ ਲਾਕਰ 'ਚ ਆਪੋ ਆਪਣੇ 'ਚ ਰੱਖ ਗਏ। ਹੁਣ ਉਹ 5 ਆਉਣ ਅਤੇ ਆਪੋ ਆਪਣੇ ਪੈਸੇ ਕੱਢ ਕੇ ਵੇਚਣ, ਜੇ ਆਉਣ ਤਾਂ 1.5-1.5 ਲੱਖ ਰੁਪਇਆ ਉਹਨਾਂ ਦਾ ਆਪ ਲੱਗ ਜਾਣਾ ਅਤੇ ਬਾਕੀ 50,000 ਰੁਪਏ ਲਿਕੁਇਡ ਕਰਨਗੇ ਉਹਦੇ ਵਾਸਤੇ, ਕਿਉਂ ਉੱਥੋਂ ਨੌਕਰੀ ਵੀ ਛੱਡ ਕੇ ਆਉਣ। ਉਹਨਾਂ ਦੇ ਪੈਸੇ ਉਹ ਕੂੜਾ ਬਣਾ ਦਿੱਤੇ ਇਹਨਾਂ ਦੀ ਨੋਟਬੰਦੀ ਨੇ, ਅਤੇ ਜਿਹਨਾਂ ਦੇ ਕੋਲ ਨਕਲੀ ਪੈਸੇ ਉਹ ਜਮ੍ਹਾਂ ਹੋ ਗਏ। 14.5 ਲੱਖ ਨੋਟ ਛਾਪੇ ਸਨ ਅਤੇ 14,90,000 ਬੈਂਕ ਦੇ ਕੋਲ ਜਮ੍ਹਾਂ ਹੋ ਗਏ ਆ, ਜਿਹੜੇ ਬਾਕੀ ਦੇ 40,000 ਕਰੋੜ ਛਾਪੇ ਨੇ, 14.5 ਲੱਖ ਕਰੋੜ ਦੇ ਬਜਾਏ 14,90,000 ਕਰੋੜ ਜਦੋਂ ਆ ਗਏ ਆ, ਜਿਹੜੇ ਵਾਧੂ 40 ਲੱਖ ਕਰੋੜ ਆਏ ਉਹ ਕਿੱਥੋਂ ਆਏ ਆ? ਇਹਦਾ ਮਤਲਬ ਜਾਲੀ ਆ ਗਏ, ਨਕਲੀ ਆ ਗਏ, ਉਹ 'ਚ ਆ ਗਏ, ਉਹ ਜਮ੍ਹਾਂ ਹੋ ਗਏ। ਜਾਂ ਫਿਰ ਇਹ ਮੰਨਣਾ ਚਾਹੀਦਾ ਕਿ ਸਾਡਾ ਰਿਜ਼ਰਵ ਬੈਂਕ ਵੀ 2 ਨੰਬਰ ਦਾ ਕਾਰੋਬਾਰ ਕਰਦਾ ਰਿਹਾ, ਕੋਈ ਸਰਕਾਰੀ ਨੋਟ ਛਾਪਦਾ ਸੀ, ਕੋਈ ਪਿਛਲੇ ਦਰਵਾਜ਼ੇ ਵੀ ਛਾਪਦੇ ਰਹੇ, ਅਬਦੁਲ ਕਰੀਮ ਤੇਲਗੀ ਦੇ ਵੀ ਤਾਂ ਸਟੈਂਪ ਛਾਪਦੇ ਰਿਹਾ ਸੀ। ਇਹ ਜਿੱਦਾਂ ਦਾ ਮਾਹੌਲ ਬਣਦਾ ਜਾ ਰਿਹਾ, ਇਹਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਅਤੇ ਖਜ਼ਾਨਾ ਮੰਤਰੀ ਸਾਹਿਬ ਕਹਿੰਦੇ ਆ ਜੀ ਭਾਰਤ ਦੀ ਭਰੋਸੇਯੋਗਤਾ ਰੈਂਕਿੰਗ ਚੜ੍ਹ ਗਈ। ਪਤਾ ਨਹੀਂ ਚੜ੍ਹ ਗਈ ਹੈ ਕਿ ਚੜ੍ਹਾਈ ਕਰਨ ਵਾਲੀ ਹੈ, ਇਹ ਕੰਮ ਖਰਾਬ ਜਿਹਾ ਜਾਪਦਾ। ਲੋਕਾਂ ਦੇ ਮਨ 'ਚ ਵਿਸ਼ਵਾਸੇ ਬਹੁਤ ਨੇ, ਬੇਵਿਸ਼ਵਾਸੀ ਬਹੁਤ ਆ, ਸਰਕਾਰ ਕਿਸੇ ਇੱਕ ਥਾਂ ਦੇ ਉੱਤੇ ਖਲੋ ਕੇ ਕੋਈ ਸਪਸ਼ਟ ਫੈਸਲਾ ਨਹੀਂ ਕਰ ਰਹੀ। ਸੋ ਇਹ ਕਿਤੇ ਨਾ ਕਿਤੇ ਕਾਰਨ ਹੈਗਾ। ਇੱਕ ਚੀਜ਼ ਹੋਰ ਬਨੋ ਸਾਹਿਬ, ਮੈਂ ਜ਼ਰੂਰ ਪੁੱਛਣੀ ਚਾਹੁੰਦਾ ਤੁਹਾਡੇ ਤੋਂ, ਹੁਣ ਜਿੱਦਾਂ 17 ਮੌਕੇ ਆ ਅਤੇ 18 ਜੇ ਚੜ੍ਹ ਗਿਆ ਅਤੇ 18 ਦੇ ਵਿੱਚ ਤਾਂ ਇਹੀ ਹੋਣਾ ਕਿ ਵੀ 19 ਵਾਲਾ ਮੋਰਚਾ ਕਿਵੇਂ ਫਤਿਹ ਕਰਨਾ। ਅਤੇ ਜੋ ਮੋਦੀ ਸਾਹਿਬ ਦੇ ਇਸ ਵਕਤ ਹਾਲਾਤ ਨੇ, ਜਿਵੇਂ ਕਿ ਹਰ ਥਾਂ ਦੇ ਉੱਪਰ, ਜਿਵੇਂ ਹਿਮਾਚਲ ਦੀਆਂ ਚੋਣਾਂ ਤੋਂ ਪਹਿਲਾਂ ਜੋੜ ਤੋੜ ਹੋਇਆ, ਗੁਜਰਾਤ ਵਾਲੀ ਡੇਟ ਅਨਾਊਂਸ ਕਰਨ ਦੇ ਵਿੱਚ ਸਮਾਂ ਲਾਇਆ, ਹੋਰ ਵੀ ਜਿਹੜਾ ਇਸ ਤੋਂ ਪਹਿਲਾਂ ਇੱਕ ਸਾਲ ਕੱਢਣਾ, ਤਾਂ ਜਿਹੜੇ ਡਿਸੀਜਨਸ ਲੈਣੇ ਨੇ, ਇਹ ਕਿਵੇਂ ਤੁਹਾਨੂੰ ਯਾਦ ਹੈ ਕਿ ਰੁੱਖ ਕਿਸ ਪਾਸੇ ਲੈ ਕੇ ਜਾਣਾ? ਕਿਉਂਕਿ ਹੁਣ ਗਊ ਰੱਖੇ ਵੀ ਥੋੜ੍ਹੇ ਜਿਹੇ ਠੰਡੇ ਪੈ ਗਏ ਆ, ਬਾਕੀ ਰੌਲਾ ਰੱਪਾ ਜਿਹਾ ਵੀ ਥੋੜ੍ਹਾ ਜਿਹਾ ਘਟਿਆ, ਤੁਹਾਨੂੰ ਲੱਗਦਾ ਕਿ ਥੋੜ੍ਹੀ ਇਮੇਜ ਬਿਲਡ ਕਰਨ ਦੀ ਕੋਸ਼ਿਸ਼ ਕੀਤੀ? ਦੇਖੋ, ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਡਾਕਟਰ ਕੀ ਕਰਦਾ ਹੁੰਦਾ ਸੀ, ਬੱਚੇ ਨੇ ਕਹਿਣਾ ਉਹ ਵੇਖ ਕਬੂਤਰ ਉੱਡਦਾ, ਜਦੋਂ ਉੱਧਰ ਝੱਕਣਾ ਉਹਨਾਂ ਚੋਂ ਟੀਕਾ ਲਾ ਦੇਣਾ ਜੀ। ਹੁਣ ਨਵੇਂ ਜੋ ਕੇ ਚੱਲਦੇ ਆ ਕਿ ਡਾਕਟਰ ਨੇ ਬੱਚੇ ਨੂੰ ਆਖਿਆ ਉਹ ਵੇਖ ਕਬੂਤਰ ਜਾਂਦਾ, ਕਹਿੰਦਾ ਧਿਆਨ ਨਾਲ ਟੀਕਾ ਲਾ, ਮੈਨੂੰ ਕਬੂਤਰ ਵਿਖਾਉਂਦਾ ਪੁੱਠੇ ਥਾਂ ਨਾਲ ਟੀਕਾ ਲਾ ਦੇ। ਬੱਚੇ ਸਿਆਣੇ ਹੋ ਗਏ, ਵੋਟਰ ਸਿਆਣੇ ਨਹੀਂ ਹੋਏ, ਵੋਟਰ ਅਜੇ ਤੱਕ ਉੱਥੇ ਖੜਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਹੀ ਨਹੀਂ ਚੱਲਣ ਦੇਣੀ ਕਿ ਮੈਂ ਕੱਲ੍ਹ ਕੀ ਆਖਿਆ ਸੀ। ਇਹ ਆਖਿਆ ਸੀ ਕਿ 3-3 ਲੱਖ ਰੁਪਏ ਇੱਕ ਜੀ ਦੇ ਖਾਤੇ, 5 ਜੀਆਂ ਦੇ ਖਾਤੇ 15 ਲੱਖ ਰੁਪਏ ਪਾਊ, ਮੁੜ ਕੇ ਕਹਿ ਤਾ ਚੋਣ ਜੁਮਲਾ ਸੀ, ਅਗਲਾ ਜੁਮਲਾ ਛੱਡਤਾ, ਵਿਦੇਸ਼ਾਂ ਤੋਂ ਕਾਲਾ ਧਨ ਲਿਆਵਾਂਗੇ, ਉਹ ਨਹੀਂ ਲਿਆਂਦਾ। ਫਿਰ ਨੋਟਬੰਦੀ ਕਰਕੇ ਆਖਿਆ ਉਹ ਕਾਲਾ ਧਨ ਆ ਗਿਆ, ਨੋਟਬੰਦੀ 'ਚ ਅਸੀਂ ਜਮ੍ਹਾਂ ਕਰਵਾ ਲਿਆ। ਫਿਰ ਆਖਿਆ ਨੋਟਬੰਦੀ ਤਾਂ ਅਸੀਂ ਅੱਤਵਾਦ ਨੂੰ ਨੱਥ ਪਾਉਣ ਵਾਸਤੇ ਕੀਤੀ ਸੀ, ਹੁਣ ਅਸੀਂ GST ਲਾਗੂ ਕਰਨ ਲੱਗੇ, GST ਵਿੱਚ ਰੌਲਾ ਪੈ ਗਿਆ, ਮੁੜ ਕੇ ਉਹ 'ਚ ਅਦਲਾ ਬਦਲੀਆਂ ਕਰਤੀਆਂ, ਸਾਰਾ ਕੁਝ ਤਮਾਸ਼ਾ ਹੁੰਦਾ ਗਿਆ। ਇਹ ਪ੍ਰਧਾਨ ਮੰਤਰੀ ਦੇ ਵਿੱਚ ਹੋਰ ਕੋਈ ਗੱਲ ਹੋਵੇ ਨਾ ਹੋਵੇ, ਇੱਕ ਗੱਲ ਹੈਗੀ ਆ ਨਰਿੰਦਰ ਮੋਦੀ 'ਚ ਕਿ ਜਦੋਂ ਤਕਰੀਰ ਕਰਦਾ, ਜਿਹੜੇ ਦੇ ਕੱਟੜ ਵਿਰੋਧੀ ਹੁੰਦੇ ਆ ਜੀ, ਉਹ ਵੀ ਤਕਰੀਰ ਕਰਦਿਆਂ ਕੀਲੇ ਜਾਂਦੇ ਆ ਹੈ ਕਿ ਨਹੀਂ, ਜਦੋਂ ਘੁਮਾ ਕੇ ਲਿਆਉਂਦਾ, ਜਿਹੜੇ ਸਾਹਮਣੇ ਬੈਠੇ ਕੱਟੜ ਵਿਰੋਧੀ ਹੁੰਦੇ ਉਹ ਵੀ ਤਾੜੀਆਂ ਮਾਰ ਪੈਂਦੇ, ਅਤੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਇਹਨੇ ਕੱਲ੍ਹ ਕੀ ਆਖਿਆ ਸੀ। ਹਰ ਵਾਰੀ ਉਹ ਹਿੱਟ ਐਂਡ ਰਨ ਵਾਲੀ ਪੋਲਿਸੀ ਆ ਵੀ ਆਹ ਸੱਟ ਲੱਗ ਗਈ, ਚੱਲ ਕੋਈ ਨਹੀਂ ਅੱਗੇ ਨਿਕਲ ਜਾਓ, ਅਗਲੇ ਚੌਂਕ 'ਤੇ ਜਾ ਕੇ ਵੇਖਾਂਗੇ। ਅੱਜ ਹੁਣ ਜਦੋਂ ਇਸ ਵੇਲੇ ਤੁਸੀਂ ਅਤੇ ਮੈਂ ਪ੍ਰੋਗਰਾਮ ਕਰਦੇ ਪਏ ਜੀ,
ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਚੱਲਦੀਆਂ ਪਈਆਂ ਅਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਤੋਂ 2 ਘੰਟੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁੰਦਰ ਨਗਰ ਵਿੱਚ ਬੋਲਣਾ, ਹਿਮਾਚਲ ਪ੍ਰਦੇਸ਼ ਸੁੰਦਰ ਨਗਰ ਮੰਡੀ ਹਲਕੇ 'ਚ ਜੀ। ਪਰਸੋਂ ਇਹ ਬੋਲਿਆ ਸੀ ਉੱਥੇ ਲਾਗੇ ਹਮੀਰਪੁਰ 'ਚ, ਇਹਨੇ ਆਖਿਆ ਸੀ ਪਰਿਵਾਰਵਾਦ ਭ੍ਰਿਸ਼ਟਾਚਾਰ ਹਿਮਾਚਲ ਦੇ ਜੜ੍ਹਾਂ 'ਚ 2 ਬਿਮਾਰੀਆਂ ਬਹਿ ਗਈਆਂ। ਜਦੋਂ ਨੇ ਪਰਿਵਾਰਵਾਦ ਆਖਿਆ ਤਾਂ ਇਹਦੇ ਨਾਲ ਪ੍ਰੇਮ ਕੁਮਾਰ ਧੂਮਲ ਬੈਠਾ ਸੀ ਜਿਹੜਾ ਆਪਣੇ ਮੁੰਡੇ ਨੂੰ ਚੁੱਕਣ ਡਿਆ, ਅਤੇ ਮੁੰਡਾ ਇੰਨਾ ਕੁ ਸਿਆਣਾ ਕਿ 3-4 ਕੇਸ ਹਿਮਾਚਲ 'ਚ ਬਣੇ ਆ ਅਤੇ ਕ੍ਰਿਕਟ ਬੋਰਡ ਦਾ ਮੁਖੀ ਬਣਿਆ ਸੀ ਅਤੇ ਸੁਪਰੀਮ ਕੋਰਟ ਤੋਂ ਮਾਫੀਆਂ ਮੰਗੀਆਂ ਨੇ। ਪਰਿਵਾਰਵਾਦ ਸੋਨੀਆ ਗਾਂਧੀਆਂ ਦਿਸਦਾ ਅਤੇ ਆਪ ਉਹ ਦੋਵੇਂ ਪਿਓ ਪੁੱਤ ਲਾਗੇ ਬੈਠੇ, ਉਦੋਂ ਪ੍ਰਧਾਨ ਮੰਤਰੀ ਨਹੀਂ ਹੁੰਦਾ ਨੀ। ਅੱਜ ਉਹਨੇ ਮੰਡੀ 'ਚ ਬੋਲਣਾ। 5 ਸਾਲ ਪਹਿਲਾਂ 2012 ਦੀਆਂ ਚੋਣਾਂ 'ਚ ਮੰਡੀ 'ਚ ਮੋਦੀ ਸਾਹਿਬ ਵੀ ਗਏ ਸੀ, ਹੋਰ ਲੋਕ ਵੀ ਗਏ ਸੀ, ਅਤੇ ਉੱਥੇ ਪਤਾ ਕੀ ਬੋਲਦੇ ਸੀ? ਕਾਂਗਰਸ ਪਾਰਟੀ ਨੇ ਇਸ ਸੀਟ ਤੋਂ ਅਨਿਲ ਸ਼ਰਮੇ ਨੂੰ ਟਿਕਟ ਦਿੱਤੀ ਹੈ ਜਿਹਦਾ ਪਿਓ ਸੁਖਰਾਮ ਹੈ, ਉਹ ਸੁਖਰਾਮ ਜਿਹਨੇ ਹਿੰਦੁਸਤਾਨ ਦਾ ਟੈਲੀਕਾਮ ਮਹਿਕਮਾ ਲੁੱਟਿਆ ਅਤੇ ਜਿਹਦੇ ਸਿਰਾਣਿਆਂ 'ਚੋਂ ਨੋਟ ਜਿਹੜੇ ਸੀ ਉਹ ਭਰੇ ਫੜੇ ਗਏ ਸੀ ਜੀ। ਉਦੋਂ ਮੁੰਡਾ ਕਾਂਗਰਸ ਵੱਲੋਂ ਖੜਾ ਸੀ, ਪਿਛਲੇ ਹਫ਼ਤੇ ਉਹਨੇ ਕਾਂਗਰਸ ਛੱਡੀ ਬੀਜੇਪੀ ਵੱਲੋਂ ਖੜਾ ਗਿਆ, ਜਿਹਨੂੰ 5 ਸਾਲ ਪਹਿਲਾਂ ਨਰਿੰਦਰ ਮੋਦੀ ਭੰਡਣ ਗਿਆ ਸੀ, ਅੱਜ ਉਹਦੇ ਪੱਖ ਵਿੱਚ ਲੋਕਾਂ ਤੋਂ ਵੋਟਾਂ ਮੰਗਣ ਚੱਲ ਰਿਹਾ ਆ ਕਿ ਸੁਖਰਾਮ ਦਾ ਮੁੰਡਾ ਭਾਵੇਂ ਪਰ ਕੋਈ ਨਹੀਂ ਹੈ, ਪਿਓ ਪੁੱਤ ਹਰਿਦੁਆਰ ਜਾ ਕੇ ਗੰਗਾ ਨਹਾ ਆਏ ਆ ਹੁਣ, ਕਿਉਂਕਿ ਬੀਜੇਪੀ 'ਚ ਆ ਗਏ ਹੁਣ ਭ੍ਰਿਸ਼ਟ ਥੋੜ੍ਹੇ ਹੋ ਸਕਦੇ। ਇਹ ਜਿਹੜਾ ਹੈਗਾ ਨਾ, ਬੀਜੇਪੀ 'ਚ ਆ ਕੇ ਭ੍ਰਿਸ਼ਟ ਥੋੜ੍ਹੇ ਹੋ ਸਕਦੇ, ਇਹ ਸਵਾਲ ਬਹੁਤ ਵੱਡਾ। ਔਰ ਇਹਨੇ ਇਹੋ ਜਿਹੇ ਢੰਗ ਨਾਲ ਕਿਰਨਾ ਕਿ ਜਿਹੜੇ ਉੱਥੇ ਮੰਡੀ 'ਚ ਬੈਠੇ ਲੋਕ ਹੈ ਉਹਨਾਂ ਨੇ ਵੀ ਮੰਡੀ ਦਾ ਸੌਦਾ ਹੀ ਵੇਖਣਾ ਵੀ ਇਸ ਵੇਲੇ ਕੀ ਹੈ ਜੀ ਜੀ, ਵੋਟਾਂ ਫਿਰ ਹੋ ਸਕਦਾ ਸੁਖਰਾਮ ਦੇ ਮੁੰਡੇ ਦੇ ਬਾਅਦ। ਜਦੋਂ ਤੁਸੀਂ ਕਹਿੰਦੇ ਕਿ 17 ਗਿਆ ਅਤੇ 18 ਆ ਚੱਲਿਆ ਅਤੇ 19 ਦੀ ਗੱਲ ਚੱਲਦੀ ਹੈ, ਇਹਨੇ 19 ਤੱਕ 19 ਕਿਸਮ ਦੇ ਨਵੇਂ ਨਾਅਰੇ ਦੇ ਦੇਣੇ ਆ, ਸਾਰੇ ਹੀ ਨਾਅਰੇ। ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਮੁੱਖ ਮੰਤਰੀ ਦੇ ਤੌਰ 'ਤੇ ਕੋਈ ਚਿਹਰਾ ਨਹੀਂ ਪੇਸ਼ ਕੀਤਾ ਜੀ, ਬਿਲਕੁਲ ਬਾਅਦ 'ਚ ਇੱਕ ਜੋਗੀ ਲੈ ਆਉਂਦਾ, ਪਰ ਚੋਣਾਂ 'ਚ ਨਹੀਂ ਪੇਸ਼ ਕੀਤਾ। ਚੋਣਾਂ ਵਿੱਚ ਕੋਈ ਮੁੱਖ ਮੰਤਰੀ ਦਾ ਚਿਹਰਾ ਪੇਸ਼ ਨਹੀਂ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਹੀ ਆਖਿਆ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦੂੰ। ਜਦੋਂ ਸਰਕਾਰ ਬਣ ਗਈ ਤਾਂ ਕੈਪਟਨ ਅਮਰਿੰਦਰ ਸਿੰਘ ਗਿਆ ਕਿ ਜੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨੇ ਆ ਅਤੇ ਜੇ ਕਰਨੇ ਸਾਰੇ ਦੇਸ਼ ਦੇ ਹੀ ਕਰ ਦਿਓ, ਕਹਿੰਦੇ ਤੁਹਾਨੂੰ ਕਿਹਨੇ ਆਖਿਆ ਕਰਨੇ? ਉਹ ਕਹਿੰਦੇ ਤੁਸੀਂ ਉੱਤਰ ਪ੍ਰਦੇਸ਼ 'ਚ ਆ ਕੇ ਆਏ, ਕਹਿੰਦੇ ਰਾਜ ਸਰਕਾਰ ਦਾ ਕੰਮ ਹੈ ਕਰੇ ਜਾਂ ਨਾ ਕਰੇ, ਕਹਿੰਦੇ ਰਾਜ ਸਰਕਾਰ ਦਾ, ਉਹ ਰਾਜ ਸਰਕਾਰ ਦੇ ਲੀਡਰਾਂ 'ਤੇ ਆਖਿਆ ਹੀ ਨਹੀਂ, ਤਕਰੀਰ ਤਾਂ ਪ੍ਰਧਾਨ ਮੰਤਰੀ ਨੇ ਉੱਥੇ ਕੀਤੀ ਹੈ, ਔਰ ਉਹਨੇ ਭਾਜਪਾ ਦੇ ਲੀਡਰ ਦੇ ਤੌਰ 'ਤੇ ਨਰਿੰਦਰ ਮੋਦੀ ਨੇ ਤਕਰੀਰ ਨਹੀਂ ਕੀਤੀ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਕੀਤੀ ਹੈ, ਪ੍ਰਧਾਨ ਮੰਤਰੀ ਹੁੰਦਿਆਂ ਕੀਤੀ ਹੈ ਕਿ ਮੇਰੀ ਸਰਕਾਰ ਆ ਕਰੇਗੀ। ਅਤੇ ਹੁਣ ਤੁਸੀਂ ਕਹਿੰਦੇ ਕਹਿੰਦੇ ਨਹੀਂ ਜੀ ਇਹ ਰਾਜਾਂ ਦਾ ਮਾਮਲਾ, ਹਰ ਵਾਰੀ ਇੰਨੀ ਤੇਜ਼ੀ ਨਾਲ ਗੱਲ ਤਲਕਾ ਜਾਂਦਾ ਕਿ ਪਿਛਲੀ ਗੱਲ ਕਿਸੇ ਨੂੰ ਯਾਦ ਨਹੀਂ ਰਹਿਣ ਦਿੰਦਾ, ਲੋਕਾਂ ਨੂੰ ਇਹਨੇ 2014 ਚੇਤੇ ਨਹੀਂ ਰਹਿਣ ਦੇਣਾ। ਸੋ ਇਹ ਵੀ ਇੱਕ ਵੱਡੀ ਗੱਲ ਹੈ ਜੀ ਕਿ ਵੀ ਜਿਹੜੀ ਆਪਣੀ ਜਿਹੜੀ ਯਾਦ ਸ਼ਕਤੀ ਹੈ ਉਹ ਇੰਨੀ ਥੋੜ੍ਹੀ ਹੈ ਕਿ ਵੀ ਕੱਲ੍ਹ ਕੀ ਹੋਇਆ ਸੀ ਅਤੇ ਕੱਲ੍ਹ ਕਿਸੇ ਨੇ ਕੀ ਕਿਹਾ, ਜਾਂ ਇਹ ਹੈ ਕਿ ਭੁਲਾਉਣ ਵਾਲੇ ਦੀ ਇੰਨੀ ਤੇਜ਼ੀ ਹੈ ਕਿ ਕੱਲ੍ਹ ਵਾਲੀ ਗੱਲ ਯਾਦ ਹੀ ਰਹਿਣ ਦਿੰਦਾ, ਉਹੀ ਵੀ ਲੀਕ ਲਾ ਕੇ ਹੋਰ ਵੱਡੀ ਮਾਰ ਦਿੰਦੇ, ਦੂਜੀ ਨਿੱਕੀ ਰਹਿ ਜਾਂਦੀ ਆ। ਬਾਕੀ ਸੁਖਪਾਲ ਖਹਿਰਾ ਬਾਰੇ ਤੁਸੀਂ ਪੁੱਛ ਰਹੇ ਹੋ ਜੀ, ਹੋਰ ਵੀ ਬਹੁਤ ਸਾਰੇ ਸਵਾਲ ਨੇ ਇਸ ਪ੍ਰੋਗਰਾਮ ਦੇ ਵਿੱਚ, ਅਸੀਂ ਪਹਿਲਾਂ ਉਹਨਾਂ ਸਾਰੇ ਸਵਾਲਾਂ ਦੇ ਉੱਪਰ ਗੱਲ ਕਰ ਰਹੇ ਹਾਂ। ਜੇ ਤੁਸੀਂ ਹੁਣ ਦੇਖਣਾ ਸ਼ੁਰੂ ਕੀਤਾ ਤਾਂ ਤੁਸੀਂ ਇਹਨੂੰ ਦੁਬਾਰਾ ਜਦੋਂ ਪ੍ਰੋਗਰਾਮ ਨੂੰ ਦੇਖੋਗੇ ਯੂਟਿਊਬ ਦੇ ਉੱਪਰ ਤੁਹਾਨੂੰ ਮਿਲੇਗਾ, ਉਦੋਂ ਤੁਹਾਨੂੰ ਸਾਰੀਆਂ ਗੱਲਾਂ ਦਾ ਦੁਬਾਰਾ ਜਿਹੜਾ ਜਵਾਬ ਹੈ ਉਹ ਮਿਲੇਗਾ। ਆਪਾਂ ਥੋੜ੍ਹਾ ਜਿਹਾ ਅੱਗੇ ਵਧੀਏ ਤਾਂ ਮੈਂ ਗੱਲ ਪੁੱਛਣੀ ਚਾਹੁੰਦਾ ਜੀ ਕਿ ਵੀ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਹਾਈਕੋਰਟ ਨੇ ਜਿਹੜਾ ਜਵਾਬ ਮੰਗਿਆ ਸੀਗਾ ਵੀ ਸੜਕ 'ਤੇ ਜਿਹੜੇ ਪੈਦਲ ਚੱਲਦੇ ਲੋਕ ਨੇ ਉਹਨਾਂ ਦੀ ਸੁਰੱਖਿਆ ਦਾ ਫਿਕਰ ਕਿਉਂ ਨਹੀਂ ਹੈਗਾ, ਇਹ ਸਵਾਲ ਪੁੱਛਣ ਦਾ ਕੀ ਕਾਰਨ, ਕਿਉਂ ਲੋੜ ਪੈ ਗਈ? ਇਸ ਮਹੀਨੇ 'ਚ ਫਿਰ 3 ਮੌਤਾਂ ਹੋ ਗਈਆਂ ਨੇ, ਮੈਂ ਮੌਤਾਂ ਨਹੀਂ ਉਹ ਕਤਲ ਸਮਝਦਾ ਜੀ। ਸੈਰ ਕਰਦੇ ਲੋਕਾਂ ਦੇ ਉੱਤੇ ਕਾਰ ਆ ਚੜ੍ਹੀ, ਸੈਰ ਕਰਦੇ ਲੋਕਾਂ ਦੇ ਉੱਤੇ ਬੱਸ ਆ ਚੜ੍ਹੀ। ਜਲੰਧਰ ਦੇ ਵਿੱਚ ਇੱਕ ਰਿਟਾਇਰਡ ਅਫਸਰ ਸੈਰ ਕਰਦਾ ਪਿਆ, ਪਿੱਛੋਂ ਇੱਕ ਲਗਜ਼ਰੀ ਗੱਡੀ ਆਈ, ਮੁੰਡਾ ਆਇਆ ਮਿੱਧ ਕੇ ਲੈ ਗਿਆ, ਉੱਦਾਂ ਤਾਂ CCTV ਕੈਮਰੇ ਲੱਗੇ ਆ ਸਾਰੇ ਸ਼ਹਿਰ 'ਚ, ਉਹ ਲਗਜ਼ਰੀ ਗੱਡੀ ਦਾ ਨੰਬਰ ਨਹੀਂ ਲੱਭਾ। ਇੱਥੇ ਰੋਜ਼ ਦਾ ਵਿਹਾਰ ਬਣਿਆ ਪਿਆ। ਪਿਛਲੇ ਹਫ਼ਤੇ ਜਲੰਧਰ ਤੋਂ ਜਿਹੜੀ CT ਕਾਲਜ ਕੋਲ ਦੀ ਨਕੋਦਰ ਵੱਲ ਨੂੰ ਸੜਕ ਜਾਂਦੀ ਆ ਜੀ, ਉਹਦੇ ਉੱਤੇ 2 ਕਾਰਾਂ ਫੜੀਆਂ ਗਈਆਂ, ਦੋਵਾਂ ਕਾਰਾਂ ਵਾਲੇ ਜ਼ਿੱਦ ਕੇ ਲਗਜ਼ਰੀ ਕਾਰਾਂ ਸਨ, ਲਗਜ਼ਰੀ ਕਾਰਾਂ ਨਾਲ ਜਦੋਂ ਜਿਹਦੀ ਭਜਾਉਂਦੇ ਸੀ ਲੋਹਾਰ ਪ੍ਰਤਾਪਪੁਰੇ ਤੋਂ ਤੁਰੇ ਆ, ਅਤੇ ਸੜਕੋਂ ਤੰਗ ਹੈ, ਰਾਹ 'ਚ 4-5 ਜਣਿਆਂ ਨੂੰ ਟੱਕਰ ਮਾਰੀ, ਅਤੇ ਮੁੰਡੇ ਕਿਉਂਕਿ ਵੱਡੇ ਘਰਾਂ ਦੇ ਕਾਕੇ ਆ, ਰੋਜ਼ ਇਹੋ ਕੁਝ ਕਰਦੇ ਸੀ, ਕੋਈ ਹੱਥ ਨਹੀਂ ਪਾਉਂਦਾ। ਇੱਕ ਪੁਲਿਸ ਅਫਸਰ ਨੇ ਪਾ ਲਿਆ, ਉਹਨੇ ਆਖਿਆ ਜੀ ਮੈਂ ਨਹੀਂ ਛੱਡਣੇ, ਲੋਕ ਸਾਰੇ ਤਾਂ ਸੜਕ ਰੋਕ ਕੇ ਖੜਿਆ ਅਤੇ ਮੈਂ ਕਿੱਦਾਂ ਕਰਦਾ, ਉਹ ਮੁੰਡੇ ਕਰਦੇ, ਇਹ ਕੰਮ ਰੋਜ਼ ਹੁੰਦਾ ਪਿਆ। ਇੱਥੇ ਕਿਸੇ ਸ਼ਹਿਰ 'ਚ ਚੱਲ ਜਾਓ, 40% ਗੱਡੀਆਂ ਤਾਂ ਉਹ ਹੈ ਜਿਨ੍ਹਾਂ ਦੇ ਉੱਤੇ ਜਾਂ ਖਾਲੀ ਪਲੇਟ ਹੈ ਨੰਬਰ ਪਲੇਟ, ਜਾਂ ਉਹਦੇ ਉੱਤੇ ਕਿਸੇ ਨੇ ਕਿਸੇ ਨਾ ਕਿਸੇ ਧਰਮ
ਦਾ ਕੋਈ ਚਿੰਨ ਬਣਾਇਆ ਜੀ, ਪਲੇਟ ਧਰਮ ਦੇ ਚਿੰਨ ਬਣਾਉਣ ਵਾਸਤੇ ਨਹੀਂ ਹੁੰਦੀ। ਇੱਥੇ ਇਹੋ ਜਿਹੀਆਂ ਗੱਡੀਆਂ ਵੀ ਮਿਲਦੀਆਂ ਜਿਨ੍ਹਾਂ ਦੇ ਉੱਤੇ ਗੰਡਾਸੇ ਅਤੇ ਟਕੂਏ ਅਤੇ ਇਹੋ ਜਿਹੀਆਂ ਫੋਟੋ ਬਣਾ ਕੇ ਵਿੱਚ ਇੱਕ ਬੰਦੂਕ ਵੀ ਬਣਾਈ ਹੁੰਦੀ ਆ ਅਤੇ ਉੱਤੇ ਲਿਖਿਆ ਹੁੰਦਾ ਅੰਗਰੇਜ਼ ਖੰਘੇ ਸੀ ਤਾਂਹੀਓ ਟੰਗੇ ਸੀ, ਖੰਘਿਆ ਨਹੀਂ ਅਤੇ ਟੰਗਿਆ ਨਹੀਂ। ਸਿਰਫ ਸਰਕਾਰ ਕਿੱਥੇ ਆ? ਅਸੀਂ ਉਹਨਾਂ ਦੇਸ਼ਾਂ ਨਾਲ ਬਰਾਬਰੀ ਦੀ ਗੱਲ ਕਰਦੇ ਹਾਂ ਜਿਹੜੇ ਦੇਸ਼ਾਂ ਦੇ ਵਿੱਚ, ਅਮਰੀਕਾ ਹੋਵੇ, ਕੈਨੇਡਾ ਹੋਵੇ, ਜਰਮਨੀ ਹੋਵੇ, ਫਰਾਂਸ ਹੋਵੇ, ਇੰਗਲੈਂਡ ਹੋਵੇ, ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਜੀ, ਫੁੱਟਪਾਥ 'ਤੇ ਜਾਂਦਾ ਬੰਦਾ ਜੇ ਗਲਤੀ ਨਾਲ ਵੀ ਸੜਕ ਦੇ ਉੱਤੇ ਪੈਰ ਰੱਖ ਦੇਵੇ ਅਤੇ ਦੋਵੇਂ ਪਾਸੇ ਦਾ ਟ੍ਰੈਫਿਕ ਰੁਕ ਜਾਂਦਾ, ਜਦ ਤੱਕ ਉਹ ਲੰਘ ਨਾ ਜਾਵੇ ਉਹ ਕਹਿੰਦੇ ਜੀ ਤੁਹਾਡਾ ਪਹਿਲਾਂ ਹੱਕ ਹੈ ਤੁਸੀਂ ਲੰਘ ਜਾਓ ਅਸੀਂ ਬਾਅਦ 'ਚ ਲੰਘਾਂਗੇ। ਅਤੇ ਸਾਡੇ ਕੋਲ ਇੱਥੇ ਕੋਈ ਖੜ੍ਹਾ ਰਹੇ ਲੰਘਣ ਵਾਸਤੇ ਕੋਈ ਟਾਈਮ ਨਹੀਂ ਦਿੰਦਾ, ਸਾਡੇ ਇੱਥੇ ਕੋਈ ਰੈੱਡ ਲਾਈਟ ਨਹੀਂ, ਕੋਈ ਗ੍ਰੀਨ ਲਾਈਟ ਨਹੀਂ। ਜੇ ਤਾਂ ਕੋਈ ਪੁਲਿਸ ਵਾਲਾ ਖੜ੍ਹਾ ਹੋਵੇ ਤਾਂ ਅੱਧ ਪਚੱਦੀਆਂ ਗੱਡੀਆਂ ਰੁਕ ਜਾਂਦੀਆਂ, ਨਹੀਂ ਤਾਂ ਸਾਰੇ ਲੋਕ ਉਹ ਸਮਝਦੇ ਵੀ ਸਾਡੇ ਵਾਸਤੇ ਚਾਰੇ ਚੱਕ ਜਗੀਰ ਲੰਘੀ ਜਾਂਦੇ, ਕੋਈ ਪੁੱਛਣ ਵਾਲਾ ਜਾਂ ਨਹੀਂ। ਮੈਨੂੰ ਕੈਨੇਡਾ ਦੇ ਵਿੱਚ ਇੱਕ ਮੰਤਰੀ ਬੀਬੀ ਉਹਨਾਂ ਦੀ ਮਿਲੀ, ਗੋਰੀ ਸੀ, ਉਹਨੇ ਮੈਨੂੰ ਆਖਿਆ ਕਹਿੰਦੀ ਮੈਂ ਇੱਕੋ ਵਾਰੀ ਗਈ ਸੀ ਇੰਡੀਆ 'ਚ, ਦੁਬਾਰਾ ਮੇਰਾ ਜਾਣ ਨੂੰ ਜੀ ਨਹੀਂ ਕੀਤਾ। ਮੈਂ ਕਿਹਾ ਕਿਉਂ? ਕਹਿੰਦੀ ਦਿੱਲੀ ਮੈਂ ਵੇਖਿਆ ਸਾਡੀ ਗੱਡੀ ਜਿੱਥੇ ਖਲੋਤੀ ਹੈ ਰੈੱਡ ਲਾਈਟ, ਹੁਣ ਚੌਂ ਦੇ ਵਿੱਚੋਂ ਇੱਕ ਪਾਸੇ ਗ੍ਰੀਨ ਹੋਣੀ ਬਾਕੀ ਤਾਂ ਤਿੰਨ ਰੈੱਡ ਲਾਈਟ ਹੋਣੀ ਆ। ਕਹਿੰਦੀ ਪਰ ਜਿੰਨਾ ਚਿਰ ਤੱਕ ਸਾਡੀ ਰੈੱਡ ਲਾਈਟ ਆ ਅਸੀਂ ਜਾ ਸਕਦੇ ਨਹੀਂ। ਮੇਰਾ ਡਰਾਈਵਰ ਵੀ ਤੇ ਇਹਦੇ ਖੱਬੇ ਪਾਸੇ ਵਾਲੇ ਵੀ, ਸੱਜੇ ਪਾਸੇ ਵਾਲੇ ਵੀ, ਇਹਦੇ ਨਾਲ ਜਿਹੜੇ ਬਰਾਬਰ 'ਤੇ ਖੜ੍ਹੇ ਆ, ਦੂਸਰੀਆਂ ਪਾਸਿਆਂ ਵਾਲੇ ਵੀ, ਉਹ ਸਾਰੇ ਪੂ 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 ਕਰੀ ਜਾਂਦੇ ਆ। ਉਹ ਜਦੋਂ ਪੂ ਪੂ ਕਰਕੇ ਉਹਨੇ ਦੱਸਿਆ ਨਾ, ਤਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਮੈਨੂੰ ਹੁਣ ਇੱਥੇ ਸ਼ਰਮ ਕਰਨੀ ਚਾਹੀਦੀ ਹੈ ਕਿ ਮੈਨੂੰ ਹੱਸਣਾ ਚਾਹੀਦਾ ਵੀ ਵਿੱਕੀ ਮੈਨੂੰ ਦੱਸ ਰਹੀ ਹੈ। ਸਾਡੇ ਕੋਲ ਇੱਥੇ ਅਸੀਂ ਵਿਦੇਸ਼ ਵਿੱਚ ਜਾਂਦੇ ਹਾਂ, ਉੱਥੇ ਸਾਨੂੰ ਪਤਾ ਲੱਗਦਾ ਕਿ ਕੋਈ ਹਾਰਨ ਮਾਰੇ ਤਾਂ ਹਾਰਨ ਦਾ ਮਤਲਬ ਹੁੰਦਾ ਅਗਲੇ ਨੂੰ ਝਿੜਕਣਾ ਜਾਂ ਗਾਲ ਕੱਢਣਾ ਜੀ, ਗਾਲ ਸਮਝ ਆ ਜਾਂਦਾ। ਅਤੇ ਸਾਡੇ ਅਸੀਂ ਦਿੱਲੀ ਏਅਰਪੋਰਟ ਤੋਂ ਉਤਰੋ ਅਤੇ ਉਦੋਂ ਹੀ ਬੱਸਾਂ 'ਤੇ ਟਰੱਕ ਮਿਲ ਪੈਂਦੇ ਆ ਜਿਨ੍ਹਾਂ ਦੇ ਉੱਤੇ ਪਿੱਛੇ ਲਿਖਿਆ ਹੁੰਦਾ ਬਲੋ ਹਾਰਨ, ਹਿੰਦੀ 'ਚ ਲਿਖਿਆ ਹੁੰਦਾ ਹਾਰਨ ਵਜਾਓ, ਪੰਜਾਬੀ 'ਚ ਵੀ ਹਾਰਨ 'ਤੇ ਵਜਾ ਲਾ, ਇਹ ਲਿਖਿਆ ਹੁੰਦਾ। ਫਿਰ ਕਿੱਦਾਂ ਦਾ ਸਿਸਟਮ ਹੈ? ਅਸੀਂ ਟ੍ਰੈਫਿਕ ਸਿਸਟਮ ਨੂੰ ਅੱਜ ਤੱਕ ਕੰਟਰੋਲ ਨਹੀਂ ਕਰ ਸਕੇ ਜੀ। ਹਾਈ ਕੋਰਟ ਨੇ ਬਿਲਕੁਲ ਠੀਕ ਆਖਿਆ ਕਿ ਜਿਹੜਾ ਸੜਕ ਉੱਤੇ ਪੈਦਲ ਚੱਲਦਾ ਪਿਆ ਉਹਦਾ ਵੀ ਹੱਕ ਹੈ, ਪੈਦਲ ਜਾਂਦੇ ਲੋਕਾਂ ਵਾਸਤੇ ਤੁਸੀਂ ਕੀ ਪ੍ਰਬੰਧ ਕਰ ਰਹੇ ਹੋ, ਟ੍ਰੈਫਿਕ ਨੂੰ ਕੰਟਰੋਲ ਕਰੋ। ਇਹ ਜੇ ਥੋੜ੍ਹਾ ਜਿਹਾ ਖਿੱਚਣਗੇ ਤਾਂ ਗੱਲ ਬਣਨੀ ਹੈ, ਨਹੀਂ ਤਾਂ ਸਾਡਾ ਟ੍ਰੈਫਿਕ ਮਹਿਕਮਾ ਵੀ ਉਹ ਲੋੜ ਜੋਗਾ ਮਤਲਬ ਬਹੁਤੇ ਤਾਂ ਹਲਵਾ ਮੰਡਾ ਕਰਦੇ ਆ ਆਪਣਾ ਜੀ ਜੀ, ਕੁਛ ਥੋੜ੍ਹੇ ਬਹੁਤ ਚਲਾਣ ਵੀ ਕਰਦੇ ਆ। ਜਿਹੜੇ ਚਲਾਣ ਕਰਦੇ ਆ ਉਹਨਾਂ ਨੂੰ ਜੇ ਪੁੱਛੋ ਉਹ ਕਹਿਣਗੇ ਜੀ ਸਾਡੇ ਕੋਟੇ ਦੇ 3-4 ਚਲਾਣ ਰਹਿ ਗਏ। ਇਹਦਾ ਮਤਲਬ ਇਹ ਨਹੀਂ ਗਾ ਕਿ ਜਿਹੜਾ ਗਲਤ ਕਰਦਾ ਉਹਦਾ ਚਲਾਣ ਕਰਨਾ, ਕੋਟਾ ਮਿਥਿਆ ਜਾਂਦਾ। ਜੇ ਕੋਟਾ ਨਹੀਂ ਪੂਰਾ ਹੁੰਦਾ ਤੇ ਮਤਲਬ ਉਹ ਫਰਜ਼ ਕਰੋ 70 ਚਲਾਣ ਕਰਨ ਦਾ ਕੋਟਾ ਮਿਥਿਆ ਗਿਆ, ਤੇ ਜੇ ਚਲਾਣ ਸ਼ਾਮ ਤੱਕ ਮਸਾਂ 66 ਹੋਏ ਆ, ਚਾਰ ਬੰਦੇ ਉੱਦਾਂ ਵੀ ਫੜ ਕੇ ਚਲਾਣ ਕਰਕੇ ਪੂਰਾ ਕਰ ਦੇਣਾ। ਪਰ ਜੇ ਹੋ ਗਏ ਆ 70 ਚਲਾਣ ਪੂਰੇ ਤੇ 71 ਕਰਨ ਦੀ ਕਰੋੜ ਆ, ਜਿਹੜੇ ਬਾਕੀ ਦੇ 10 ਕਾਬੂ ਆਉਣਗੇ ਦੇ ਦੇ, ਸ਼ਾਮ ਨੂੰ ਡਿਨਰ ਬਣ ਜਾਂਦਾ ਜੀ ਜੀ। ਇਹ ਸਾਰਾ ਜਿਹੜਾ ਗੋਲਮਾਲ ਹੈ ਇਹਨੂੰ ਰੋਕਣ ਦੀ ਲੋੜ ਆ ਜੀ ਜੀ। ਇੱਕ ਪਨੂ ਸਾਹਿਬ ਜੈਪਾਲ ਜੀ ਦਾ ਬ੍ਰੈਂਪਟਨ ਤੋਂ ਸਵਾਲ ਹੋ, ਕਹਿੰਦੇ ਭਾਰਤ ਵੱਲੋਂ ਚਾਬਹਾਰ ਬੰਦਰਗਾਹ ਦੇ ਰਸਤੇ ਗੰਦਮ ਦੀ ਖੇਪ ਅਫਗਾਨਿਸਤਾਨ ਨੂੰ ਭੇਜੇ ਜਾਣ ਤੋਂ ਬਾਅਦ ਪਾਕਿਸਤਾਨ 'ਚ ਉਤਲ-ਪੁਤਲ ਹੋਈ ਹੈ, ਕੀ ਇਸ ਨੂੰ ਭਾਰਤ ਦੀ ਕੂਟਨੀਤਿਕ ਜਿੱਤ ਵਜੋਂ ਦੇਖਿਆ ਜਾ ਸਕਦਾ? ਦੇਖੋ, ਭਾਰਤ ਦੀ ਕੂਟਨੀਤੀ ਇੱਥੇ ਇੱਕ ਕਿਸਮ ਦੀ ਸ਼ਹਿਮਾਤ ਦੀ ਖੇਡ ਚੱਲਦੀ ਪਈ। ਅਸੀਂ ਚਾਬਹਾਰ ਦੀ ਬੰਦਰਗਾਹ ਵਰਤਦੇ ਪਏ, ਚੀਨ ਵਾਲਿਆਂ ਨੇ ਭਾਰਤ ਦਾ ਅਤੇ ਸ਼੍ਰੀਲੰਕਾ ਦਾ ਗੇੜਾ ਕੱਢਦਿਆਂ ਜਿਹੜੇ 2 ਮਹੀਨੇ ਲੱਗਦੇ ਸੀ ਉਹ ਬਚਾਉਣ ਵਾਸਤੇ ਜੀ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚੋਂ ਕਰਾਕੁਰਮ ਸ਼ਾਹਰਾਹ ਬਣਾਇਆ ਅਤੇ ਐਬਟਾਬਾਦ ਦੀ ਫੌਜੀ ਛਾਉਣੀ ਕੋਲੋਂ ਜਾ ਕੇ ਜਦੋਂ ਪੰਜਾਬ 'ਚ ਵੜ ਗਏ ਅਤੇ ਦੋ ਪਾਸੇ ਘੁਮਾ ਕੇ ਇੱਕ ਪਾਸਿਓਂ ਕਰਾਚੀ ਤੋਂ ਅਤੇ ਇੱਕ ਪਾਸਿਓਂ ਖੈਬਰ ਪਖਤੂਨਖਵਾ ਤੋਂ ਲਿਜਾ ਕੇ ਸਿੱਧਾ ਇੱਕ ਗਵਾਦਰ ਦੀ ਬੰਦਰਗਾਹ 'ਤੇ ਪਹੁੰਚਾ ਦਿੱਤਾ, ਜਿੱਥੋਂ 40 ਕਿਲੋਮੀਟਰ ਦੇ ਅਗਲੇ ਪਾਸੇ ਸਾਊਦੀ ਅਰਬ ਖਾੜੀ ਦੇ ਦੇਸ਼ ਸਾਰੇ ਇਰਾਨ ਵਗੈਰਾ ਸ਼ੁਰੂ ਹੋ ਜਾਂਦੇ ਨੇ, ਐਂ ਇਰਾਨ ਦੇ ਕੰਢੇ 'ਤੇ ਪਹੁੰਚਾ ਦਿੱਤਾ ਜੀ। ਉਹਨਾਂ ਨੂੰ ਉੱਧਰ ਦੇ ਸਮੁੰਦਰੀ ਜਹਾਜ਼ਾਂ ਰਾਹੀਂ ਜਾਂਦਿਆਂ ਜਿਹੜੇ 2 ਮਹੀਨੇ ਲੱਗ ਜਾਂਦੇ ਸੀ, ਵਿਚਾਲੇ ਕੋਈ ਰਸਤਾ ਹੀ ਨਹੀਂ ਸੀ ਜੀ, ਉਹਦੇ ਬਜਾਏ ਹੁਣ ਬੀਜਿੰਗ ਤੋਂ ਚੱਲਦੇ ਆ ਚੀਨ ਦੀ ਰਾਜਧਾਨੀ ਤੋਂ ਅਤੇ ਟਰਾਲੇ ਇਹਨਾਂ ਦੇ 6 ਦਿਨ ਉੱਥੇ ਪਹੁੰਚ ਜਾਂਦੇ ਆ। ਉਹਨਾਂ ਨੇ ਰੇਲ ਵੀ ਉੱਥੋਂ ਚਲਾ ਲਈ ਹੈ ਜਿਹੜੀ ਬੀਜਿੰਗ ਤੋਂ ਚੱਲਦੀ ਹੈ, ਰੂਸ ਵਿੱਚ ਦੀ ਚੱਲਦੀ ਚੱਲਦੀ ਅੱਗੋਂ ਲੰਡਨ ਤੱਕ ਪਹੁੰਚ ਗਈ ਆ। ਅਤੇ ਜਿੱਦਾਂ ਦੇ ਚੀਨ ਵਾਲੇ ਹੈਗੇ ਆ, ਜੇ ਉਹ ਇਸੇ ਤਰ੍ਹਾਂ ਹੀ ਲੱਗੇ ਰਹੇ ਅਤੇ ਚੀਨ ਦੀ ਚੇਨ ਸਮੁੰਦਰ ਦੇ ਥੱਲਿਓਂ ਦੀ ਹੋ ਕੇ ਇਹ ਬ੍ਰੈਂਪਟਨ ਤੋਂ ਸਵਾਲ ਪੁੱਛਦੇ, ਹੋ ਸਕਦਾ ਉਹਨਾਂ ਦੀ ਰੇਲ ਬ੍ਰੈਂਪਟਨ ਤੱਕ ਵੀ ਪਹੁੰਚ ਜਾਵੇ। ਸਾਡੇ ਭਾਰਤ ਵਾਲੇ ਵੀ ਇਸੇ ਤਰ੍ਹਾਂ ਤੱਕ ਕੁਛ ਨਾ ਕੁਝ ਅਗਲੇ ਪਾਸੇ ਸ਼ਹਿਮਾਤ ਦੀ ਇਸ ਖੇਡ 'ਚ ਆਪਣੇ ਢੰਗ ਨਾਲ ਕਰਦੇ ਪਏ। ਜਿਹੜੀ ਚਾਬਹਾਰ ਦੀ ਬੰਦਰਗਾਹ ਵਰਤੀ ਆ ਜੀ, ਕੂਟਨੀਤਿਕ ਪੱਖ ਤੋਂ ਇੱਕ ਜਿੱਤ ਹੈਗੀ ਆ, ਪਰ ਉਹ ਹਜੇ ਇੱਕੋ ਇੱਕ ਆ। ਇਹ ਤੋਂ ਅੱਗੇ ਵਧਣਾ ਪੈਣਾ, ਇਹ ਚੇਨ ਥੋੜ੍ਹੀ ਲੰਮੀ ਕਰਨੀ ਪੈਣੀ ਹੈ। ਕਾਰੋਬਾਰ ਦਾ ਸਵਾਲ ਆ, ਇਕਾਨਮੀ ਦੇ ਵਿੱਚ ਜਿਹੜਾ ਟਕਰਾਅ ਹੈ
ਅੱਤਵਾਦ ਦੇ ਟਕਰਾਅ ਜਿੰਨਾ ਹੀ ਟਕਰਾਅ ਹੈ, ਦਹਿਸ਼ਤਗਰਦੀ ਨਾਲ ਛੋਟਾ ਟਕਰਾਅ ਜਾਂ ਨਹੀਂ ਗਾ, ਇਹਦੇ ਵਿੱਚ ਵੀ ਇੱਕ ਦੂਜੇ ਨੂੰ ਪੈਰਾਂ ਤੋਂ ਕੱਢਣ ਦਾ ਸਾਰਾ ਜ਼ੋਰ ਲੱਗਾ ਪਿਆ ਜੀ। ਇਹ ਇਹਦੇ ਨਾਲ ਰਿਲੇਟਡ ਇੱਕ ਸਵਾਲ ਹੋਰ ਸੀ ਵੀ ਜਿੱਦਾਂ ਉਹ ਕਹਿੰਦੇ ਕਿ ਜਿਹੜਾ ਪਾਕਿਸਤਾਨੀ ਪੱਤਰਕਾਰ ਨੇ ਉੱਧਰ ਦੇ, ਉਹ ਜਦੋਂ ਲੀਡਰਾਂ ਦੀ ਗੱਲ ਕਰਦੇ ਆ ਤਾਂ ਉਹ ਕਹਿੰਦੇ ਵੀ ਜਿਹੜੇ ਪਾਕਿਸਤਾਨੀ ਆਪਣੇ ਨੀਤੀ ਘਾੜੇ ਨੇ ਉਹ ਲੁੱਡੋ ਖੇਡਦੇ ਪਏ ਆ, ਅਤੇ ਜਿਹੜੇ ਭਾਰਤੀ ਨੀਤੀ ਘਾੜੇ ਨੇ ਉਹ ਸ਼ਤਰੰਜ ਖੇਡਣ ਵਾਲੇ ਮੰਨਦੇ ਆ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਜਦੋਂ ਅੰਗਰੇਜ਼ਾਂ ਨੇ ਹਮਲਾ ਕੀਤਾ ਸੀ, ਅਵਧ ਦਾ ਨਵਾਬ ਸ਼ਤਰੰਜ ਖੇਡਦਾ ਪਿਆ ਸੀ, ਉਹਨੂੰ ਆਖਿਆ ਹਮਲਾ ਹੋ ਗਿਆ, ਕਹਿੰਦਾ ਕੋਈ ਗੱਲ ਨਹੀਂ ਮੈਨੂੰ ਬਾਜੀ ਲਾ ਲੈਣ ਦੇ ਬਾਅਦ ਕਰਦੇ। ਉਹਨੇ ਆਖਿਆ ਜੀ ਅੰਗਰੇਜ਼ਾਂ ਦੀ ਫੌਜ ਆ ਗਈ ਆ ਸ਼ਹਿਰ ਦੇ ਕੰਢੇ 'ਤੇ, ਕਹਿੰਦਾ ਕੋਈ ਨਹੀਂ ਬਾਜੀ ਮੁੱਕਣ ਵਾਲੀ ਹੈ। ਉਹ ਜਦੋਂ ਸਿਰ 'ਤੇ ਆ ਗਏ ਕਹਿੰਦੇ ਜੀ ਹੁਣ ਤਾਂ ਅੰਗਰੇਜ਼ ਮਹਿਲ 'ਚ ਹੀ ਆਉਣ ਵੜੇ ਆ, ਕਹਿੰਦਾ ਕੋਈ ਨਹੀਂ ਬਾਜੀ ਮੁੱਕ ਗਈ ਹੈ। ਉਹ ਸਾਰੇ ਭੱਜ ਭੁੱਜ ਗਏ ਅਤੇ ਅੰਗਰੇਜ਼ਾਂ ਨੇ ਆਣ ਕੇ ਫੜ ਲਿਆ ਅਤੇ ਉਹਨੂੰ ਪੁੱਛਿਆ ਨਵਾਬ ਨੂੰ ਕਿ ਤੂੰ ਭੱਜਿਆ ਕਿਉਂ ਨਹੀਂ, ਕਹਿੰਦਾ ਭੱਜਣਾ ਸਵਾਹ ਸੀ, ਇੱਥੇ ਨੌਕਰੀ ਕੋਈ ਨਹੀਂ ਲੱਭਾ ਜਿਹੜਾ ਮੇਰੇ ਬੂਟਾਂ ਦੇ ਤਸਮਾ ਕੱਸੇ। ਸਾਡੇ ਭਾਰਤ ਦੇ ਅਤੇ ਪਾਕਿਸਤਾਨ ਦੇ ਦੋਵੇਂ ਪਾਸੇ ਇਸ ਤਰ੍ਹਾਂ ਦੇ ਨਵਾਬ ਜਾਂ ਨਵਾਬਾਂ ਵਰਗੇ ਰਾਜਸੀ ਲੀਡਰ ਬਹੁਤ ਨੇ। ਸਾਡੇ ਇੱਥੇ ਪੰਜਾਬ 'ਚ ਇਸ ਵਾਰੀ ਕਾਂਗਰਸ ਦੀ ਟਿਕਟ ਦੇ ਉੱਤੇ ਇੱਕ ਮੁੰਡਾ ਚੋਣ ਲੜਿਆ, ਹਾਰ ਗਿਆ ਜੀ, ਸ਼ੁਕਰ ਹੈ ਹਾਰ ਗਿਆ। ਅੱਛਾ ਜੀ। ਉਹਦੇ ਬਾਰੇ ਮਸ਼ਹੂਰ ਹੈ ਕਿ ਉਹਨੇ ਕੁੜਤਾ ਪਾਉਣਾ ਹੋਵੇ ਅਤੇ ਤਿੰਨ ਜਣੇ ਫੜ ਕੇ ਰੱਖਦੇ ਆ, ਦੋ ਜਣੇ ਬਾਹਾਂ ਤੋਂ ਕੁੜਤਾ ਫੜਦੇ ਆ, ਤੀਸਰਾ ਪਿਛਲੇ ਪਾਸੇ ਫੜ ਕੇ ਕਰਦਾ ਅਤੇ ਉਹਦੇ ਵਿੱਚ ਦੀ ਐਂ ਸਿਰ ਵਾੜਦਾ, ਕਹਿੰਦਾ ਮੇਰੇ ਕੁੜਤੇ ਨੂੰ ਵੱਟ ਪੈਂਦੇ ਆ। ਅੱਛਾ। ਜਿਹੜੇ ਇੱਦਾਂ ਦੇ ਮਤਲਬ ਸਿਆਣੇ ਸਿਆਣੇ ਲੋਕ ਵੀ ਸਾਡੇ ਕੋਲ ਹੈਗੇ ਨੇ, ਉਹ ਇੱਧਰ ਵੀ ਨੇ ਉੱਧਰ ਵੀ ਨੇ ਜੀ ਜੀ, ਬਹੁਤਾ ਕੁਛ ਸਾਡਾ ਮਿਲਦਾ। ਹਾਂ ਇਹ ਹੈ ਕਿ ਉੱਧਰ ਵਾਲੇ ਪਾਸੇ ਪਾਕਿਸਤਾਨ ਦੇ ਵਿੱਚ ਇਕੱਲੀ ਕਰਪਸ਼ਨ ਨਹੀਂ, ਕੱਟੜਪੰਥੀ ਪੁਣਾ ਨਹੀਂ ਜੀ, ਜਿਹੜਾ ਦਹਿਸ਼ਤਗਰਦੀ ਅਤੇ ਅਮਰੀਕਾ ਦੀਆਂ ਦੋ ਬੇੜੀਆਂ 'ਤੇ ਸਵਾਰੀ ਹੈ, ਉੱਧਰੋਂ ਨੋਟ ਲੈਣੀ ਉੱਧਰੋਂ ਸਪੋਰਟ ਲੈਣੀ, ਉਹਨੇ ਜ਼ਿਆਦਾ ਪੱਠਾ ਬਿਠਾਇਆ। ਕੁੱਲ ਮਿਲਾ ਕੇ ਸਾਰੇ ਪਾਸੇ ਕੁਝ ਕੰਮ ਆ ਜੀ, ਆਪਾਂ ਮੈਂ ਸ਼ਤਰੰਜ ਅਤੇ ਲੁੱਡੂ ਦੇ ਚੱਕਰ 'ਚ ਨਾ ਪਈਏ। ਮਨੂੰ ਸਾਹਿਬ ਵੇਲਾ ਵੀ ਹੁਣ ਮੁੱਕ ਗਿਆ, ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਥੈਂਕ ਯੂ, ਮਿਹਰਬਾਨੀ। ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ ਜੀ ਯੂਟਿਊਬ ਦੇ ਉੱਪਰ ਜਾ ਕੇ, ਜੇਕਰ ਤੁਸੀਂ ਅੱਜ ਤੱਕ ਪ੍ਰਾਈਮੇਸ਼ੀਆ ਟੀ ਵੀ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇੱਕ ਬਟਨ ਹੁੰਦਾ ਸਬਸਕ੍ਰਾਈਬ ਦਾ, ਉਹਨੂੰ ਜ਼ਰੂਰ ਪ੍ਰੈਸ ਕਰਕੇ ਸਬਸਕ੍ਰਾਈਬ ਕਰ ਲਓ, ਤਾਂ ਜੋ ਤੁਹਾਨੂੰ ਜਦੋਂ ਵੀ ਪ੍ਰੋਗਰਾਮ ਅਸੀਂ ਲਾਈਵ ਹੁੰਦੇ ਹਾਂ ਜਾਂ ਹੋਰ ਪ੍ਰੋਗਰਾਮ ਕੋਈ ਯੂਟਿਊਬ 'ਤੇ ਅਪਲੋਡ ਹੁੰਦਾ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਪਹੁੰਚ ਜਾਵੇ ਅਤੇ ਤੁਸੀਂ ਮਿਸ ਨਾ ਕਰੋ। ਅਤੇ ਪ੍ਰਾਈਮੇਸ਼ੀਆ ਟੀ ਵੀ ਨੂੰ ਪਿਆਰ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ, ਦਿਲੋਂ ਰਹਿਣੀ ਹੈ ਅਸੀਂ, ਅਤੇ ਤੁਸੀਂ ਸਾਡੇ ਰਾਹ ਦਸੇਰੇ ਵੀ ਬਣਦੇ ਹੋ, ਨਾਲ ਦੀ ਨਾਲ ਦੱਸਦੇ ਵੀ ਰਹਿੰਦੇ ਹੋ ਕਿ ਹੋਰ ਪ੍ਰਾਈਮੇਸ਼ੀਆ ਟੀ ਵੀ ਕਿਹੜੇ ਕਿਹੜੇ ਪ੍ਰੋਗਰਾਮ ਕਿਹੋ ਕਿਹੋ ਜਿਹੀਆਂ ਗੱਲਾਂ ਬਾਤਾਂ ਤੁਹਾਡੇ ਲਈ ਲੈ ਕੇ ਆਵੇ। ਅਸੀਂ ਅਤੇ ਸਾਡੀ ਪੂਰੀ ਟੀਮ ਮਿਹਨਤ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀਆਂ ਇਹ ਜਿਹੜੀਆਂ ਡਿਮਾਂਡਾਂ ਨੇ ਉਹਨਾਂ ਨੂੰ ਪੂਰਾ ਕਰ ਸਕੀਏ। ਪ੍ਰਾਈਮੇਸ਼ੀਆ ਟੀ ਵੀ ਨੂੰ ਪਿਆਰ ਕਰਨ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਪ੍ਰਾਈਮੇਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ। ਧੰਨ ਗੁਰੂ ਨਾਨਕ।